धन धन श्री गुरु ग्रंथ साहिब की जिहड़ी छपाई एक निजी स्थान ते कीती जा रही है। टोटल किन्ने सरूप लैके आए जाने तो? इत्थों असीं 39 सरूप लैके जा रहे हैं जी। तो श्रोमणी कमेटी तो अकाल तख्त भी लैटर लिखांगे भी वो 23 महाराज जी सरूपां का भी तो जिहड़े 414 पहला भी 214 विच उन्हां दा भी हिसाब किताब लेना चाहिए। इन्हां दे कोल जिहड़ा PDF जिहड़े इन्हां ने मन्निया कि चोरी करके इन्हां ने मंगाया वो कित्थों आया है। हुण एक होर कहिंदे हाले एक होर सरूप आ, हुण पता नहीं हाले किन्ने क सरूप निकलणे आ। ਕਰਦੇ ਆ ਕੁਲਦੀਪ ਸਿੰਘ ਹੁਣਾਂ ਨੂੰ ਖਾਸ ਗੱਲਬਾਤ ਹੋਵੇਗੀ ਜਿਹੜੀਆਂ ਗੁਰੂ ਸਾਹਿਬ ਦੇ ਪਾਵਨ ਸਰੂਪ ਸਰੀ ਦੇ ਇੱਕ ਨਿੱਜੀ ਪਲੇਸ ਦੇ ਵਿੱਚ ਨਿੱਜੀ ਘਰ ਦੇ ਵਿੱਚ ਛਪਾਈ ਹੋ ਰਹੀ ਸੀ ਉਹਨਾਂ ਦੀ ਤੇ ਕੱਲ ਸਿੰਘਾਂ ਵੱਲੋਂ ਔਰ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਤੋਂ ਆਇਆ ਉਸ ਤੋਂ ਬਾਅਦ ਹੀ ਜਿਹੜਾ ਉੱਥੋਂ ਗੁਰੂ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਲਈ ਆ ਕੇ ਉਹ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸੁਸ਼ੋਭਿਤ ਕਰ ਦਿੱਤੇ ਗਏ ਆ ਉਸ ਦੇ ਉੱਤੇ ਗੱਲਬਾਤ ਹੋਵੇਗੀ। ਸੋ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੇ ਨੇ ਗਏ ਸਤਿ ਸ਼੍ਰੀ ਅਕਾਲ ਜੀ। ਸੋ ਥੈਂਕ ਯੂ ਜੀ ਪਹਿਲਾਂ ਤੇ ਤੁਹਾਡਾ ਸਾਥ ਦੇਣ ਦੇ ਲਈ ਤੇ ਦੂਜੀ ਅੱਜ ਬਹੁਤ ਅਹਿਮ ਮੁੱਦਾ ਆ ਜਦੋਂ ਅਸੀਂ ਗੱਲ ਕਰਦੇ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤੇ ਅਦਬ ਤੇ ਸਤਿਕਾਰ ਦੇ ਨਾਲ ਸਿਰ ਝੁੱਕ ਜਾਂਦਾ ਆਪਣੇ ਆਪ ਕਿਉਂਕਿ ਸਾਡੇ ਮਾਂ ਬਾਪ ਤੋਂ ਵੀ ਉੱਤੇ ਸਾਡਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ। ਬਿਲਕੁਲ। ਸੋ ਜੋ ਸਾਡੇ ਆਪਣੇ ਸ਼ਹਿਰ ਦੇ ਵਿੱਚ ਹੋਇਆ ਬਹੁਤ ਹੀ ਮਾੜਾ ਹੋਇਆ, ਬਹੁਤ ਹੀ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ, ਲੋਕੀ ਬੜਾ ਉਦਾਸ ਹੋਏ। ਕੱਲ ਮੈਂ ਕਾਫੀ ਸਾਰੀਆਂ ਸੰਗਤਾਂ ਦੇ ਅੱਖਾਂ 'ਚ ਅੱਥਰੂ ਵੀ ਦੇਖੇ ਜਦੋਂ ਉਹ ਉਸ ਵਕਤ ਉੱਥੇ ਮੌਜੂਦ ਸੀ ਜਦੋਂ ਪ੍ਰੋਟੈਸਟ ਕੀਤਾ ਗਿਆ ਤੇ ਗੁਰੂ ਸਾਹਿਬ ਦੇ ਪਾਵਨ ਸਰੂਪ ਉੱਥੋਂ ਜਿਹੜੇ ਲਿਜਾ ਕੇ ਤੇ ਗੁਰੂ ਨਾਨਕ ਗੁਰਦੁਆਰਾ ਸਰੀ ਡੈਲਟਾ ਦੇ ਵਿੱਚ ਜਿਹੜੇ ਲਿਜਾਏ ਗਏ ਸਿੰਘਾਂ ਵੱਲੋਂ ਔਰ ਬਾਕੀ ਵੀ ਸਾਰਾ ਉੱਥੋਂ ਸਮਾਨ ਜਿਹੜਾ ਰਿਮੂਵ ਕੀਤਾ ਗਿਆ। ਸੋ ਇਸ ਦੇ ਬਾਰੇ ਅੱਜ ਗੱਲਬਾਤ ਕਰਾਂਗੇ ਜੀ। ਬਿਲਕੁਲ ਜੀ, ਅਸਲ 'ਚ ਮੈਨੂੰ ਚੇਤੇ ਆ ਜਦੋਂ ਸਭ ਤੋਂ ਪਹਿਲਾਂ ਟਾਕ ਸ਼ੋਅ ਮੀਡੀਆ ਦੇ ਵਿੱਚ ਹੋਇਆ ਸੀ ਜੀ, ਆਪਾਂ ਇਸੇ ਪ੍ਰੋਗਰਾਮ ਖਬਰਸਾਰ ਦੇ ਵਿੱਚ ਗੱਲਬਾਤ ਕੀਤੀ ਸੀ ਜੀ। ਦੂਸਰੇ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਜਿਹੜੇ ਖਾਲਸਾ ਦੀਵਾਨ ਸੋਸਾਇਟੀ ਰੋਸਟਰੀ ਵੈਨਕੂਵਰ ਸਦਾ ਮਲਕੀਤ ਸਿੰਘ ਧਾਮੀ ਜਿਹੜੇ ਤਕਰੀਬਨ 30-32 ਸੋਸਾਇਟੀਆਂ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਜੀ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਆਪਾਂ ਦੋਨੇ ਮੌਜੂਦ ਸਾਂ। ਬਿਲਕੁਲ ਜੀ, ਗੱਲਬਾਤ ਹੋਈ ਨਾਲ ਸਰਦਾਰ ਮਨਿੰਦਰ ਸਿੰਘ ਜਿਹੜੇ ਬੋਇਲ ਨੇ, ਜਿਹੜੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਨੇ ਤੇ ਉਹ ਬ੍ਰਿਟਿਸ਼ ਕੋਲੰਬੀਆ ਜਿਹੜੀ ਸਿੱਖ ਕੌਂਸਲ ਹੈ ਉਹਨੂੰ ਰਿਪ੍ਰੈਜੈਂਟ ਕਰਦੇ ਉਹਦੇ ਸਪੋਕਸਪਰਸਨ ਵੀ ਨੇ। ਅਗਸਤ ਦੇ ਪਹਿਲੇ ਹਫ਼ਤੇ ਅਖਬਾਰ ਦੇ ਵਿੱਚ ਬੜੀ ਵੱਡੀ ਨਿਊਜ਼ ਆਉਂਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦੀ ਛਪਾਈ ਇੱਥੇ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਚੁੱਪ ਸੀਗਾ, ਛਪਾਈ ਬਹੁਤ ਚਿਰ ਤੋਂ ਹੋ ਰਹੀ ਹੈ। ਫਰਵਰੀ ਤੋਂ ਮੀਡੀਆ ਦੇ ਵਿੱਚ ਪਹਿਲੀ ਵਾਰੀ ਜਦੋਂ ਖਬਰ ਆਉਂਦੀ ਹੈ ਪਹਿਲੀ ਖਬਰ ਆਉਂਦੀ ਹੈ ਕਿ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੀੜਾਂ ਦੀ ਛਪਾਈ ਹੋ ਰਹੀ ਹੈ ਤੇ ਮੈਂ ਵੀ ਜ਼ਿਕਰ ਕੀਤਾ ਸੀ ਕਿ ਜਿੰਨੇ ਵਾਰੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਆਉਂਦੇ ਰਹੇ ਨੇ, ਭਾਵੇਂ ਉਹ ਰੂਪ ਸਿੰਘ ਸੀ, ਭਾਵੇਂ ਉਹ ਮਨਜਿੰਦਰ ਸਿੰਘ ਸਰਸਾ ਸੀ, ਭਾਵੇਂ ਜਿਹੜੇ ਮਨਜੀਤ ਸਿੰਘ GK ਸਨ, ਜਾਂ ਫਿਰ ਸਰਦਾਰ ਦਲਮੇਘ ਸਿੰਘ ਸਨ, ਜਾਂ ਬਲਵਿੰਦਰ ਸਿੰਘ ਜੌੜਾ ਸਨ, ਇਹ ਸਾਰੇ ਜਦੋਂ ਆਉਂਦੇ ਰਹੇ ਤੇ ਕੁਝ ਕੁ ਮੀਡੀਆ ਵੀ ਉੱਥੇ ਮੌਜੂਦ ਸੀ ਜਿਹਨਾਂ ਦੇ ਵਿੱਚੋਂ ਤਕਰੀਬਨ ਕੁਝ ਕੁ ਮੀਟਿੰਗਾਂ ਦੇ ਵਿੱਚ ਮੈਂ ਵੀ ਨਾਲ ਸਾਂ ਜੀ, ਜਦੋਂ ਉਹਨਾਂ ਨੇ ਕੁਝ ਮੀਡੀਆ ਨੂੰ ਬੁਲਾਇਆ ਗਿਆ। ਉਹਨਾਂ ਦੀ ਸਰਦਾਰ ਬਦਮਨ ਸਿੰਘ ਮਲਕ ਉਹਨਾਂ ਦੀ ਇੱਕੋ ਇੱਕ ਮੰਗ ਸੀ ਕਿ ਬੀੜਾਂ ਛਾਪਣ ਦਾ ਕੰਮ ਸਾਨੂੰ ਸੌਂਪਿਆ ਜਾਵੇ। ਪਿਛਲੇ ਵਾਰੀ ਵੀ ਆਪਾਂ ਜ਼ਿਕਰ ਕਰ ਰਹੇ ਸੀ ਕਿ 13 ਪੁਆਇੰਟਾਂ ਦੇ ਵਿੱਚ 15 ਏਕੜ ਜ਼ਮੀਨ ਦੀਦਾਰ ਸਿੰਘ ਮੇਸ ਉਹਨਾਂ ਨੇ ਦਿੱਤੀ, ਉੱਥੇ ਇਸ ਵੇਲੇ ਗਾਰਬੇਜ ਦੇ ਬੈਗ ਪਏ ਨੇ, ਬਿਲਕੁਲ ਯੂਬਾ ਸਿਟੀ ਦੀ ਧਰਤੀ, ਯੂਬਾ ਸਿਟੀ ਦੀ ਧਰਤੀ ਦੇ ਉੱਤੇ। ਫਿਰ ਇਹ ਮੰਗ ਉੱਠਦੀ ਉੱਠਦੀ ਆਈ ਕਿ ਹੋਰ ਕਿਸੇ ਵੱਲੋਂ ਨਹੀਂ, ਸਿਰਫ ਸਰਦਾਰ ਬਦਮਨ ਸਿੰਘ ਮਲਕ ਵੱਲੋਂ ਜੀ। ਪਿਛਲੇ ਦਿਨੀ ਜਦੋਂ ਮਲਕ ਸਾਹਿਬ ਇੰਡੀਆ ਜਾਂਦੇ ਆ, ਭਾਰਤ ਦੀ ਫੇਰੀ ਤੇ ਪਾਕਿਸਤਾਨ ਦੀ ਫੇਰੀ ਤੇ ਜਾਂਦੇ ਆ, ਉਦੋਂ ਬੜੀ ਚਰਚਾ ਹੋਈ ਕਿ ਰਿਪਦਮਨ ਸਿੰਘ ਮਲਕ ਭਾਰਤੀ ਏਜੰਸੀਆਂ ਨਾਲ ਮਿਲਾਪ ਕਰਦੇ ਆ, ਦਿੱਲੀ ਦੇ ਵਿੱਚ ਏਜੰਸੀਆਂ ਇਹਨਾਂ ਦੀ ਟੇਕ ਕੇਅਰ ਕਰਦੀਆਂ ਨੇ, ਇਹਨਾਂ ਦੀ ਮੇਲ ਮਿਲਾਪ ਦਰਬਾਰ ਸਾਹਿਬ ਜਾਣ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਹੁੰਦਾ। ਸੁਖਬੀਰ ਸਿੰਘ ਬਾਦਲ ਦੇ ਨਾਲ
ਜਿਹੜੇ ਐਗਜ਼ੈਕਟਿਵ ਮੈਂਬਰ ਉਹ ਹੁੰਦੇ ਤੇ ਗੋਬਿੰਦ ਸਿੰਘ ਲੌਂਗੋਵਾਲ ਹੁੰਦੇ ਆ ਸ਼ਾਇਦ ਰਜਿੰਦਰ ਸਿੰਘ ਮਹਿਤਾ ਵੀ ਨਾਲ ਹੁੰਦੇ ਆ ਉੱਥੇ ਜਦੋਂ ਇਹ ਬੀੜਾਂ ਦੀ ਛਪਾਈ ਦੀ ਗੱਲਬਾਤ ਕਰਦੇ ਆ ਤੇ ਉਸ ਵਕਤ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਨਹੀਂ ਬੀੜਾਂ ਦੀ ਛਪਾਈ ਦਾ ਜਿਹੜਾ ਅਧਿਕਾਰ ਹੈ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋ ਪ੍ਰਿੰਟਿੰਗ ਪ੍ਰੈਸ ਲਾਈਆਂ ਨੇ ਗੋਲਡਨ ਆਫਸੈਟ ਪ੍ਰਿੰਟਿੰਗ ਪ੍ਰੈਸ ਇੱਕ ਗੁਰਦੁਆਰਾ ਰਾਮਸਰ ਜਿੱਥੇ ਗੁਰੂ ਗ੍ਰੰਥ ਸਾਹਿਬ ਭਵਨ ਹੈ ਦੂਸਰੀ ਪ੍ਰੈਸ ਦਿੱਲੀ ਦੇ ਵਿੱਚ ਲਾਈ ਹੋਈ ਹੈ ਦੋਨੇ ਪ੍ਰੈਸਾਂ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਛਾਪਣ ਦਾ ਅਧਿਕਾਰ ਹੈ ਉਸ ਤੋਂ ਪਹਿਲਾਂ ਮੈਂ ਕਈ ਪ੍ਰੋਗਰਾਮਾਂ ਜ਼ਿਕਰ ਕੀਤਾ ਕਿ ਜਿਹੜੀ ਬੀੜ ਮੇਰੇ ਕੋਲ ਪਈ ਹੈ ਤਕਰੀਬਨ 70 ਸਾਲ ਪੁਰਾਣੀ ਬੀੜ ਹੈ ਉਹਨਾਂ ਬੀੜਾਂ ਦੇ ਉੱਤੇ ਪਹਿਲਾਂ ਮਨੁੱਖਾਂ ਦਾ ਨਾਮ ਲਿਖਿਆ ਜਾਂਦਾ ਸੀ ਮਨੁੱਖ ਜਿਹੜੇ ਮਰ ਚੁੱਕੇ ਹੈ ਕਿ ਫਲਾਣਾ ਸਿੰਘ ਜੀ ਮਹਾਰਾਜ ਪੂਰਨ ਬ੍ਰਹਮ ਗਿਆਨੀ 1008 ਉਹਨਾਂ ਨੇ ਇਹਦੀ ਸੁਧਾਈ ਕੀਤੀ ਯਾਨੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਮਹਾਰਾਜ ਬੰਦੇ ਦਾ ਨਾਮ ਲਿਖਿਆ ਗਿਆ ਹੌਲੇ ਹੌਲੇ ਹੋਇਆ ਕਿ ਜਾਗਰਤੀ ਲੋਕਾਂ ਨੂੰ ਆਉਣੀ ਸ਼ੁਰੂ ਹੋਈ ਸਿੰਘ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਹੈ ਉਹਨਾਂ ਨੇ ਜਦੋਂ ਪ੍ਰੈਸ ਕਾਨਫਰੰਸ ਬੁਲਾਈ ਜਾਂਦੀ ਹੈ ਰਿਪਦਮਨ ਸਿੰਘ ਮਲਕ ਵਾਪਸ ਆ ਜਾਂਦੇ ਉਹਨਾਂ ਨੂੰ ਜਵਾਬ ਮਿਲ ਜਾਂਦਾ ਕੰਟੇਨਰ ਦੇ ਵਿੱਚ ਭੇਜੋਗੇ ਅਸੀਂ ਮਨਜ਼ੂਰੀ ਨਹੀਂ ਦਿੰਦੇ ਜੇ ਤੁਸੀਂ ਪ੍ਰਾਈਵੇਟ ਜੈੱਟ ਕਰਦੇ ਹੋ ਤੇ ਉਹਦੇ ਵਿੱਚ 50% ਜਿਹੜਾ ਖਰਚਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਅਸੀਂ ਪੇ ਕਰਾਂਗੇ ਆਉਂਦਿਆਂ ਹੀ ਚਰਚਾ ਦੇ ਵਿੱਚ ਹੋਰ ਬਣ ਗਿਆ ਕਿਉਂਕਿ ਕਈ ਚਰਚਾਵਾਂ ਇਕੱਠੀਆਂ ਹੋ ਗਈਆਂ ਬੜੇ ਲੰਮੇ ਸਮੇਂ ਬਾਅਦ ਰਿਪਦਮਨ ਸਿੰਘ ਮਲਕ ਇੰਡੀਆ ਗਏ ਸਨ ਅਤੇ ਜਿਹੜੀ ਉਹਨਾਂ ਦੀ ਭਾਰਤੀ ਖੁਫੀਆ ਏਜੰਸੀਆਂ ਨਾਲ ਮੀਟਿੰਗ ਸੀ ਨਸ਼ਰ ਹੋਈ ਕਿ ਇਹ ਏਜੰਸੀਆਂ ਦੇ ਬੰਦਿਆਂ ਨੂੰ ਮਿਲੇ ਨੇ ਵਾਅਦਾ ਅਤੇ ਅੰਦਰ ਐਗਰੀਮੈਂਟ ਕੀ ਕਰਕੇ ਗਿਆ ਇਹਨੇ ਇਹ ਬੜੀ ਚਿੰਤਾ ਆਮ ਸਿੱਖ ਨੂੰ ਖਾ ਰਹੀ ਸੀ ਆਉਂਦੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੀੜਾਂ ਦੀ ਛਪਾਈ ਦਾ ਕੰਮ ਸ਼ੁਰੂ ਹੋ ਗਿਆ ਜੀ ਜਦੋਂ ਕਿ 1998 ਦਾ ਜਥੇਦਾਰ ਰਣਜੀਤ ਸਿੰਘ ਉਹਨਾਂ ਦਾ ਹੁਕਮਨਾਮਾ ਸੀ April 9, 1998 ਉਸ ਹੁਕਮਨਾਮੇ ਦੇ ਵਿੱਚ ਇਹ ਹੁਕਮ ਸੀ ਕਿ ਬੀੜਾਂ ਅਤੇ ਹੋਰ ਜਿਹੜੇ ਗੁਟਕੇ ਨੇ ਉਹ ਸਿਰਫ ਅਤੇ ਸਿਰਫ ਕਿਉਂਕਿ ਬਾਜ਼ਾਰਮਾਈ ਸੇਵਾ ਦੇ ਵਿੱਚ ਚਤਰ ਸਿੰਘ ਅਤੇ ਹੋਰ ਕਈ ਸਨ ਪਬਲਿਸ਼ਰ ਜਿਹੜੇ ਛਾਪਦੇ ਸਨ ਔਰ ਬਹੁਤਿਆਂ ਨੇ ਇਹ ਵੀ ਦੇਖਿਆ ਕਿ ਉਹ ਬੀੜਾਂ ਫਲੋਰ ਦੇ ਉੱਤੇ ਪਈਆਂ ਨੇ ਉਹਨਾਂ ਕੋਲ ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਬਹਾਲ ਰੱਖਣ ਦੇ ਲਈ ਬਹੁਤ ਵਧੀਆ ਕਦਮ ਚੁੱਕੇ ਆ ਕਿ ਸਿਰਫ ਅਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪੇਗੀ ਜੀ ਉਸ ਦੀ ਉਲੰਘਣਾ ਕੀਤੀ ਰਿਪਦਮਨ ਸਿੰਘ ਮਲਕ ਉਹਨਾਂ ਨੇ ਜਦੋਂ ਰਿਪਦਮਨ ਸਿੰਘ ਮਲਕ ਉਹਨਾਂ ਨੂੰ ਏਅਰ ਦੇ ਉੱਤੇ ਲਿਆ ਗਿਆ ਗੱਲਬਾਤ ਕੀਤੀ ਗਈ ਅਤੇ ਉਹ ਕਹਿਣ ਲੱਗੇ ਕਿ ਮੈਨੂੰ ਮਨਜ਼ੂਰੀ ਮਿਲੀ ਹੋਈ ਆ ਜੀ ਬਿਲਕੁਲ ਪਰ ਮਨਜ਼ੂਰੀ ਮਿਲੀ ਦੀ ਕੋਈ ਕਾਪੀ ਨਹੀਂ ਦਿੱਤੀ ਬਿਲਕੁਲ ਜੀ ਕਿਤੋਂ ਮਿਲੀ ਹੋਈ ਹੈ ਕੋਈ ਕਾਪੀ ਨਹੀਂ ਕੋਈ ਡਿਟੇਲ ਨਹੀਂ ਯੈਸ ਗੱਲਾਂ ਬਾਤਾਂ ਹੁੰਦੇ ਆ ਸਾਰੇ ਮੀਡੀਆ ਦੇ ਵਿੱਚ ਗੱਲਬਾਤ ਚਰਚਾ ਛਿੜ ਪਈ ਚਰਚਾ ਛਿੜਨ ਤੋਂ ਬਾਅਦ ਪਹਿਲਾ ਕਦਮ ਮੈਂ ਐਪਰੀਸ਼ੀਏਟ ਕਰਦਾ ਖਾਲਸਾ ਦੀਵਾਨ ਸੁਸਾਇਟੀ ਨੂੰ ਜੀ ਬਿਲਕੁਲ ਮਲਕੀਤ ਸਿੰਘ ਧਾਮੀ ਉਹਨਾਂ ਨੇ 30 ਜਥੇਬੰਦੀਆਂ ਇਕੱਠੀਆਂ ਕਰਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਕਦੇ ਵੀ ਇਸ ਦੀ ਇਜਾਜ਼ਤ ਨਹੀਂ ਦਿਆਂਗੇ ਤੇ ਅਸੀਂ ਲੈਟਰ ਲਿਖ ਰਹੇ ਹਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਲੈਟਰ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਟਰ ਲਿਖਿਆ ਸਾਨੂੰ ਕਾਪੀ ਵੀ ਦਿੱਤੀ ਗਈ ਕਾਪੀ ਵੀ ਆਪਾਂ ਨੂੰ ਦਿੱਤੀ ਗਈ ਉਸ ਤੋਂ ਬਾਅਦ ਨਾਲ ਦੀ ਨਾਲ ਦੂਜੇ ਦਿਨ ਹੀ ਮੀਟਿੰਗ ਹੁੰਦੀ ਹੈ ਬ੍ਰਿਟਿਸ਼ ਸਿੱਖ ਕੌਂਸਲ ਦੀ 8 ਜਥੇਬੰਦੀਆਂ ਦੀ ਬਿਲਕੁਲ 8 ਜਥੇਬੰਦੀਆਂ ਦੇ ਵਿੱਚੋਂ ਕੁਝ ਜਥੇਬੰਦੀਆਂ ਪਹਿਲਾਂ ਰਿਪਦਮਨ ਸਿੰਘ ਮਲਕ ਉਹਨਾਂ ਨੂੰ ਚਿੱਠੀ ਲਿਖ ਕੇ ਦਿੰਦੀਆਂ ਨੇ ਕਿ ਤੁਹਾਨੂੰ ਇੱਥੇ ਬੀੜਾਂ ਛਾਪਣ ਦੀ ਇਜਾਜ਼ਤ ਵਾਸਤੇ ਅਸੀਂ ਪ੍ਰਵਾਨਗੀ ਦਿੰਦੇ ਹਾਂ ਇਹ ਗੱਲ ਧਿਆਨ 'ਚ ਰੱਖਣੀ ਪੈਗੀ ਜੀ ਪਰ ਉਹਦੇ ਵਿੱਚੋਂ ਹੀ ਮੈਨੇਜਮੈਂਟ ਗੁਰਦੁਆਰਿਆਂ ਦੇ ਵਿੱਚ ਚੇਂਜ ਹੁੰਦੀ ਰਹਿੰਦੀ ਹੈ ਜਿਹੜੀ ਨਵੀਂ ਮੈਨੇਜਮੈਂਟ ਆਈ ਹੈ ਉਹ ਕਹਿਣ ਲੱਗੇ ਨਹੀਂ ਬਿਲਕੁਲ ਨਹੀਂ ਅਕਾਲ ਤਖਤ ਦੇ ਹੁਕਮ ਦੀ ਅਵੱਗਿਆ ਕੌਣ ਕਰ ਸਕਦਾ ਕਿਉਂ ਕੀਤੀ ਖੈਰ ਇਹਨਾਂ ਨੇ ਇਕੱਠੇ ਹੋ ਕੇ ਇੱਕ ਚਿੱਠੀ ਲਿਖੀ ਜਿਹੜੀ ਪ੍ਰੈਸ ਨੋਟ ਵੀ ਆਇਆ ਸਾਡੇ ਕੋਲ ਵੀ ਪਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖੀ ਗਈ ਚਿੱਠੀ ਲਿਖਣ ਤੋਂ ਬਾਅਦ ਇਹਨਾਂ ਦੀਆਂ ਆਪਸੀ ਮੀਟਿੰਗਸ ਹੁੰਦੀਆਂ ਨੇ ਰਿਪਦਮਨ ਸਿੰਘ ਮਲਿਕ ਅਤੇ ਸਰਦਾਰ ਮਨਿੰਦਰ ਸਿੰਘ ਕੁਝ ਹੋਰ ਸਿੰਘ ਨੇ ਜੀ ਦੋ ਦਿਨਾਂ ਤੋਂ ਲਗਾਤਾਰ ਮੀਟਿੰਗ ਚੱਲ ਰਹੀਆਂ ਸਨ ਔਰ ਰਿਪਦਮਨ ਸਿੰਘ ਮਲਿਕ ਇਸ ਗੱਲੋਂ ਮੰਨ ਗਏ ਸੀ ਜਦੋਂ ਪਿਛਲਾ ਟਾਕ ਸ਼ੋਅ ਆਪਾਂ ਕੀਤਾ ਸੀ ਕਿ ਮੇਰੇ ਕੋਲ ਆਹ ਮਟੀਰੀਅਲ ਪਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਪਈਆਂ ਨੇ ਮੈਂ ਜ਼ਿੰਮੇਵਾਰੀ ਨਹੀਂ ਚੁੱਕਣੀ ਹੁਣ ਜਿਹੜਾ ਮਰਜ਼ੀ ਲੈ ਜਾਵੇ ਚੁੱਕ ਕੇ ਛਾਪੇ ਮੈਨੂੰ ਕੋਈ ਪ੍ਰੋਬਲਮ ਨਹੀਂ ਜੀ ਆਪਾਂ ਅਨਾਊਂਸ ਵੀ ਕੀਤਾ ਪਰ ਉਸੇ ਕਈ ਹੋਈ ਗੱਲ ਤੋਂ ਸਰਦਾਰ ਰਿਪਦਮਨ ਸਿੰਘ ਮਲਕ ਮੁੱਕਰ ਗਿਆ ਬਿਲਕੁਲ ਜਦੋਂ ਦੁਬਾਰਾ ਮੀਟਿੰਗ ਹੁੰਦੀ ਹੈ ਇਹਨਾਂ ਦੀ ਮਨਿੰਦਰ ਸਿੰਘ
ਜਿਹੜੇ ਬੀਸੀਸੀ ਕਾਉਂਸਲ ਦੇ ਸਪੋਕਸਪਰਸਨ ਨੇ ਉਹ ਤੋਂ ਮੁੱਕਰ ਜਾਂਦੇ ਨੇ। ਔਰ ਕੁਲਦੀਪ ਸਿੰਘ ਜੀ ਤੁਹਾਡੀ ਗੱਲ ਵਿੱਚੋਂ ਥੋੜਾ ਜਿਹਾ ਕੱਟਦੀ ਆ ਜੀ, ਉਹਨਾਂ ਨੇ ਪਹਿਲੀ ਵਾਰ ਜਦੋਂ ਆਪਣੇ ਨਾਲ ਗੱਲ ਕੀਤੀ ਸੀ ਰਪਦਮਨ ਸਿੰਘ ਮਲਕ ਹੁਣਾਂ ਨੇ ਟੀਵੀ ਤੇ ਆ ਕੇ ਮੈਸੇਜ ਦਿੱਤਾ ਸੀ, ਉਹਨਾਂ ਨੇ ਕਿਹਾ ਸੀ 11 ਜਾਂ 15 ਸਰੂਪ ਛਾਪੇ ਗਏ, ਪਰ ਜਦੋਂ ਬੀਸੀ ਸਿੱਖ ਕਾਉਂਸਲ ਦੇ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਆ ਤੇ ਉਹਨਾਂ ਨੇ ਕਿਹਾ ਕਿ 22 ਸਰੂਪ ਛਾਪੇ ਗਏ ਪਹਿਲੀ ਮੀਟਿੰਗ 'ਚ, ਦੂਜੀ ਮੀਟਿੰਗ 'ਚ ਕਿਹਾ ਕਿ 62 ਸਰੂਪ ਛਾਪੇ ਗਏ। ਤੇ ਇੱਕ ਤੁਹਾਨੂੰ ਮੈਂ ਲੇਟੈਸਟ ਗੱਲ ਦੱਸਦੀ ਹਾਂ ਕਿ ਕੱਲ੍ਹ ਜਦੋਂ ਉੱਥੋਂ ਅਸੀਂ ਸਾਰਾ ਕੁਛ ਉੱਥੋਂ ਮਸ਼ੀਨਾਂ ਮੂਵ ਕੀਤੀਆਂ ਗਈਆਂ, ਗੁਰਦੁਆਰਾ ਸਾਹਿਬ ਦੇ ਪਾਵਨ ਸਰੂਪ ਜਿਹੜੇ ਉੱਥੋਂ ਲਿਜਾਏ ਗਏ, ਮੈਂ ਉੱਥੇ ਮੌਜੂਦ ਸੀ ਤੇ ਕੱਲ ਉੱਥੇ ਗਿਣਤੀ ਹੋਈ ਸੀ, 71 ਬੀੜਾਂ ਦੀ ਛਪਾਈ ਹੋਈ, ਹਲੇ 71 ਹੀ ਨੋਟ ਹੋਈਆਂ ਆ ਤੇ ਬਾਕੀ ਇਹਦਾ ਹੋਰ ਸੱਚ ਕੀ ਨਿਕਲੂਗਾ ਪਤਾ ਨੀ ਜੀ। ਇਹਦੇ 71 ਬੀੜਾਂ ਦੇ ਵਿੱਚੋਂ ਕਿੰਨੀਆਂ ਬੀੜਾਂ ਕੱਲ ਗੁਰਨਾਨਕ ਸਿੰਘ ਗੁਰਦੁਆਰਾ ਸਾਹਿਬ ਪਹੁੰਚੀਆਂ ਨੇ? 46 ਮਹਾਰਾਜ ਦੇ ਸਰੂਪ ਉੱਥੇ ਪਹੁੰਚੇ ਹੈਗੇ ਆ, ਜਿਹਦੇ ਵਿੱਚ ਟੋਟਲ 71 ਆ। 71 ਦੇ ਵਿੱਚੋਂ 2 ਇਹਨਾਂ ਨੇ ਜਿਹੜੀਆਂ ਅਗਨ ਭੇਂਟ ਕਰ ਦਿੱਤੀਆਂ ਸੀ ਉਹਨਾਂ ਨੂੰ, ਕਿਉਂਕਿ ਕਹਿੰਦੇ ਛਪਾਈ ਦੇ ਦੌਰਾਨ ਕੁਛ ਗਲਤ ਛਾਪਿਆ ਗਿਆ ਸੀ ਵਿੱਚ, ਸੋ ਉਹ ਅਗਨ ਭੇਂਟ ਕਰ ਦਿੱਤੀਆਂ। ਪਹਿਲਾਂ 1 ਗਿਆ ਸੀ ਮੀਟਿੰਗ 'ਚ ਤੇ ਫਿਰ ਕੱਲ੍ਹ 2 ਕਹੀਆਂ ਗਈਆਂ। ਕੱਲੀਆਂ ਬੀੜਾਂ ਹੀ ਅਗਨ ਭੇਂਟ ਕੀਤੀਆਂ ਨੇ ਕਿ ਪਰਿਵਾਰ ਦਾ ਜੀਵ ਵੀ ਕੋਈ ਨਾਲ ਗਿਆ? ਨਹੀਂ, ਕੱਲੀਆਂ ਬੀੜਾਂ ਹੀ ਅਗਨ ਭੇਂਟ ਕੀਤੀਆਂ ਸੀ, ਉਹ ਗਲਤ ਹੋ ਗਈਆਂ ਸੀ। ਤੇ ਜੇ ਪਰਿਵਾਰ ਦਾ ਕੋਈ ਜੀ ਗਲਤ ਹੋ ਜਾਵੇ ਤੇ ਉਹ ਅਗਨ ਭੇਂਟ ਨਹੀਂ ਕਰਨਾ, ਉਹ ਤਾਂ ਸਾਡਾ ਪਰਿਵਾਰ ਦਾ ਜੀ ਆ। ਸੋ ਬੀੜਾਂ ਜਿਹੜੀਆਂ 2 ਇਹਨਾਂ ਨੇ ਅਗਨ ਭੇਂਟ ਕਰ ਦਿੱਤੀਆਂ ਸੀ, 71 ਚੋਂ 2 ਅਗਨ ਭੇਂਟ ਕਰਤੀਆਂ, 23 ਬੀੜਾਂ ਜਿਹੜੀਆਂ ਉਹ ਬਾਹਰ ਜਾ ਚੁੱਕੀਆਂ ਆ। ਇਹ ਨਹੀਂ ਪਤਾ ਕਿ ਉਹ ਲੋਕਲ ਸੰਗਤ ਦੇ ਘਰਾਂ ਦੇ ਵਿੱਚ ਸ਼ੋਭਤ ਆ ਜਾਂ ਕਿ ਸਿਟੀ ਤੋਂ ਬਾਹਰ ਆ ਜਾਂ ਕਿ ਮੁਲਕ ਤੋਂ ਬਾਹਰ ਕਿਤੇ ਜਾ ਚੁੱਕੀਆਂ, ਉਹਨਾਂ ਦਾ ਵੀ ਹਿਸਾਬ ਲਿਆ ਜਾਊਗਾ। ਸੋ 46 ਜਿਹੜੇ ਮਹਾਰਾਜ ਦੇ ਸਰੂਪ ਆ ਜਿਹੜੇ ਉੱਥੋਂ ਚੱਕੇ ਗਏ ਕੱਲ, ਸੋ ਟੋਟਲ ਗਿਣਤੀ ਕੱਲ ਤਕਰੀਬਨ 8:30-9 ਵਜੇ ਤੱਕ ਜਿਹੜਾ ਇਹ ਸਾਰਾ ਕਾਰਜ ਹੋਇਆ, ਮੈਂ ਉੱਥੇ ਮੌਜੂਦ ਸੀ, ਸੋ ਉਸ ਵੇਲੇ ਤੱਕ ਇਹ 71 ਬੀੜਾਂ ਦਾ ਸਾਹਮਣੇ ਸੱਚ ਆਇਆ ਸੀ। ਮੇਰਾ ਖਿਆਲ ਆਪਾਂ ਪਹਿਲਾਂ ਦੇਖਦੇ ਹਾਂ ਥੋੜਾ ਜਿਹਾ ਕੱਲ ਦੀ ਜਿਹੜੀ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਖਾਲਸਾ ਸਕੂਲ ਸਰੀ ਐਜੂਕੇਸ਼ਨ ਟਰੱਸਟ ਅਤੇ ਉਹਦੇ ਸਾਹਮਣੇ ਜਿਹੜਾ ਐਲੀਮੈਂਟਰੀ ਸਕੂਲ ਹੈ ਉੱਥੋਂ ਜਿਹੜੀਆਂ ਬੀੜੀਆਂ ਚੁੱਕੀਆਂ ਗਈਆਂ ਨੇ, ਉਹਦਾ ਦ੍ਰਿਸ਼ ਤੁਸੀਂ ਲਾਈਵ ਕੱਲ੍ਹ ਸਾਂਝਾ ਟੀ ਵੀ ਦੇ ਉੱਤੇ ਦੇਖਿਆ ਵੀ ਹੈ, ਅਤੇ ਉਹਦੇ ਵਿੱਚ ਮਸ਼ੀਨਾਂ ਨੇ ਜਿਹੜੀਆਂ ਜਿਹਨਾਂ ਮਸ਼ੀਨਾਂ ਦੇ ਨਾਲ ਪ੍ਰਿੰਟਿੰਗ ਹੋ ਰਹੀ ਸੀ ਉਹ ਮਸ਼ੀਨਾਂ ਪ੍ਰਿੰਟਿੰਗ ਵਾਲੀਆਂ ਬਕਾਇਦਾ ਵੱਡੀਆਂ ਮਸ਼ੀਨਾਂ ਲਿਆ ਕੇ ਉਹਨਾਂ ਨੂੰ ਚੁੱਕਿਆ ਗਿਆ, ਔਰ ਉਹਨਾਂ ਮਸ਼ੀਨਾਂ ਨੂੰ ਬਕਾਇਦਾ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਵੀ ਲਿਆ ਜੀ। ਬਕਾਇਦਾ ਸਾਹਿਬ ਦੇ ਪਾਵਨ ਸਰੂਪ ਦੀ ਛਪਾਈ ਹੋਈ ਸੀ, ਉਹਨਾਂ ਦੇ ਵਿੱਚ ਕੁਛ ਗਲਤੀਆਂ ਹੋਣ ਕਰਕੇ ਅਗਨ ਭੇਂਟ ਕਰ ਦਿੱਤੇ ਗਏ, ਉਹ ਤੁਹਾਨੂੰ ਦੱਸਿਆ ਗਿਣਤੀ ਦੱਸੀ ਗਈ ਕਿ ਕਿੰਨੇ ਅਗਨ ਭੇਂਟ ਕੀਤੇ ਗਏ? ਵੈਸੇ ਤਾਂ 1 ਕਹਿ ਰਿਹਾ ਪਰ ਸਾਨੂੰ ਸ਼ੱਕ ਹੈ ਕਿ ਜ਼ਿਆਦਾ ਇਹਨੇ ਜਿਹੜੇ ਆ ਸਰੂਪ ਸਭ ਤੋਂ ਜਿਹੜੀ ਮਾੜੀ ਉਹ ਗੱਲ ਕੀਤੀ ਆ ਕਿ ਗੁਰੂ ਮਹਾਰਾਜ ਦੇ ਨਵੇਂ ਸਰੂਪ ਜਿਹੜੇ ਨੇ ਗਲਤ ਬਣਾ ਕੇ ਉਹਨਾਂ ਨੂੰ ਅਗਨ ਭੇਂਟ ਕੀਤਾ, ਇਹ ਬੜੀ ਦੁਖਦਾਈ ਹੈ। ਤੇ ਤੁਸੀਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਸੰਗਤਾਂ ਨੂੰ ਇਹੋ ਮੈਸੇਜ ਦੇਣਾ ਵੀ ਜੋ ਸੰਗਤਾਂ ਨੇ ਫੈਸਲਾ ਲਿਆ ਹੈ ਇਹਦਾ ਸੋਸ਼ਲ ਬਾਈਕਾਟ ਦਾ, ਔਰ ਜਿਹੜੇ ਨੇ ਸੰਗਤਾਂ ਦੀ ਗੱਲ ਹੀ ਨਹੀਂ ਮੰਨੀ ਕਿ ਹਾਰ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇ ਹਰਪ੍ਰੀਤ ਸਿੰਘ ਜੀ ਹੁਣਾਂ ਨੂੰ ਇਹਦੇ ਵਿੱਚ ਇੰਟਰਫੀਅਰ ਕਰਨਾ ਪਿਆ। ਕਬੂਲ ਕੀਤਾ ਸੀ ਕਿ ਸ਼ਾਇਦ 10 ਜਾਂ 15 ਹੋਣਗੇ, ਪ੍ਰੋਪਰ ਗਿਣਤੀ ਨਹੀਂ ਸੀ ਦੱਸੀ, ਅਸੀਂ ਝੂਠ ਬੋਲਿਆ ਸੀ ਨੇ, ਇਹ ਤਾਂ ਹੁਣ ਫੜਿਆ ਗਿਆ। ਪਿਛਲੇ ਦਿਨੀ ਜਦੋਂ ਵੈਨਕੂਵਰ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਮੀਟਿੰਗ ਹੋਈ ਸੀ, ਉੱਥੇ ਇਹ ਗੱਲ ਜ਼ਾਹਰ ਕੀਤੀ ਗਈ ਸੀ, ਤਕਰੀਬਨ 8 ਕੁ ਕਮੇਟੀਆਂ ਨੂੰ ਇਸ ਗੱਲ ਦਾ ਪਤਾ ਸੀ, ਔਰ ਬਾਕੀ ਤਕਰੀਬਨ 30 ਤੋਂ ਜ਼ਿਆਦਾ ਕਮੇਟੀਆਂ ਇਸ ਗੱਲ ਤੋਂ ਅਵੇਅਰ ਨਹੀਂ ਸਨ। ਉਹ ਕਿਹੜੀਆਂ 8 ਕਮੇਟੀਆਂ? ਤੁਸੀਂ ਉਹਨਾਂ ਦੇ ਵਿੱਚ ਸੀ, ਤੁਹਾਨੂੰ ਇਸ ਗੱਲ ਦੀ ਨੌਲੇਜ ਸੀ? ਸਾਡੇ ਵਿੱਚ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ, ਗੁਰਦੁਆਰਾ ਦਸ਼ਮੇਸ਼ ਦਰਬਾਰ ਜੀ, ਗੁਰਦੁਆਰਾ ਦੂਖਨਿਵਾਰਨ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਕਲਗੀਧਰ ਦਰਬਾਰ ਐਵ ਸਪੋਰਟ ਸਿੰਘ ਸਭਾ, ਅਤੇ ਖਾਲਸਾ ਦੀਵਾਨ ਖਾਲਸਾ ਦਰਬਾਰ ਵੈਨਕੂਵਰ ਅਤੇ ਸੁੱਖ ਸਾਗਰ ਨਿਊ ਵੈਸਟ, ਇਹ 8 ਗੁਰਦੁਆਰਿਆਂ ਦੀ ਸਾਡੀ ਸੁਸਾਇਟੀ ਬਣੀ ਹੈ ਲੰਮੇ ਸਮੇਂ ਤੋਂ। ਅਤੇ ਇਹਨਾਂ ਦੇ ਵਿੱਚ ਸਾਨੂੰ ਜਦੋਂ ਫਰਵਰੀ 'ਚ ਪਤਾ ਲੱਗਾ, ਅਸੀਂ ਆਪਣੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਵੀ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਆ ਵੀ ਇਹਨੂੰ ਸੁਲਝਾਇਆ ਜਾਵੇ, ਵੀ ਇੱਦਾਂ ਨਾ ਹੋਇਆ ਜਾਵੇ। ਇਹਨੇ ਸਾਡੇ ਨਾਲ ਜਦੋਂ ਪ੍ਰੋਮਿਸ ਕਰ ਲਿਆ, ਪਰ ਇਹ ਪ੍ਰੋਮਿਸ 'ਤੇ ਨਹੀਂ ਖੜੇ, ਜਦੋਂ ਸਾਨੂੰ ਤਾਂ ਜੁਲਾਈ 'ਚ ਪਤਾ ਲੱਗਾ ਫਰਵਰੀ 'ਚ ਪ੍ਰੋਮਿਸ ਕਰਦੇ ਆ, ਸਾਨੂੰ ਜਾ ਕੇ ਜੁਲਾਈ 'ਚ ਪਤਾ ਲੱਗਦਾ ਵੀ ਇਹ ਛਾਪ ਰਹੇ ਆ, ਅਤੇ ਫਿਰ ਅਸੀਂ ਕਾਰਵਾਈ ਰੰਭੜੀ ਸ਼ੁਰੂ ਕੀਤੀ, ਅਤੇ ਅਸੀਂ ਅਕਾਲ ਤਖਤ ਸਾਹਿਬ ਜੀ ਨੂੰ ਵੀ ਲੈਟਰ ਲਿਖਿਆ, ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਲਿਖਿਆ, ਅਤੇ ਮੀਡੀਆ ਨੂੰ ਵੀ ਦਿੱਤਾ।
ਜਦੋਂ ਮਲਕ ਹੋਣਾ ਦੇ ਨਾਲ ਸਾਡੀ ਗੱਲਬਾਤ ਹੋਈ ਸੀ ਉਹਨਾਂ ਨੇ ਸਾਨੂੰ ਸਾਡੇ ਟਾਕ ਸ਼ੋਅ ਚੱਲਦੇ ਦੌਰਾਨ ਇੱਕ ਮੈਸੇਜ ਭੇਜਿਆ ਸੀ ਕਿ ਉਹ ਆਪਣੇ ਇਹ ਪ੍ਰਿੰਟਿੰਗ ਹੁਣ ਛਪਾਈ ਹੋਰ ਨਹੀਂ ਕਰਨਗੇ ਔਰ ਉਹ ਕਹਿੰਦੇ ਜਿੰਨੇ ਵੀ ਉਹਨਾਂ ਨੇ 10 ਤੋਂ 15 ਗੁਰੂ ਮਹਾਰਾਜ ਦੇ ਸਰੂਪ ਦੀ ਛਪਾਈ ਕੀਤੀ ਆ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਜਿੱਥੇ ਵੀ ਉਹਨਾਂ ਨੂੰ ਕਿਹਾ ਜਾਵੇਗਾ ਉੱਥੇ ਹੀ ਉਹ ਜਿਹੜੇ ਉਹ ਸਤਿਕਾਰ ਸਹਿਤ ਭੇਜ ਦਿੱਤੇ ਜਾਣਗੇ ਪਰ ਹੁਣ ਪਤਾ ਲੱਗਾ ਕਿ 62 ਗੁਰੂ ਸਾਹਿਬ ਦੇ ਸਰੂਪ ਇਹਨਾਂ ਨੇ ਛਪਾਏ ਸੀਗੇ ਤੇ ਅਕਾਲ ਤਖਤ ਸਾਹਿਬ ਤੋਂ ਹੁਣ ਹੁਕਮਨਾਮਾ ਆ ਗਿਆ ਪਰ ਇਹੋ ਜਿਹੇ ਲੋਕਾਂ ਦੇ ਲਈ ਤੁਹਾਡੀ ਨਿਗਾਹ ਦੇ ਵਿੱਚ ਕੀ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਦੇਖੋ ਅਕਾਲ ਤਖਤ ਸਾਹਿਬ ਜੀ ਨੂੰ ਮੇਰੇ ਹੱਥ ਵਿੱਚ ਵੀ ਲੈਟਰ ਆ ਸੋਸ਼ਲ ਮੀਡੀਆ ਤੇ ਵੀ ਅਸੀਂ ਪਾਇਆ ਹੋਇਆ ਆ ਸਖਤ ਸ਼ਬਦਾਂ ਦੇ ਵਿੱਚ ਅਸੀਂ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕੀਤੀ ਆ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤਲਬ ਕੀਤਾ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਘਨੌਣਾ ਕੋਈ ਵੀ ਬੰਦਾ ਹਰਕਤ ਨਾ ਕਰ ਸਕੇ ਕਿਉਂਕਿ ਸਾਡੀ ਸਰਮੌਰ ਸੰਸਥਾ ਆ ਉੱਥੇ ਕੋਈ ਵੀ ਇਸ ਵੇਲੇ ਜਥੇਦਾਰ ਹੋਵੇ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ ਪਰ ਫਿਰ ਵੀ ਸਾਡਾ ਉਸ ਸ਼ਹੀਦਾਂ ਦੀ ਜਿਹੜੀ ਸਾਜੀ ਹੋਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਅਸੀਂ ਦੱਸਣਾ ਸਾਡਾ ਫਰਜ਼ ਬਣਦਾ ਮੁੱਢਲਾ ਫਰਜ਼ ਬਣਦਾ ਉੱਥੇ ਚੰਗੇ ਮਾੜੇ ਜਥੇਦਾਰ ਜਾਂ ਪ੍ਰਧਾਨ ਆਉਂਦੇ ਜਾਂਦੇ ਰਹਿਣਗੇ ਅਤੇ ਅਸੀਂ ਉੱਥੇ ਹਰ ਹਿੱਲਾ ਵਰਤ ਕੇ ਉਹਨਾਂ ਨੂੰ ਅਸੀਂ ਮਤਲਬ ਦੱਸਣ ਦੀ ਟਰਾਈ ਕੀਤੀ ਆ ਵੀ ਇਹਨਾਂ ਨੇ ਆਹ ਕੁਛ ਕੀਤਾ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਜਿਹੜੇ ਪਹਿਲਾਂ ਗਿਣਤੀ 62 ਦੱਸੀ ਗਈ ਸੀ ਤੇ ਇਸ ਚੱਲ ਰਹੀ ਗੱਲਬਾਤ ਦੇ ਵਿੱਚ ਜਦੋਂ ਕੱਲ੍ਹ ਸ਼ਾਮ ਨੂੰ ਸੰਗਤਾਂ ਦੇ ਵਿੱਚ ਬੜਾ ਰੋਸ ਸੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਖਾਲਸਾ ਸਕੂਲ ਨਿਊਟਨ ਵਾਲੇ ਦੇ ਸਾਹਮਣੇ ਬੜੇ ਸ਼ਾਂਤਮਈ ਤਰੀਕੇ ਨਾਲ ਜਾਪ ਕਰਦੀਆਂ ਹੋਈਆਂ ਉੱਥੇ ਪਹੁੰਚੀਆਂ ਜਿੱਥੇ ਸਾਂਝਾ ਟੀ ਵੀ ਦੀ ਟੀਮ ਬਕਾਇਦਾ ਸਾਰੀ ਕਵਰੇਜ ਕਰ ਰਹੀ ਸੀ ਪਰ ਉੱਥੇ ਮਨਾਂ ਦੇ ਵਿੱਚ ਇਹ ਰੋਸ ਸੀ ਕਿ ਸੰਗਤਾਂ ਦੇ ਨਾਲ ਝੂਠ ਕਿਉਂ ਬੋਲਿਆ ਗਿਆ ਹਰਿਪਦਮਨ ਸਿੰਘ ਮਲਿਕ ਵੱਲੋਂ ਕਿਉਂ ਧੋਖਾ ਕੀਤਾ ਗਿਆ ਵਾਅਦਾ ਕਰਕੇ ਕਿਉਂ ਮੁਕਰੇ ਪਰ ਇੱਕ ਗੱਲ ਦੇਖਣ ਵਾਲੀ ਹੈ ਕਿ ਜਿਉਂ ਹੀ ਇਹ ਰੋਹ ਵੱਧਦਾ ਉਸ ਰੋਹ ਦੇ ਵਿੱਚ ਲੋਕਾਂ ਨੇ ਬੜੇ ਜਾਬਤੇ 'ਚ ਰਹਿ ਕੇ ਕੰਮ ਲਿਆ ਕਿਸੇ ਨੂੰ ਉੱਚਾ ਨਹੀਂ ਬੋਲੇ ਭਾਵੇਂ ਤੁਸੀਂ ਲਾਈਵ ਜ਼ਿਕਰ ਵੀ ਕਰ ਰਹੇ ਸੋ ਕਿ ਬਾਏ ਲਾਅ ਵਾਲੇ ਵੀ ਪਹੁੰਚੇ ਹੋਏ ਨੇ ਅਤੇ ਨਾਲ ਦੀ ਨਾਲ ਪੁਲਿਸ ਵੀ ਪਹੁੰਚੀ ਹੋਈ ਹੈ ਪਰੰਤੂ ਬੜੇ ਸਤਿਕਾਰ ਦੇ ਨਾਲ ਹਰੇਕ ਨੇ ਉਹਨਾਂ ਨੂੰ ਲਿਆ 24 ਤਰੀਕ ਨੂੰ 24 ਅਗਸਤ ਨੂੰ ਹੁਕਮਨਾਮਾ ਆਉਂਦਾ ਹੈ 12 ਘੰਟਿਆਂ ਦੇ ਵਿੱਚ ਵਿੱਚ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮੇ ਨੂੰ ਇੰਪਲੀਮੈਂਟ ਕੀਤਾ ਜਾਂਦਾ ਮੇਰਾ ਖਿਆਲ ਹੈ ਹਿਸਟਰੀ ਦੇ ਵਿੱਚ ਪਹਿਲਾ ਮੌਕਾ ਹੋਏਗਾ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਉਂਦਾ ਅਤੇ 12 ਘੰਟਿਆਂ ਦੇ ਵਿੱਚ ਵਿੱਚ ਉਹਦਾ ਐਕਸ਼ਨ ਲਿਆ ਜਾਂਦਾ ਮੇਰੀ ਇਹ ਸਲਾਹ ਹੈ ਕਿ ਅੱਜ ਤੁਹਾਨੂੰ ਪੂਰਾ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਪ੍ਰੈਸ ਨੋਟ ਆਇਆ ਸੀ ਹੁਕਮਨਾਮਾ ਉਹਦਾ ਪਹਿਲਾ ਜਿਹੜਾ ਹਿੱਸਾ ਹੈ ਉਹ ਪੜ੍ਹ ਕੇ ਤੁਹਾਨੂੰ ਸੁਣਾਉਂਦੇ ਹਾਂ ਕਿ ਹੁਕਮਨਾਮਾ ਆਇਆ ਕੀ ਹੈ ਸਾਡੇ ਨਾਲ ਇੱਕ ਕਾਲਰ ਹੈ ਪਹਿਲਾਂ ਇਹਨਾਂ ਦੇ ਨਾਲ ਗੱਲ ਕਰ ਲਈਏ ਜੀ ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਅਸੀਂ ਦੂਸਰਿਆਂ ਨੂੰ ਕਹਿੰਦੇ ਸਾਡੀ ਸਿੱਖ ਕੌਮ ਹੀ ਸਾਨੂੰ ਬਰਬਾਦ ਕਰਨ ਤੇ ਲੱਗੀ ਹੋਈ ਹੈ ਜੀ ਜੀ ਹਾਂਜੀ ਦੂਜੀ ਗੱਲ ਮੈਂ ਇਹ ਪੁੱਛਣਾ ਚਾਹੁੰਦੀ ਵੀਰ ਜੀ ਤੋਂ ਕਿ ਤੁਸੀਂ ਕਹਿ ਰਹੇ ਹੈ ਕਿ ਸ਼੍ਰੋਮਣੀ ਕਮੇਟੀ ਤਾਂ ਕੁਛ ਵੀ ਮਤਲਬ ਲੈ ਸਕਦੀ ਹੈ ਇਹਨਾਂ ਤੇ ਹਨਾ ਓਬਜੈਕਸ਼ਨ ਬਟ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਅਨਲੀਗਲ ਕੰਮ ਹੋ ਰਿਹਾ ਕੀ ਕੈਨੇਡਾ ਗਵਰਨਮੈਂਟ ਵੀ ਇਹਨਾਂ ਤੇ ਕੋਈ ਐਕਸ਼ਨ ਲੈ ਸਕਦੀ ਹੈ ਬਿਲਕੁਲ ਇਹ ਕਾਨੂੰਨੀ ਦਾਪੇਚ ਨੇ ਜੀ ਬਕਾਇਦਾ ਕਾਨੂੰਨੀ ਤੌਰ ਦੇ ਉੱਤੇ ਜੇ ਕੋਈ ਗੱਲਬਾਤ ਹੋ ਸਕਦੀ ਹੈ ਤੇ ਮੇਰਾ ਖਿਆਲ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਉਹ ਇਹਦੇ ਬਾਰੇ ਵਿਚਾਰ ਕਰ ਸਕਦੀਆਂ ਨੇ ਵੀ ਕਾਨੂੰਨੀ ਤੌਰ ਦੇ ਉੱਤੇ ਵੀ ਕੁਛ ਕੀਤਾ ਜਾ ਸਕਦਾ ਕਿ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਹੋਰ ਬਹੁਤ ਪਰਤਾਂ ਖੁੱਲਣਗੀਆਂ ਬਹੁਤ ਕੁਛ ਇਹਦੇ ਵਿੱਚ ਹਾਂਜੀ ਮਾਫ ਕਰਨਾ ਸਾਨੂੰ ਇੰਨਾ ਪਤਾ ਵੀ ਸ਼੍ਰੋਮਣੀ ਕਮੇਟੀ ਤੇ ਕਿੱਥੋਂ ਤੱਕ ਐਕਸ਼ਨ ਲੈ ਸਕਦੀ ਸਭ ਨੂੰ ਪਤਾ ਪਰ ਜੇ ਕੈਨੇਡਾ ਗਵਰਨਮੈਂਟ ਇਹਨਾਂ ਤੇ ਐਕਸ਼ਨ ਲਵੇ ਤੇ ਮੇ ਵੀ ਜ਼ਿਆਦਾ ਬੈਟਰ ਹੈ ਨਾ ਜੀ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਭੈਣ ਜੀ ਤੁਹਾਡਾ ਜੀ ਥੈਂਕ ਯੂ ਜੀ ਹੁਕਮਨਾਮਾ ਸਾਹਿਬ ਦੇ ਵਿੱਚ ਜਿਹੜਾ ਪ੍ਰੈਸ ਨੋਟ ਆਇਆ ਉਹਦੇ ਵਿੱਚ ਮੈਂ ਚਾਹੁੰਦਾ ਕਿ ਪਹਿਲਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਕੁਝ ਕਿਹਾ ਕੀ ਹੁਕਮਨਾਮਾ ਪਹਿਲਾ ਆਇਆ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਬਿਲਕੁਲ ਇਹਦੇ 10 ਜਿਹੜੇ ਹੈਗੇ ਆ ਸਟੈਪ 10 ਇਹਦੇ ਹੈਗੇ ਟੋਟਲ ਜਿਹੜੇ ਜਾਰੀ ਕੀਤੇ ਗਏ ਪਰ ਅਸੀਂ ਨੰਬਰ 1 ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜੀ ਅੱਜ ਮਿਤੀ 24 ਅਗਸਤ 2020 ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਰਵਾਈ ਗਈ ਪੜਤਾਲ ਅਨੁਸਾਰ ਨਤੀਜਾ ਰਿਪੋਰਟ 10 ਪੇਜ ਅਤੇ ਮੁਕੰਮਲ ਰਿਪੋਰਟ ਜਿਹੜੀ 1000 ਪੇਜ ਪਾਇਆ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੇਜ਼ਰ ਵਿੱਚ ਠੀਕ ਢੰਗ ਨਾਲ ਮੇਨਟੇਨ ਨਹੀਂ ਕੀਤੇ ਗਏ
ओपन अते क्लोजिंग लेजर विच वार वार कटिंग ते छेड़छाड़ की साबित हुई है। साल 2013-14 दियां लेजरां नूं चैक करन ते पाया गया कि प्रेस दे पब्लीकेशन विभाग दियां लेजरां विच 18 अगस्त 2015 नूं श्री गुरु ग्रंथ साहिब जी दे 267 पावन सरूप नहीं सगों 328 पावन सरूप घट सन। इस तों इलावा कुछ अधिकारियां कर्मचारियां दी मिली भुगत नाल पब्लीकेशन विभाग वालों जारी किए गए वेस्टिंग अंगां लई दित्ते वाधू अंगां तों अण अधिकारित तरीके नाल पावन सरूप तैयार करवा के बिना बिल कटिया संगतां नूं दित्ते गए। एक बार 61 अते एक बार 125 पावन सरूप अण अधिकारित तौर ते वधेरे अंगां तों पावन सरूप तैयार करवाए गए। मिति 18-8-2015 अते 31-5-2020 श्रोमणी कमेटी प्रबंधक श्रोमणी गुरद्वारा प्रबंधक कमेटी वालों की गई चैकिंग अनुसार मौजूदा समय विच स्टोक लेजर विच 267 सरूप घट हन। इस समय दौरान बिल्लां ते डुच्चां विच भी काफ़ी अंतर है। लेजरां नाल छेड़छाड़ अते 2016 तों हुण तीक ऑडिट भी नहीं कीता करवाया गया। इह बहुत वड्डी बेईमानी ते अणगहली है। पंज सिंह साहिबान वालों इस रिपोर्ट नूं विचारन उपरंत श्रोमणी गुरद्वारा प्रबंधक कमेटी नूं आदेश कीता जांदा कीता है कि एक हफ्ते दे अंदर अंदर शॉर्ट नोटिस ते आंतरिक कमेटी दी मीटिंग बुला के रिपोर्ट विच दोषी पाए गए कर्मचारियां अधिकारियां खिलाफ बनदी कारवाई कीती जावे। ਇਹ ਪਹਿਲਾ ਨੋਟ ਹੈ ਜੀ। ਪਹਿਲਾ ਨੋਟ ਹੈ ਜੀ। ਪਰ ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਇੱਕ ਵਫਦ ਕਰੋਨਾ ਤੋਂ ਪਹਿਲਾਂ ਜੀ ਜਨਵਰੀ ਫਰਵਰੀ ਦੇ ਵਿੱਚ ਕੈਨੇਡਾ ਤੋਂ ਜੀ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦਾ ਮਿਲਦਾ ਜੀ ਸਾਡੇ ਨਾਲ ਕੋਲ ਜੁੜੇ ਬਿਲਕੁਲ ਜਿਨ੍ਹਾਂ ਨਾਲ ਵੀ ਗੱਲ ਕਰਦੇ ਹਾਂ ਔਰ ਉਹ ਜਾ ਕੇ ਕਹਿੰਦਾ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਾਉਣ ਦੇ ਲਈ ਪੰਜਾਬੀ ਪਰਿਵਾਰ ਦੀ ਭਾਸ਼ਾ ਸਰਕਾਰ ਦੀ ਭਾਸ਼ਾ ਅਤੇ ਰੁਜ਼ਗਾਰ ਦੀ ਭਾਸ਼ਾ ਬਣੇ ਉਹਦੇ ਬਾਬਤ ਵਫਦ ਮਿਲਿਆ। ਬਕਾਇਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਸਨਮਾਨਿਤ ਵੀ ਕੀਤਾ ਅਤੇ ਅੱਗੇ ਚਿੱਠੀ ਵੀ ਲਿਖੀ ਸਰਕਾਰ ਨੂੰ ਜੀ। ਪਰ ਆਪ ਕੀ ਕਰ ਰਹੇ ਨੇ? ਮੈਂ ਵਿਸ਼ੇ ਵੱਲ ਨਹੀਂ ਜਾਵਾਂਗਾ। ਇਹਦੇ ਵਿੱਚ ਇਹ ਲਿਖਿਆ ਗਿਆ ਕਿ ਪਾਵਨ ਦੂਜੀ ਲਾਈਨ ਦੇ ਵਿੱਚ ਕਿ ਪਹਿਲੀ ਲਾਈਨ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਕਰਵਾਈ ਗਈ ਪੜਤਾਲ ਅਨੁਸਾਰ ਨਤੀਜਾ ਰਿਪੋਰਟ 10 ਪੇਜ। ਇਹਨਾਂ ਨੂੰ ਇਹ ਨਹੀਂ ਪਤਾ ਕਿ ਪੇਜ ਅੰਗਰੇਜ਼ੀ ਦਾ ਸ਼ਬਦ ਹੈ, ਪੇਜ ਲਿਖਿਆ ਗਿਆ। ਉਸ ਤੋਂ ਬਾਅਦ ਅੱਗੇ ਫਿਰ ਪਬਲੀਕੇਸ਼ਨ ਹੋ ਗਈ, ਮੇਨਟੇਨ ਨਹੀਂ ਕੀਤਾ। ਇਹਦੀ ਦੇਖ ਰੇਖ ਵੀ ਕੀਤਾ ਜਾ ਸਕਦਾ ਸੀ। ਹੋਰ ਬੜੇ ਸ਼ਬਦ ਨੇ ਕਿਉਂਕਿ ਆਹ ਜਿਹੜੇ ਹੁਕਮਨਾਮੇ ਨੇ, ਮੈਂ ਮਾਫ ਕਰਨਾ, ਸਪਸ਼ਟ ਗੱਲ ਮੈਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਹੁਕਮਨਾਮੇ ਅਕਾਲ ਤਖਤ ਸਾਹਿਬ ਦਾ ਜਿਹੜਾ ਸਟਾਫ ਹੈ ਜਾਂ ਸ਼੍ਰੋਮਣੀ ਕਮੇਟੀ ਦਾ ਸਟਾਫ ਹੈ ਉਹ ਤਿਆਰ ਨਹੀਂ ਕਰਦਾ ਜੀ। ਜ਼ਿਆਦਾਤਰ ਹੁਕਮਨਾਮੇ ਚੰਡੀਗੜ੍ਹੋਂ ਟਾਈਪ ਹੋ ਕੇ ਆਉਂਦੇ ਆ। ਇਹ ਗੱਲ ਮੇਰੇ ਕੋਲ ਜਥੇਦਾਰ ਗੁਰਮੁਖ ਸਿੰਘ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਮੰਨ ਕੇ ਗਏ ਨੇ ਪ੍ਰੋਗਰਾਮਾਂ ਦੇ ਵਿੱਚ ਕਿ ਅਸੀਂ ਹੁਕਮਨਾਮਾ ਕੋਈ ਜਾਰੀ ਨਹੀਂ ਕਰਦੇ, ਹੁਕਮਨਾਮੇ ਸਾਨੂੰ ਬਣੇ ਬਣਾਏ ਆਉਂਦੇ ਨੇ, ਅਸੀਂ ਪੜ੍ਹ ਕੇ ਸੁਣਾਉਂਦੇ ਹਾਂ ਜੀ। ਕੱਲ੍ਹ ਲੈ ਲਓ ਗੱਲ ਅੱਗੇ ਤੋਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ 'ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਹਰਪਾਲ ਸਿੰਘ ਸੁਨਾਮ ਬੋਲ ਰਿਹਾ ਕੈਲੀਫੋਰਨੀਆ ਤੋਂ ਜੀ। ਜੀ ਹਰਪਾਲ ਸਿੰਘ ਜੀ। ਹਾਂਜੀ ਭੈਣ ਜੀ, ਮੇਰਾ ਇੱਕ ਸਵਾਲ ਇਹ ਸੀਗਾ, ਜਿਵੇਂ ਤੁਸੀਂ ਇਹ ਕਾਰਜ ਕੀਤਾ, ਤੁਸੀਂ ਸਾਰੇ ਮੀਡੀਆ ਵਾਲੇ ਤੇ ਕੈਨੇਡਾ ਨਿਵਾਸੀ ਪਾਤਰ ਹੋ ਜੀ, ਪਰ ਮੇਰਾ ਇੱਕ ਸਵਾਲ ਹੁਣ ਇੱਥੇ ਇਹ ਬਣਦਾ ਵੀ ਜਿੱਥੇ ਹੁਣ ਆਪਾਂ ਇੰਨੇ ਜਾਗਰੂਕ ਹੋਏ ਹਾਂ ਸਾਰੇ, ਉੱਥੇ ਇਹ ਨਹੀਂ ਚਾਹੀਦਾ ਵੀ ਗੁਟਕੇ ਛਾਪਣਾ ਤੇ ਜਿਹੜੇ ਸੈਂਚੀਆਂ ਛਾਪਣਾ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋਣਾ ਚਾਹੀਦਾ, ਕਿਉਂਕਿ ਜਿੰਨੇ ਬਾਬੇ, ਜਿੰਨੇ ਜਥੇਦਾਰ, ਜਿੰਨੇ ਵੀ ਸੰਸਥਾਵਾਂ ਆਪਣੇ ਵੱਲੋਂ ਗੁਟਕੇ ਸੈਂਚੀਆਂ ਛਾਪਦੇ ਆ, ਉਹਨਾਂ ਵਿੱਚ ਬੇਹੱਦ ਜ਼ਿਆਦਾ ਤੋੜ ਮਰੋੜ ਤੇ ਆਪਣੇ ਵੱਲੋਂ ਵਾਧੂ ਬਾਣੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵੀ ਨਹੀਂ, ਉਹ ਕੁੱਝ ਲਿਖਿਆ ਜਾਂਦਾ ਕਿ ਇਸ ਪਾਸੇ ਵੱਲ ਵੀ ਸਾਡਾ ਧਿਆਨ ਦੇਣਾ ਬੇਹੱਦ ਜ਼ਰੂਰੀ ਨਹੀਂ ਬਣ ਜਾਂਦਾ ਜਿਵੇਂ ਹੁਣ ਅਸੀਂ ਜਾਗਰੂਕ ਹੋਏ ਹਾਂ ਜੀ। ਥੈਂਕ ਯੂ ਜੀ, ਬਹੁਤ ਵਧੀਆ ਤੁਸੀਂ ਸਵਾਲ ਕੀਤਾ, ਜ਼ਰੂਰ ਇਸ ਤੇ ਵੀ ਗੱਲਬਾਤ ਕਰਦੇ ਹਾਂ। ਧੰਨਵਾਦ ਤੁਹਾਡਾ ਵੀਰ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
सब तो पहला था मैं तानो मुबारकबाद देना है कुलदीप सिंह जी एंड बलजिंदर कौर जी सारियां तो पहला जेड़ा मुद्दा कुलदीप सिंह ने लियांदा है रेडियो ते एंड लोकां सामने आया उस मुद्दे की जो सानू भी जानकारी हुई है अभी भी अपनी जिन्नी भी साड़ी कोशिश सीगी क्योंकि असी भी सिख धर्म के उन्ने ही वफादार है जो उन्ना ही दुख दर्द सानू भी हैगा आ जिन्ना बाकी संगत नू हैगा आ जिहड़ा कल अकाल तख्त तो आदेश आया जी असी उहदा सारियां सोसाइटियां सारे गुरुद्वारा साहब बड़ा सत्कार करते हैं असीं भी चाहते है इस चीज के उत्ते अकाल तख्त श्रोमणी कमेटी पूरा पहरा देगी जी ताकि गाहां नू इदां दी कोई कुताही ना की जाए हुण मेरा मैसेज एक संगतां नू हैगा जदों इह बोलदे सीगे सरदार रुपदमन सिंह जी मलक इह हमेशा गल करदे आ बेअदबी और मर्यादा दी की मैनू कोई दस सकदा कि जदों हुण उत्थे गुरु ग्रंथ साहिब इन्हां रखे सी छापदे सीगे उत्थे इन्हां दी मर्यादा ते बेअदबी कित्थे गई उह सीगी की इन्हां दा उत्थे सीगा मैं इह चाहुंदा सीगा जिहड़े बीसी कौंसल दी सोसाइटीज हैगीआं आ भई चलो कितें सानू भी नाल लै जांदे सानू भी पता लगता भी की हो रहा आ पर मेरा मुद्दा यह नहीं है मैं गए चाहे नहीं गए यह कोई गल नहीं मैं उन्हां दा भी धन्नवाद बहुत ज्यादा करदा आ पर्टिकुलरली सिख टैंपल वालियां दा दशमेश दरबार वालियां दा जिहड़ी सोसाइटीज हैगीआं आ कि उन्होंने इहदा बहुत चंगे ढंग दे नाल इहदा किसे तरीके इहनूं लियाने दी कोशिश कीती आ बहुत ही वधिया उपराला आ इहदे नाल जिहड़ा समूह सिख जगत आ इत्थे नहीं ना बीसी ना सरी समूह सिख जगत दे हिरदियां नूं थोड़ी ठंड पई आ पे गुरु ग्रंथ साहिब जी दा की हो रहा सी गल्लां इह बेअदबी दीआं करदे सी पर बेअदबी करदा कौण आ इह लोकां दे सामणे आ लोकां नूं सरूप भी दिसदा आ किहड़ा सरूप किहड़ी आड़ लै के किन्ना झूठ बोलदा आ शुरू तो तुसीं आपां ही दस चुके आ पहलां 11 तों 15 सरूप सीगे पे 20 तों 25 सरूप हो गए पे 62 हो गए पे 71 हो गए हल्ले पता नहीं हैगा कुछ होर भी हैगा कि नहीं हैगा बिल्कुल मलकीत सिंह धामी जी हाले जेडे 71 सरूप गुरु महाराज दे कहे गए आ पर हाले भी संगतां दे दिल दे विच शंका आ कि जे उन्होंने 71 तक गिणती 15 तों 71 तक पहुंच सकदी आ हो सकदा इस तों वध भी होण पर तुसीं भी वधाई दे पात्र हो कि तुसीं जिहड़ा खालसा दीवान सोसाइटी दे विच मीटिंग दा अरेंज कीता और प्रेस कॉन्फ्रेंस कीती जिथे सानू भी सद्दा दिता सानू भी बहुत इनफॉर्मेशन मिली ते एहो जिहा ही कह लो कि गुरद्वारा साहिब दा प्रबंध होना चाहीदा कमेटियां दे जिहड़े मुख सेवादार आ तुहाडे वांग जागरूक होने चाहीदे आ सो धामी साहिब बहुत बहुत धन्नवाद इन्हां नूं कीता धामी साहिब एक सवाल नाल होर उठदा कल दे रोस मुजाहरे दे विच ब्रिटिश सिख कौंसल वालों ऑफिशियली तुहानूं किसे बुलारे वालों जां किसे अहुदेदार वालों सुनेहा भेजिया गया कि अज असीं गुरु ग्रंथ साहिब दे सरूप चुकणे आ जां मुजाहरा करना है नहीं मैनूं सानूं नहीं जी भेजिया गया ठीक पर चलो असीं इस गद्दे ते जाणा भी नहीं मैं चाहुंदा ठीक है जे आ जांदा बहुत वधिया सीगा क्योंकि असीं भी इही चाहुंदे आ असीं चाहुंदे गुरु ग्रंथ साहिब जी दी बेअदबी ना होवे असीं ये चाहते हैं भी गुरु ग्रंथ साहब अमृतसर तो एस जी पी सी की रहनमाई थले ही छपन उतो ही डिस्ट्रिक्ट होन जिहड़ा साडा मुद्दा हैगा आ असीं उहदे दे पूरे खड़े हैगे आ चलो ये उन्होंने साडे भरा आ कोई गल नहीं जे नहीं भी आउंदा कोई गल नहीं हैगी पर जिहड़ा असली जिहड़ा एंड रिजल्ट हैगा इह तां रिजल्ट ते खड़े आ जो होया वधिया आ एक मैं होर इन्हां नूं वीरां वीरां नूं गल दसणी मंगदा साडे कुछ संगतां इस चीज़ का इतराज़ कर रही आ ਇਹਨਾਂ ਦੇ ਵਿੱਚੋਂ ਇਹੀ ਸੁਸਾਇਟੀਆਂ ਉਹਨੂੰ ਲੈਟਰ ਦੇਣੇ ਵਾਲੀਆਂ ਆ ਇਹ ਸੁਸਾਇਟੀਆਂ ਉਹਨਾਂ ਮੀਟਿੰਗ ਕਰਨੇ ਵਾਲੀਆਂ ਆ ਓਕੇ ਇਹੀ ਸੁਸਾਇਟੀਆਂ ਉਹਨਾਂ ਨੂੰ ਹੁਣ ਮੁੜ ਕੇ ਵੀ ਇੱਥੇ ਆ ਗਿਆ ਜੀ ਸਰੂਪ ਅਸੀਂ ਚੱਕ ਲਿਆਂਦੇ ਆ ਜੀ ਮੈਂ ਦਰਖਾਸਤ ਕਰੂੰਗਾ ਬੇਨਤੀ ਕਰੂੰਗਾ ਇਹਨਾਂ ਨੂੰ ਕਲੀਅਰ ਕਰਨ ਦੇ ਲਈ ਸਿੱਖ ਸੰਗਤ ਨੂੰ ਵੀ ਕਲੀਅਰ ਕਰਨ ਦੇ ਲਈ ਵੀ ਇਹ ਆਪਣੇ ਆਪਣੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਇੱਕ ਮੁੱਦਾ ਪਾਉਣ ਮੁੱਦਾ ਪਾ ਕੇ ਉਹ ਜਿਹੜਾ ਨੇ ਲੈਟਰ ਦਿੱਤੇ ਉਹਨੂੰ ਰਿਸੈਂਡ ਕਰਨ ਤੇ ਅਸੀਂ ਉਹ ਲੈਟਰ ਗਲਤ ਦੇ ਹੋ ਗਏ ਅਸੀਂ ਉਹਦੀ ਵਾਪਸ ਲੈਨੇ ਆ ਗਲਤ ਮਨੁੱਖ ਭੁੱਲਣ ਹਾਰ ਆ ਜੀ ਹਰੇਕ ਬੰਦੇ ਨੂੰ ਸਮੇਂ ਸਮੇਂ ਸਿਰ ਗਲਤੀ ਹੋ ਜਾਂਦੀ ਆ ਪਰ ਉਹਨੂੰ ਸੁਧਾਰ ਲੈਣਾ ਕੋਈ ਬੜੀ ਗੱਲ ਨਹੀਂ ਤਾਂ ਕਿ ਫਿਊਚਰ ਦੇ ਵਿੱਚ ਜਿਹੜੀਆਂ ਸੰਗਤਾਂ ਆ ਉਹ ਇਹਨਾਂ ਦੇ ਉੱਤੇ ਉਹਨਾਂ ਨੂੰ ਵਿਸ਼ਵਾਸ ਹੋ ਜਾਏ ਪੂਰਾ ਵੀ ਨਹੀਂ ਹੁਣ ਇਹ ਨਾਲ ਨਹੀਂ ਹੈਗੇ ਹੁਣ ਇਹ ਸਿੱਖ ਜਗਤ ਦੇ ਨਾਲ ਹੈਗੇ ਆ ਐਂਡ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਜੋ ਵੀ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਆ ਉਹਦੇ ਲਈ ਇਹ ਕੰਮ ਕਰ ਰਹੇ ਜੀ ਜੀ ਇਹਦੇ ਨਾਲ ਹੋਰ ਕੋਈ ਸੁਨੇਹਾ ਦੇਣਾ ਚਾਹੋ ਇੱਕ ਤੁਹਾਡੇ ਕਿਉਂਕਿ ਜਥੇਬੰਦੀ ਆ ਜਥੇਬੰਦੀ ਦੇ ਤੁਸੀਂ ਮੇਨ ਸਪੋਕਸ ਪਰਸਨ ਹੋ ਹੋਰ ਕੀ ਸੁਨੇਹਾ ਆਮ ਆਵਾਮ ਨੂੰ ਆਮ ਜਗਤ ਨੂੰ ਜੀ ਇਹਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਹੈਗਾ ਸਮੁੱਚੀ ਕੌਮ ਲਈ ਹੈਗਾ ਦੇਖੋ
ਜਦ ਸਾਡਾ ਗੁਰੂ ਇੱਕ ਵਾ ਜੀ, ਅਕਾਲ ਪੁਰਖ ਇੱਕ ਵਾ, ਤਾਂ ਫੇਰ ਕਿਉਂ ਨਹੀਂ ਅਸੀਂ ਜਿਹੜਾ ਨਾਨਕ ਸ਼ਾਹੀ ਕੈਲੰਡਰ ਆ ਉਹਤੇ ਪਹਿਰਾ ਦਿੰਦੇ? ਕਿਉਂ ਨਹੀਂ ਅਸੀਂ ਇੱਕ ਜਿਹੜੀ ਰਹਿਤ ਮਰਿਆਦਾ ਨੂੰ ਸਾਰੇ ਇਕੱਠੇ ਹੋ ਗਏ ਇੱਕ ਤੇ ਚੱਲਦੇ? ਕੋਡ ਆਫ ਕੰਡਕਟ ਜਿਹੜਾ ਹੁੰਦਾ, ਦੇਖੋ ਕੋਈ ਵੀ ਜਿਹੜਾ ਆਰਗੇਨਾਈਜੇਸ਼ਨ ਹੋਵੇ ਕੁਛ ਵੀ ਹੋਵੇ, ਉਹਦਾ ਕੋਡ ਆਫ ਕੰਡਕਟ ਇੱਕੋ ਹੀ ਚਾਹੀਦਾ ਹੈ, ਸਾਰੇ ਉਹਤੇ ਪਹਿਰਾ ਦੇਈਏ, ਸਾਰੇ ਉਹਤੇ ਚੱਲੀਏ, ਤਾਂ ਕਿ ਕੋਈ ਛੋਟੇ ਮੋਟੇ ਵਾਦ ਵਿਵਾਦ ਕੋਈ ਮਸਲਾ ਖੜਾ ਨਾ ਹੋਵੇ ਜੀ। ਇਹ ਮੇਰਾ ਸੰਦੇਸ਼ ਹੈ ਜੀ, ਬਾਕੀ ਸਾਰੇ ਵੀਰਾਂ ਨੂੰ, ਸਿੱਖ ਸੰਗਤ ਨੂੰ ਐਂਡ ਸਾਰੇ ਗੁਰੂ ਘਰ ਨੂੰ। ਥੈਂਕ ਯੂ ਤੁਹਾਡਾ ਮਲਕੀਤ ਸਿੰਘ ਧਾਮੀ ਜੀ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ, ਸਤਿ ਸ੍ਰੀ ਅਕਾਲ। ਜਿਹੜੀ ਗੱਲ ਸਦਾ ਮਲਕੀਤ ਸਿੰਘ ਹੁਣੀ ਕਹਿ ਕੇ ਗਏ ਨੇ ਬਹੁਤ ਜ਼ਰੂਰੀ ਹੈ ਜੀ, ਬਿਲਕੁਲ ਜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦੋਂ ਮੁੱਦਾ ਉੱਠਿਆ, ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਜਿੰਨੀਆਂ ਵੀ ਜਥੇਬੰਦੀਆਂ ਨੇ, ਜਿੰਨੇ ਮਰਜ਼ੀ ਵੱਖਰੇਵੇਂ ਹੋ, ਖਾਲਸਾ ਦੀਵਾਨ ਸੁਸਾਇਟੀ ਦੇ ਨਾਲ 1997 ਜਦੋਂ ਹੁਕਮਨਾਮਾ ਆਇਆ, ਅਸੀਂ ਦੋ ਪਾਰਟ 'ਚ ਵੰਡੇ ਗਏ, ਪਰ ਉਸ ਤੋਂ ਬਾਅਦ ਇਸ ਮੁੱਦੇ ਨੇ ਸਾਰਿਆਂ ਨੂੰ ਇਕੱਠੇ ਕਰਤਾ। ਬਿਲਕੁਲ ਜੀ, ਉਹ ਕਹਿ ਰਹੇ ਨੇ ਕਿ ਭਾਵੇਂ ਸੱਦਾ ਆਇਆ ਜਾਂ ਨਹੀਂ ਆਇਆ, ਪਰ ਅਸੀਂ ਨਾਲ ਹਾਂ ਜੀ। ਪਰ ਇੱਕ ਗੱਲ ਉਹਨਾਂ ਨੇ ਖਾਸ ਕਰਕੇ ਇਹ ਗੱਲ ਕਹੀ ਹੈ, ਜੇ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ 'ਤੇ ਅਸੀਂ ਇਕੱਠੇ ਹੋ ਸਕਦੇ ਹਾਂ, ਫਿਰ ਅਸੀਂ ਗੁਰੂ ਸਾਹਿਬ ਦੇ ਗੁਰਪੁਰਬ ਮਨਾਉਣ ਦੇ ਵਿੱਚ ਇਕੱਠੇ ਕਿਉਂ ਨਹੀਂ ਹੋ ਸਕਦੇ? ਭਾਵ ਕਿ ਮੂਲ ਨਾਨਕ ਸ਼ਾਹੀ ਕੈਲੰਡਰ ਜਿਹੜਾ ਅਕਾਲ ਤਖ਼ਤ ਤੋਂ, ਉਹ ਵੀ ਅਕਾਲ ਤਖ਼ਤ ਤੋਂ ਜਾਰੀ ਹੋਇਆ, ਅਕਾਲ ਤਖ਼ਤ ਸਾਹਿਬ ਤੋਂ ਆਇਆ ਹੁਕਮਨਾਮਾ 2003 ਤੋਂ ਲੈ ਕੇ 10 ਤੱਕ ਜਾਰੀ ਰਿਹਾ। ਪਰ ਇੱਕ ਸਵਾਲ ਇਹ ਵੀ ਹੈ ਕੁਲਦੀਪ ਸਿੰਘ ਜੀ, ਅਕਾਲ ਮਰਿਆਦਾ ਇੱਕ ਨਹੀਂ, ਹਰੇਕ ਦੀ ਮਰਿਆਦਾ ਆਪਣੇ ਆਪਣੇ ਡੇਰਿਆਂ ਦੀ ਮਰਿਆਦਾ, ਕਿਉਂ ਨਹੀਂ ਮਰਿਆਦਾ ਇੱਕ ਹੋਵੇ, ਕੈਲੰਡਰ ਸਾਡਾ ਇੱਕ ਹੋਵੇ, ਤਾਂ ਜੋ ਅਸੀਂ ਜੋ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਨਹੀਂ ਕਰ ਸਕੀ, ਉਹ ਅਸੀਂ ਬਾਹਰ ਵਿਦੇਸ਼ਾਂ 'ਚ ਕਰ ਸਕੀਏ। ਸਾਡੇ ਨਾਲ ਇੱਕ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਰ, ਦੋਨਾਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਡਾਕਟਰ ਜਗਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਲੋ ਮੈਂ ਵੈਸੇ ਤੁਹਾਨੂੰ ਵਧਾਈ ਦਿੰਦਾ ਕਿ ਤੁਸੀਂ ਇਹ ਸਾਰਾ ਥੋੜਾ ਬਹੁਤ ਸਿਰੇ ਚੜ ਗਿਆ, ਪਰ ਮੇਰੇ ਪਹਿਲੇ ਇੱਕ ਕਾਲਰ ਕਹਿ ਕੇ ਗਏ, ਕੁਐਸਚਨ ਕਰਕੇ ਗਏ ਕਿ ਜਿਹੜੇ ਸੈਂਚੀਆਂ ਤੇ ਗੁਟਕੇ ਜੀ ਬਣ ਰਹੇ ਆ, ਕੀ ਉਹ ਬਾਣੀ ਨਹੀਂ ਹੈ? ਉਹਨਾਂ ਵਿੱਚ ਜਦੋਂ ਚੇਂਜਿਸ ਹੋ ਜਾਂਦੀਆਂ, ਸੈਂਚੀਆਂ ਹਰ ਥਾਂ ਤੇ ਛਾਪੀਆਂ ਜਾ ਰਹੀਆਂ, ਉਹ ਡਿਫਰੈਂਟ ਥਾਂ ਤੇ ਛਾਪੀਆਂ, ਕੀ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਰਟ ਨਹੀਂ ਬਣਨਗੀਆਂ ਬਾਅਦ? ਉਸ ਜਿਹੜੇ ਸਰੂਪ ਤੁਸੀਂ ਲੈ ਆਏ ਹੋ, ਉਹਨਾਂ ਦੀ ਸਿਕਿਉਰਿਟੀ ਤੇ ਉਹਨਾਂ ਦੇ ਬਾਰੇ ਕੀ ਕੀਤਾ ਜਾਏਗਾ ਅੱਗੋਂ? ਕੀ ਉਹ ਐਂਟਰ ਹੋਏ ਕਿਧਰੇ? ਕੀ ਉਹਨਾਂ ਦੀ ਸਿਕਿਉਰਿਟੀ ਹੋਈ? ਕੀ ਉਹ ਬਾਅਦ ਵਿੱਚ 10 ਸਾਲ ਬਾਅਦ ਕਿਧਰੇ ਹੋਰ ਤਾਂ ਨਹੀਂ ਫਿਰਦੇ ਹੋਣਗੇ? ਇਹਦੇ ਬਾਰੇ ਕੋਈ ਕਿਸੇ ਨੇ ਕੋਈ ਕੁਐਸਚਨ ਨਹੀਂ ਰੇਜ਼ ਕੀਤਾ। ਅਸੀਂ ਕਹਿੰਦੇ ਹਾਂ ਜੀ ਅਸੀਂ ਬੜੇ ਸਰੂਪ ਲੈ ਕੇ ਆਏ, ਅਸੀਂ ਇੱਕ ਇੱਕ ਕਾਰ ਵਿੱਚ ਰੱਖ ਕੇ ਲਿਆਏ, ਅਸੀਂ ਇਹ ਲਿਆਏ। ਜੇ ਉਹ ਸਰੂਪ ਗਲਤ ਸੀ ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਉਂ ਦਿੱਤਾ ਗਿਆ? ਜੇ ਤੁਸੀਂ ਇਹ ਮਤਲਬ ਇਹ ਬੜੇ ਕੁਐਸਚਨ ਹੈ ਡਾਕਟਰ ਸਾਹਿਬ, ਇਸ ਤਰ੍ਹਾਂ ਮਾਫ ਕਰਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦੇ ਦਰਸ਼ਨ ਕਿਸੇ ਵੀ ਜਥੇਬੰਦੀ ਨੇ ਪਹਿਲਾਂ ਕੀਤੇ ਨਹੀਂ। ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਆਉਂਦਾ ਹੈ ਕਿ ਇਹਨੂੰ ਲੈ ਕੇ ਆਓ, 1 ਮਹੀਨੇ ਦੇ ਵਿੱਚ ਸਾਨੂੰ ਰਿਪੋਰਟ ਦਿਓ, ਅਤੇ 6 ਮਹੀਨਿਆਂ ਦੇ ਵਿੱਚ ਬਕਾਇਦਾ ਇੱਕ ਕਮੇਟੀ ਬਣੇ ਜਿਹੜੀ ਇਹਨਾਂ ਸਾਰੇ ਸਰੂਪਾਂ ਦੀ ਪੜਤਾਲ ਕਰਕੇ ਸਾਨੂੰ ਭੇਜੇ। ਮੇਰੀ ਸਲਾਹ ਹੈ ਕਿ ਜਥੇਬੰਦੀਆਂ ਸਾਰੀਆਂ ਸੁਣ ਲਈਆਂ ਨੇ ਬ੍ਰਿਟਿਸ਼ ਸਿੱਖ ਕੌਂਸਲ, ਉਹਦੇ ਨਾਲ ਨਾਲ ਕਿਉਂਕਿ ਬੜੇ ਵਧੀਆ ਵਿਦਵਾਨ, ਬੜੇ ਵਧੀਆ ਸਾਡੇ ਕੋਲ ਗ੍ਰੰਥੀ ਸਿੰਘ ਨੇ ਜੀ, ਸਿੱਖ ਇੰਟਲੈਕਚੁਅਲ ਬੈਠੇ ਨੇ ਜਿਹੜੇ ਗੁਰਬਾਣੀ ਦੀ ਵਿਆਕਰਨ ਬਾਰੇ ਜਾਣਦੇ ਨੇ, ਗਿਆਨੀ ਜਸਵੀਰ ਸਿੰਘ, ਗਿਆਨੀ ਹਰਮਿੰਦਰ ਸਿੰਘ, ਖਾਲਸਾ ਦੀਵਾਨ ਸੁਸਾਇਟੀ ਵਾਲੇ, ਇਹੋ ਜਿਹੇ ਵਿਦਵਾਨਾਂ ਨੂੰ ਨਾਲ ਲੈ ਕੇ ਜਿਹੜੇ ਸਰੂਪ ਤੁਹਾਡੇ ਕੋਲ ਆਏ ਨੇ, ਇੱਕ ਇੱਕ ਸਰੂਪ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਵੇ, ਬਕਾਇਦਾ ਉਹਦੀ ਕਮੇਟੀ ਬਣਾਈ ਜਾਵੇ ਜੀ, ਇਹ ਬਹੁਤ ਜ਼ਰੂਰੀ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ ਇਸ ਗੱਲ ਦੇ ਲਈ। ਗੁਟਕਿਆਂ ਦਾ ਤੇ ਸੈਂਚੀਆਂ ਦਾ ਕੀ ਕਰ ਰਹੇ ਹੋ? ਓਕੇ, ਗੁਟਕੇ ਤੇ ਸੈਂਚੀਆਂ ਬਿਲਕੁਲ ਸਹੀ ਗੱਲ ਹੈ, ਉਹ ਵੀ ਤਾਂ ਬਾਣੀ ਹੈ। ਅਕਾਲ ਤਖ਼ਤ ਦੀ ਅਸੈਪਟੇਬਲ ਨਹੀਂ ਹੈ, ਅਸੀਂ ਉਸ ਗੁਰਦੁਆਰੇ ਤੇ ਰਿਲਾਈ ਕਰ ਸਕਦੇ ਹਾਂ? ਵਾਹ, ਬੜਾ ਵੱਡਾ ਕੁਐਸਚਨ ਹੈ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਥੈਂਕ ਯੂ, ਬਹੁਤ ਧੰਨਵਾਦ ਜੀ, ਬਿਲਕੁਲ ਸਹੀ ਗੱਲ ਹੈ। ਕੀ ਉੱਥੇ ਬਕਾਇਦਾ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਹੋ ਰਹੀ ਹੈ ਹਰ ਥਾਂ ਦੇ ਉੱਤੇ? ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਜਗਮੋਹਨ ਸਿੰਘ ਕੈਲੀਫੋਰਨੀਆ ਤੋਂ ਬੋਲ ਰਿਹਾ ਹਾਂ। ਹਾਂਜੀ ਜਗਮੋਹਨ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਵੱਡੇ ਵੀਰ ਕੁਲਦੀਪ ਸਿੰਘ ਜੀ, ਉਹ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਭੈਣ ਜੀ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਭਾਜੀ ਇਹ ਆ ਵੀ ਇਸ ਟਾਈਮ ਤਾਂ ਸਾਰੇ ਜਾਣੇ ਜਿੱਦਾਂ ਤੁਸੀਂ ਕਹਿ ਰਹੇ ਵੀ ਇਕੱਠੇ ਹੋ ਕੇ ਚਲੇ ਗਏ ਆ ਉੱਥੇ, ਤੇ ਅਸੀਂ ਕੱਲ ਪ੍ਰੋਗਰਾਮ ਦੇਖਿਆ ਵੀ ਸਰੂਪ ਸਾਰੇ ਚੱਕ ਲਿਆਂਦੇ ਆ ਜੀ,
ਤੇ ਮੈਂ ਇੱਕ ਦਿਨ ਟੀਵੀ ਦੇਖ ਰਿਹਾ ਸੀਗਾ ਤੇ ਜਿਹੜਾ ਵੀ ਮੈਂ ਦਸ਼ਮੇਸ਼ ਦਰਬਾਰ ਗੁਰਦੁਆਰੇ ਵਾਲਾ ਚੈਨਲ ਆਇਆ ਉੱਥੇ ਵੀ ਸੂਰਜ ਪ੍ਰਕਾਸ਼ ਦੀ ਕਥਾ ਚੱਲ ਰਹੀ ਸੀ ਤੇ ਮੈਂ ਸਾਂਝੇ ਟੀਵੀ ਵੱਲ ਦੁੱਖ ਨਿਵਾਰਨ ਨਾਲ ਲਾਇਆ ਉੱਥੇ ਵੀ ਚੱਲ ਰਹੀ ਸੀ ਇਹ ਵੀ ਜੇ ਗੁਰਦੁਆਰੇ ਵਿੱਚ ਇਨਵੋਲਵ ਆ ਕਿ ਆਪਣੀ ਅਕਾਲ ਤਖ਼ਤ ਦੀ ਈਵਨ ਰਹਿਤ ਮਰਿਆਦਾ ਬੇਸਿਕ ਜਿਹੜੀ ਆਪਣੀ ਹੈਗੀ ਆ ਉਹਦੇ ਵਿੱਚ ਤਾਂ ਆਪਾਂ ਸਿਰਫ ਜਿੱਦਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਨੰਦ ਲਾਲ ਜੀ ਤੇ ਆਪਾਂ ਭਾਈ ਗੁਰਦਾਸ ਜੀ ਵਾਰਾਂ ਦੀ ਕਥਾ ਕਰ ਸਕਦੇ ਹਾਂ ਤੇ ਬਕਾਇਦਾ ਉੱਤੇ ਕੱਪੜਾ ਪਾ ਕੇ ਸੂਰਜ ਪ੍ਰਕਾਸ਼ ਤੇ ਰੁਮਾਲਿਆਂ ਨਾਲ ਢੱਕ ਕੇ ਕਥਾ ਹੋ ਰਹੀ ਹੈ ਸੀ ਤੇ ਆਮ ਸੰਗਤ ਨੂੰ ਤਾਂ ਵਿਚਾਰੀ ਨੂੰ ਇਹ ਵੀ ਨੀ ਐਜੂਕੇਟਡ ਹੁੰਦੀ ਵੀ ਇਹ ਕਥਾ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਆ ਜਾਂ ਇਹ ਕਥਾ ਸੂਰਜ ਪ੍ਰਕਾਸ਼ ਦੀ ਹੋ ਰਹੀ ਆ ਵੱਡਾ ਸਵਾਲ ਸੋ ਇੱਕ ਇਹ ਸਵਾਲ ਤੇ ਦੂਜਾ ਸਵਾਲ ਇੱਥੇ ਹੁਣ ਸਾਰੇ ਸਿੱਖ ਸੰਗਤ ਇਕੱਠੀ ਹੋ ਗਏ ਕੱਲ ਮੈਨੂੰ ਵੀ ਬਹੁਤ ਸ਼ਰਧਾ ਪੂਰਵਕ ਜਾ ਕੇ ਚੱਕ ਕੇ ਲਿਆਏ ਜਦੋਂ ਸਾਡੇ ਕੋਲ ਸੁਖਮਣਾ ਨਾਮ ਦਾ ਗੁਟਕਾ ਆਉਂਦਾ ਆ ਦੁੱਖ ਭੰਜਨੀ ਨਾਮ ਦਾ ਗੁਟਕਾ ਆਉਂਦਾ ਨਾਨਕ ਸਰੀਆਂ ਦੀ ਸੁਖਮਨੀ ਸਾਹਿਬ ਦਾ ਗੁਟਕਾ ਪਿੱਛੇ ਹਰ ਪਛੜ ਕੇ ਪ੍ਰਭ ਨਾਮ ਇੱਕ ਇੱਕ ਟੁੱਕ ਲਿਖੀ ਆ ਤੇ ਇਹ ਜਦੋਂ ਸੰਕਟ ਮੋਚਨ ਗੁਟਕਾ ਆਉਂਦਾ ਆ ਜਦੋਂ ਇਹ ਗੁਟਕੇ ਆ ਕੇ ਸ਼ਬਦ ਇਹਨਾਂ ਨੂੰ ਕੌਣ ਛਾਪ ਰਿਹਾ ਆ ਉਦੋਂ ਸ਼੍ਰੋਮਣੀ ਕਮੇਟੀ ਕਿਉਂ ਚੁੱਪ ਆ ਉਦੋਂ ਸਾਡੇ ਇਹ ਜਿਹੜੇ ਗੁਰਦੁਆਰੇ ਆ ਜਿਹੜੇ ਨਾਨਕ ਸਰੀਆਂ ਦੇ ਹੋ ਗਏ ਜਾਂ ਕਿਸੇ ਦੇ ਵੀ ਹੋ ਗਿਆ ਉਹਨਾਂ ਨੇ ਇਹ ਗੁਟਕੇ ਰੱਖੇ ਆ ਤੇ ਇਹ ਅਧਿਕਾਰ ਇਹਨਾਂ ਨੂੰ ਇਹਨਾਂ ਦੇ ਛਾਪਣ ਦਾ ਕਿਹਨੇ ਦਿੱਤਾ ਆ ਜਿਹੜਾ ਇਹ ਸਵਾਲ ਸਾਰੀ ਸਿੱਖ ਸੰਗਤ ਵਾਸਤੇ ਆ ਬਹੁਤ ਧੰਨਵਾਦ ਜੀ ਤੇ ਜਮੋਲ ਸਿੰਘ ਜੀ ਬਹੁਤ ਧੰਨਵਾਦ ਦੱਸੇ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਜੇ ਅਸੀਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਿਆ ਰਹੇ ਹਾਂ ਫਿਰ ਅਕਾਲ ਤਖ਼ਤ ਵੱਲੋਂ ਮਨਜ਼ੂਰ ਜਿਹੜੀ ਸਿੱਖ ਰਹਿਤ ਮਰਿਆਦਾ ਉਹਨੂੰ ਕਿਉਂ ਨਹੀਂ ਜਿਹੜੇ ਗੁਟਕੇ ਛਪ ਰਹੇ ਨੇ ਉਹ ਵੀ ਤਾਂ ਹੁਕਮਨਾਮੇ ਦੇ ਵਿੱਚ ਆ ਕਿ ਪਬਲੀਕੇਸ਼ਨ ਸਿਰਫ ਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਆਪਣੀਆਂ ਸੰਪਰਦਾਵਾਂ ਆਪਣੇ ਤਰੀਕੇ ਨਾਲ ਕਿਉਂ ਬਣਾ ਰਹੀਆਂ ਨੇ ਜੀ ਇਹ ਵੀ ਤਾਂ ਬੜੀ ਵੱਡੀ ਆ ਵਗਿਆ ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸ਼ਾਇਦ ਲਾਈਨ ਕੱਟ ਗਏ ਨੇ ਆਪਾਂ ਗੱਲਬਾਤ ਜਾਰੀ ਰੱਖੀਏ ਬੜਾ ਵੱਡਾ ਸਵਾਲ ਜਗਮੋਹਨ ਸਿੰਘ ਉਹਨਾਂ ਤੇ ਡਾਕਟਰ ਜਗਜੀਤ ਸਿੰਘ ਉਹਨਾਂ ਨੇ ਉਠਾਇਆ ਜੀ ਕੀ ਅਸੀਂ ਬਕਾਇਦਾ ਅੱਜ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਆਇਆ ਹੈ ਪਹਿਲੀ ਵਾਰੀ ਹੋਇਆ ਕਿ 12 ਘੰਟਿਆਂ ਦੇ ਵਿੱਚ ਐਡਾ ਵੱਡਾ ਕੁਇਕ ਐਕਸ਼ਨ ਹੋਇਆ ਹੋਵੇ ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਸਤਿਕਾਰ ਦੇ ਨਾਲ ਲਿਆਂਦੇ ਗਏ ਤੇ ਨਾਨਕ ਸ਼ਾਹੀ ਕੈਲੰਡਰ ਵੀ ਤੋਂ ਉੱਥੋਂ ਹੀ ਹੁਕਮਨਾਮਾ ਹੋਇਆ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹ ਵੀ ਨਹੀਂ ਹਰੇਕ ਦੀ ਆਪਣੀ ਆਪਣੀ ਕਿਉਂ ਨਾ ਅਸੀਂ ਇਸ ਗੱਲ ਤੋਂ ਇਹ ਸਿੱਖੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਾਵਨ ਪਵਿੱਤਰ ਸਰੂਪ ਲਿਆ ਕੇ ਅਸੀਂ ਇੱਕ ਬੜਾ ਵੱਡਾ ਮਾਰਕਾ ਮਾਰਿਆ ਬੜੀ ਵਧੀਆ ਗੱਲ ਕੀਤੀ ਹੈ ਹੋ ਸਕਦਾ ਇਹਦੇ ਵਿੱਚ ਕੋਈ ਰਲਗੜ ਹੋਵੇ ਜਿਹੜੇ ਦੇਣ ਤੋਂ ਮੁਨਕਰ ਹੋ ਰਹੇ ਸਨ ਹੋ ਸਕਦਾ ਇਹਦੇ ਵਿੱਚ ਕੋਈ ਗਲਤੀਆਂ ਹੋਣ ਪਰ ਕੀ ਇਹਦੇ ਨਾਲ ਅਸੀਂ ਇਹ ਵੀ ਸੋਚੀਏ ਸਿੱਖ ਰਹਿਤ ਮਰਿਆਦਾ ਨੂੰ ਪੂਰਨ ਤੌਰ ਦੇ ਉੱਤੇ ਲਾਗੂ ਕਰੀਏ ਤਾਂ ਜੋ ਕੋਈ ਕਿੰਤੂ ਪਰੰਤੂ ਨਾ ਕਰ ਸਕੇ ਦੂਸਰੀ ਗੱਲ ਹੈ ਜੇ ਕੈਲੰਡਰ ਮੁਤਾਬਕ ਅਸੀਂ ਜਿਹੜਾ ਸਾਡਾ ਪੰਥ ਵੱਲੋਂ ਪ੍ਰਵਾਨਿਤ ਕੈਲੰਡਰ ਹੈ ਅਸੀਂ ਤਾਂ ਜਾ ਕੇ ਕੁਰਾਲੀ ਅਤੇ ਖਰੜ ਦੇ ਵਿੱਚ ਜਿਹੜੇ ਬ੍ਰਾਹਮਣ ਬੈਠੇ ਨੇ ਉਹਨਾਂ ਨੂੰ ਜਾ ਕੇ ਪੁੱਛਦੇ ਹਾਂ ਹਰ ਸਾਲ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਪੁੱਛਦੀ ਹੈ ਕਿ ਅਸੀਂ ਗੁਰਪੁਰਬ ਕਦੋਂ ਮਨਾਉਣਾ ਉਸੇ ਦਿਨ ਹੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਉਸੇ ਦਿਨ ਬੱਚਿਆਂ ਦੀ ਸ਼ਹਾਦਤ ਦਾ ਦਿਨ ਮਨਾ ਰਿਹਾ ਕਿਵੇਂ ਹੋ ਸਕਦਾ ਹੈ ਜੀ ਬਹੁਤ ਗਲਤੀਆਂ ਨੇ ਉਹਨੂੰ ਵੀ ਨਾਲ ਸੁਧਾਰਨ ਦੀ ਲੋੜ ਹੈ ਬੜਾ ਵਧੀਆ ਸੁਝਾਅ ਹੈ ਆਪਾਂ ਚੱਲੀਏ ਮਤਾ ਨੰਬਰ 2 ਦੇ ਉੱਤੇ ਜੀ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ 2 ਨੰਬਰ ਮਤਾ ਪਾਇਆ ਗਿਆ ਉਹ ਕੀ ਪਾਇਆ ਗਿਆ ਉਹਦੀ ਗੱਲਬਾਤ ਕਰਦੇ ਹਾਂ ਜੀ ਮਿਤੀ 19/5/2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋਣ ਤੇ 2016 ਦੀ ਸਮੁੱਚੀ ਅਤ੍ਰਿਗ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਵੇਲੇ ਦੇ ਚੀਫ ਸਕੱਤਰ ਨੇ ਕੋਈ ਪਛਤਾਚਾਪ ਨਹੀਂ ਕੀਤਾ ਇਸ ਲਈ ਸਮੁੱਚੀ ਕਮੇਟੀ ਅਤੇ ਚੀਫ ਸਕੱਤਰ ਨੂੰ ਮਿਤੀ 18/9/2020 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪ ਹਾਜ਼ਰ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਬੜਾ ਵਧੀਆ ਮੁੱਦਾ ਉਠਾਇਆ ਜੀ ਮਤਾ ਨੰਬਰ 2 ਜੀ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਪਾੜੇ ਗਏ ਬੇਅਦਬੀ ਕੀਤੀ ਗਈ ਜੀ ਕਿੰਨਾ ਵਿਦਰੋਹ ਦੁਨੀਆ ਭਰ ਦੇ ਵਿੱਚ ਫੈਲਿਆ ਕਿੰਨੇ ਮੋਰਚੇ ਲੱਗੇ 2 ਸਾਡੇ ਸਿੰਘ ਸ਼ਹੀਦ ਹੋ ਗਏ ਬਹੁਤਿਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਲੈ ਗਈ 4 ਕਮਿਸ਼ਨ ਬੈਠੇ ਪਰ ਪ੍ਰਣਾਲਾ ਉੱਥੇ ਦੀ ਉੱਥੇ ਪ੍ਰਣਾਲਾ ਉੱਥੇ ਦੀ ਉੱਥੇ ਲੈ ਲਓ ਕਾਲ ਆਪਾਂ ਗੱਲਬਾਤ ਅੱਗੇ ਨਾਲ ਦੀ ਨਾਲ ਕਰਦੇ ਰਹਾਂਗੇ ਪਰ ਸਵਾਗਤ ਹੈ ਜੀ ਤੁਹਾਡਾ ਸਾਂਝੇ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਹੇ ਜੀ ਮੈਂ ਬਲਤੇਜ ਸਿੰਘ ਬੋਲਦਾ ਪਿਆ ਹਾਂਜੀ ਜੀ ਹਾਂਜੀ ਉਹ ਮੈਂ ਤੁਸੀਂ ਬੋਲਦੇ ਪਏ ਸੀਗੇ ਨਾ ਕਿ ਸੰਸਥਾਵਾਂ ਜੀ ਆਪਣੇ ਗੁਟਕਾ ਸਾਹਿਬ ਆਪ ਛਾਪਦੀਆਂ ਪਰ ਜਿੱਥੋਂ ਤੱਕ ਕਿ ਦਾਸ ਨੂੰ ਨੌਲੇਜ ਆ
ਕਿ ਆਪਾਂ ਉਹਨਾਂ ਤੋਂ ਛਾਪਾ ਤਾਂ ਉਹਨਾਂ ਤੇ ਕਰਵਾਉਣਾ ਪੈਂਦਾ ਗਾ ਜਿਹੜੇ ਐਸ ਜੀ ਪੀ ਸੀ ਦਾ ਗਾ, ਪਰ ਜਿਹੜੀ ਸੋਧ ਆ ਉਹ ਆਪਾਂ ਆਪ ਕਰ ਸਕਦੇ ਹਾਂ ਤੇ ਆਪਾਂ ਆਪਣੀ ਸੰਸਥਾਵਾਂ ਦਾ ਨਾਮ ਲਿਖਵਾ ਸਕਦੇ ਹਾਂ, ਪਰ ਆਪਣੀ ਛਾਪਾ ਮਸ਼ੀਨਾਂ ਦਾ ਟਕਸਾਲ ਚ ਵੀ ਨਹੀਂ ਹੈ ਜੀ। ਓਕੇ ਜੀ, ਹਾਂਜੀ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਲਈ। ਮੈਂ ਗੱਲ ਕਰ ਰਿਹਾ ਸਾਂ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਗੁਆਚੀ ਸੀ, ਸਾਰੀ ਪੰਥ ਨੂੰ ਵਕਤ ਪੈ ਗਿਆ ਸੀ, ਕੀ ਗੱਲ 267 ਉਹ ਵੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁੰਮ ਹੋ ਜਾਣ ਤੇ ਚੀਫ ਸਕੱਤਰ ਪਛਤਾਪ ਕਰੇ। ਤੁਹਾਡਾ ਬੱਚਾ, ਤੁਹਾਡਾ ਪਿਓ, ਤੁਹਾਡਾ ਬਜ਼ੁਰਗ ਘਰੋਂ ਭੱਜ ਜਾਂਦਾ, ਗੁਆਚ ਜਾਂਦਾ। ਪਿੱਛੇ ਦੇ ਕੇ ਇੱਕ ਸਰੀ ਦੇ ਵਿੱਚ ਇੱਕ ਬਜ਼ੁਰਗ ਸੀ ਜਿਹੜੇ ਕਈ ਦਿਨਾਂ ਬਾਅਦ ਪੂਰੀ ਪੁਲਿਸ ਲੱਭਦੀ ਰਹੀ, ਪੂਰਾ ਪ੍ਰਸ਼ਾਸਨ ਲੱਭਦਾ ਰਿਹਾ, ਪਰਿਵਾਰ ਦਾ ਤੇ ਮੀਡੀਆ ਲੱਭਦਾ ਰਿਹਾ, ਬੜੇ ਦਿਨਾਂ ਬਾਅਦ ਜਾ ਕੇ ਉਹਨਾਂ ਦੀ ਲਾਸ਼ ਮਿਲੀ। ਇੱਕ ਪਰਿਵਾਰ ਦੇ ਜੀ ਨੂੰ ਲੱਭਣ ਲਈ ਇੰਨੀ ਕੋਸ਼ਿਸ਼, ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਨੇ ਕਿ ਅੰਤਰੰਗ ਕਮੇਟੀ ਦੇ ਵਿੱਚ ਜਿਹੜਾ ਚੀਫ ਸਕੱਤਰ ਸੀ ਉਹਨੇ ਪਛਤਾਪ ਨਹੀਂ ਕੀਤਾ। ਪਛਤਾਪ ਕਰਨ ਦੀ ਲੋੜ ਸੀ, 267 ਸਰੂਪ ਗੁੰਮ ਹੁੰਦੇ ਨੇ, ਇੱਥੇ 71 ਸਰੂਪਾਂ ਦੀ ਗੱਲਬਾਤ ਸੀ। ਦੁਨੀਆ ਤਰਫ ਉੱਟੀ, ਸਿੰਘਾਂ ਕੱਲ੍ਹ ਮੈਂ ਭੁੱਬਾਂ ਮਾਰਦਿਆਂ ਨੂੰ ਰੋਂਦਿਆਂ ਨੂੰ ਵੇਖਿਆ ਕੱਲ੍ਹ ਉੱਥੇ। ਕਿਉਂ? ਕਿਉਂਕਿ ਸਾਡੇ ਜਾਗਤ ਜੋਤ ਹੈ, ਸਾਡਾ ਗੁਰੂ ਹੈ, ਉਹਦੇ ਲਈ ਅਸੀਂ ਇੰਨਾ ਕੁਛ ਕਰ ਸਕਦੇ ਹਾਂ। 267 ਸਰੂਪਾਂ ਦੇ ਲਈ ਕਿਸੇ ਬੰਦੇ ਨੂੰ ਅਜੇ ਤੱਕ ਸਪੈਸ਼ਲੀ ਜਿਹੜਾ ਹਾਈਕੋਰਟ ਦਾ ਜੱਜ ਹੈ, ਸਾਬਕਾ ਜੱਜ, ਉਹਦੀ ਜ਼ਿੰਮੇਵਾਰੀ ਲਾਈ ਸੀ ਜੀ। ਜੱਜ ਕਿਉਂ ਜਵਾਬ ਦੇ ਗਿਆ? ਕਿਉਂ ਜਵਾਬ ਦੇ ਗਿਆ? ਕਿਉਂਕਿ ਜਿਹੜਾ ਉਹਦੇ ਵਿੱਚ ਵਕੀਲ ਲਾਇਆ ਗਿਆ ਸੀ ਉਹ ਇਹਨਾਂ ਦੇ ਵਿੱਚੋਂ ਸੀ, ਔਰ ਉਸ ਵਕੀਲ ਨੇ ਜਿਹੜਾ ਜੱਜ ਲਾਇਆ ਸੀ ਬੀਬੀ, ਉਸ ਜੱਜ ਤੋਂ ਪਹਿਲਾਂ ਹੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਉਹ ਕਹਿੰਦੀ ਮੇਰੇ ਰੁਝੇਵੇਂ ਨੇ, ਮੈਂ ਮਾਫ਼ੀ ਮੰਗਦੀ ਹਾਂ, ਇਹ ਕੰਮ ਮੇਰੇ ਤੋਂ ਨਹੀਂ ਹੋਣਾ, ਮੈਂ ਤਾਂ ਸੱਚ ਲਿਆ ਕੇ ਰੱਖਣਾ। ਇੱਕੋ ਵਕੀਲ, ਉਹ ਵੀ ਤੇਲੰਗਾਨਾ ਦਾ, ਕੀ ਗੱਲ, ਪੰਜਾਬ ਦੇ ਵਿੱਚ ਹਿਊਮਨ ਰਾਈਟਸ ਦੇ ਕੋਈ ਵਕੀਲ ਨਹੀਂ, ਇੱਕ ਵਕੀਲ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਸੀ ਕਿ ਅਸੀਂ ਇਹਦੀ ਜਿਹੜੀ ਪੜਤਾਲ ਹੈ ਇੱਕ ਜੱਜ ਤੋਂ ਕਰਾਵਾਂਗੇ, ਫਿਰ ਜੱਜ ਦੀ ਥਾਂ 'ਤੇ ਵਕੀਲ ਤੋਂ ਕਿਉਂ ਹੋ ਗਿਆ? ਵਕੀਲ ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਰਿਹਾ, ਹਜ਼ਾਰ ਪੰਨਿਆਂ ਦੀ ਰਿਪੋਰਟ ਕੀ ਨਿਸ਼ਚਿਤ ਕੀਤੀ ਹੈ, ਦੱਸਿਆ ਕਿ ਕੀ ਇਹਦੇ 'ਚ ਗਲਤੀਆਂ ਨੇ, ਕੌਣ ਹੈ ਜ਼ਿੰਮੇਵਾਰ? ਨੋ, ਉਹਨਾਂ ਨੂੰ ਬੁਲਾਇਆ, ਆਪਾਂ ਇੰਤਜ਼ਾਰ ਕਰਦੇ ਹਾਂ ਜੀ ਤੀਸਰੀ ਰਿਪੋਰਟ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਬੋਲੇ, ਕਥਨਾਂ ਦੇ ਸੰਬੰਧ ਵਿੱਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ ਕਮੇਟੀ ਦੀ ਪੁੱਜੀ ਰਿਪੋਰਟ ਅਨੁਸਾਰ ਇਸ ਨੇ ਗੁਰਮਤਿ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਹਨਾਂ ਕਥਨਾਂ ਸੰਬੰਧੀ ਸਪਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਅਤੇ ਪਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿੰਨਾ ਚਿਰ ਇਹ ਆਪਣੀ ਗਲਤੀ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦਾ, ਉਹਨਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ। ਜੇਕਰ ਕੋਈ ਸਮਾਗਮ ਕਰਵਾਉਂਦਾ ਹੈ ਤਾਂ ਉਹ ਅਣਸੁਖਾਵੀਂ ਘਟਨਾ ਲਈ ਖੁਦ ਜ਼ਿੰਮੇਵਾਰ ਹੋਵੇਗਾ, ਨਾ ਇਸ ਨੂੰ ਸੁਣਿਆ ਜਾਵੇ, ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ। ਜੇਕਰ ਅਜੇ ਵੀ ਇਹ ਬਾਜ ਨਾ ਆਇਆ ਤਾਂ ਇਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਾਹ, ਤੀਜਾ ਮੁੱਦਾ ਜਿਹੜਾ ਬੜਾ ਵਿਚਾਰਨ ਵਾਲਾ ਹੈ ਜੀ, ਜਿਹੜਾ ਹੁਕਮਨਾਮਾ ਇੱਥੇ ਲਈ ਆਉਂਦਾ, ਹੁਕਮਨਾਮਾ 5 ਆਪਾਂ ਨੂੰ ਪੜ੍ਹਨਾ ਅਜੇ। 5 ਨੰਬਰ ਹੁਕਮਨਾਮੇ ਦੀ ਇੰਪਲੀਮੈਂਟੇਸ਼ਨ 12 ਘੰਟਿਆਂ ਦੇ ਵਿੱਚ ਹੁੰਦੀ ਆ। ਬੀੜਾਂ 267 ਗੁਆਚਦੀਆਂ ਨੇ, 312 ਬੀੜਾਂ ਬਣ ਜਾਂਦੀਆਂ ਨੇ। ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਉਹਨਾਂ ਬਾਰੇ ਕੀ ਆ ਰਿਹਾ ਕਿ ਸਬ ਕਮੇਟੀ ਬਣਾਈ ਗਈ ਹੈ। ਸਬ ਕਮੇਟੀ ਦੇ ਵਿੱਚ ਕੌਣ ਹੈ? ਸਬ ਕਮੇਟੀ ਦੇ ਵਿੱਚ ਡਾਕਟਰ ਅਮਰਜੀਤ ਸਿੰਘ, ਜਿਹਨੇ ਗੁਰਬਿਲਾਸ ਪਾਤਸ਼ਾਹੀ 6ਵੀਂ ਲਿਖੀ ਹੈ, ਜਥੇਦਾਰ ਵੇਦਾਂਤੀ ਦੇ ਨਾਲ ਇਸ ਵੇਲੇ ਪੰਜਾਬ ਜਿਹੜੀ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਹੈ ਉਹਦੇ ਵਿੱਚ ਲੈਕਚਰਾਰ ਨੇ। ਉਹ ਵਿਅਕਤੀ ਗੁਰੂ ਸਾਹਿਬ ਦੇ ਪ੍ਰਤੀ ਬਹੁਤ ਭੱਦੀ ਭਾਸ਼ਾ ਬੋਲ ਰਿਹਾ, ਲਿਖ ਰਿਹਾ, ਬਿਲਕੁਲ ਲਿਖ ਰਿਹਾ ਜੀ। ਗੁਰਬਿਲਾਸ ਪਾਤਸ਼ਾਹੀ 6ਵੀਂ ਵੇਦਾਂਤੀ ਜੀ ਉਹਦੇ ਨਾਲ ਕੋ ਸੰਪਾਦਕ ਨੇ। ਉਹਦੇ ਨਾਲ ਦੂਸਰਾ ਵਿਦਵਾਨ ਹੈ ਜਿਹੜਾ, ਉਹ ਵਿਦਵਾਨ ਜਥੇਦਾਰ ਕਿਰਪਾਲ ਸਿੰਘ ਦਾ ਜਵਾਈ ਹੈ। ਉਹੀ ਜਥੇਦਾਰ ਕਿਰਪਾਲ ਸਿੰਘ ਜਿਹਨੇ 1984 ਦੇ ਵਿੱਚ ਬਿਆਨ ਦਿੱਤਾ ਸੀ ਕਿ ਕੋਠਾ ਸਾਹਿਬ ਅਤੇ ਗੁਰੂ ਸਾਹਿਬ ਦਾ ਤੋਸ਼ਾਖਾਨਾ ਸੁਰੱਖਿਅਤ ਹੈ, ਜਦੋਂ ਕਿ ਸਾਰਾ ਕੁਝ ਲੁੱਟ ਕੇ ਲੈ ਗਏ ਸੀ। ਹੁਣ ਉਹ ਬੰਦੇ ਜਿਹੜੇ ਕਿਸੇ ਧਾਰਮਿਕ ਸੰਪਰਦਾਇ ਨੇਤਾ ਦੇ ਚਰਨਾਂ 'ਚ ਬੈਠੇ ਨੇ, ਰਿਪੋਰਟ ਦੇ ਸਕਦੇ ਆ? ਠੀਕ, ਚਲੋ ਮੰਨ ਲਿਆ, ਰਿਪੋਰਟ ਦੇ ਦਿੱਤੀ, ਤਿਆਰ ਹੋ ਗਈ ਕਿਉਂਕਿ ਅਕਾਲ ਤਖ਼ਤ ਸਾਹਿਬ ਨੇ ਹੁਕਮਨਾਮਾ ਲਾਇਆ। ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜਾ ਤਿਆਰ ਕੀਤੀ ਰਿਪੋਰਟ ਹੈ,
मैं तुहानू कहना कि तुहाडा मेरा सांझा टीवी नाल रिश्ता खत्म कारण तो मैं दसूंगा ना क्यों खत्म है जी बिल्कुल मैं दसांगा कारण भी मेरा रिश्ता क्यों खत्म है रीजन तो दसना पैना है ना ना ही उस कमेटी ने रिपोर्ट दे विच दस्या है भी उन्हें गलत की बोले है उन्हें दस्या नहीं भी तेरा दोष की है दोष बिल्कुल नहीं दस्या बगैर दोष दस्से ते कदे जज सजा सुना सकता है पर सुनाई जाते सजा ही नहीं सुनाई बल्कि धमकी दी है कि जेकर इहदा कोई समागम करवाउंदा है ते अनसुकामी घटना लई जिम्मेवार होए इहदा मतलब है भी अकाल तख्त साहब का जथेदार कह रहा कि तुसी अनसुकामी घटना कर सकते हो मैं इजाजत दे रहा बड़ा बड़ा वड्डा सवाल है एक पासे अकाल तख्त दे हुक्मनामे दी असी उसे वेले उते इंप्लीमेंट कर रहे हैं 12 घंटे च जे दी कोई भी इहनू सुनेगा देखो ध्यान दी गल क्योंकि उहने सच बोलिया उहनू सुनेगा जां उहदी वीडियो शेयर करेगा रात मैं वीडियो सुनी है तकरीबन 8-12 मिनटां दी है उस वीडियो नूं 88,000 लोग सुन चुके सी सवेरे मैं देख रहा सी 1,05,000 लोग अकाल तख्त तों आए हुक्मनामे नूं तो बागी हो गए ने कहिंदे नो तुसी कौन होने सानूं ये रोकण बारे कि बगैर स्पष्टीकरण दिते कि रणजीत सिंह नूं उन्ना चिर समागम उह तां समागम कर ही नहीं रहा मैं उहदे पक्ष दा नहीं मैं उन्होंने हमायती नहीं मैं पहला व्यक्ति सी जिहड़ा उन्होंने अदालत विच लैके गया कोई मीडिया नहीं लैके गया पहला वारी सी पर जिथे विचारां दी सांझ नहीं है हरेक गल दे नाल मैं सहमत नहीं पर कुछ गल्लां चंगीयां भी कर रहे ने जी गलबात कर लैने आपां कॉल लै लैने स्वागत है जी तुहाडा सांझा टीवी ते सत श्री अकाल जी हैलो जी सत श्री अकाल सत श्री अकाल जी जी ਤੁਸੀਂ ਦੋਨੋਂ ਵਧਾਈ ਦੇ ਪਾਤਰ ਹੋ ਜਿਸ ਤਰ੍ਹਾਂ ਦੀ ਕਰੇਜੀਅਸ ਜਰਨਲਿਜ਼ਮ ਦਾ ਤੁਸੀਂ ਐਗਜ਼ਾਮਪਲ ਦਿੱਤਾ ਜੀ ਜਿਸ ਤਰ੍ਹਾਂ ਦੀ ਜਰਨਲਿਜ਼ਮ ਦਾ ਸਟੈਂਡਰਡ ਤੁਸੀਂ ਅੱਜ ਸੈੱਟ ਕੀਤਾ ਹੈ ਇਹੋ ਜਿਹੇ ਟੌਪਿਕ ਦਾ ਲੋਕੀ ਆਪਣੀ ਹੈਡਲਾਈਨਸ ਬਣਾਉਣ ਤੋਂ ਵੀ ਕਤਰਾਂਦੇ ਆ ਤੇ ਤੁਸੀਂ ਫੈਕਟਸ ਐਂਡ ਪ੍ਰੂਫ ਨਾਲ ਕਰ ਰਹੇ ਹੋ ਸਾਰੀ ਚੀਜ਼ਾਂ ਹੈਟਸ ਆਫ ਟੂ ਯੂ ਗਾਇਸ ਕੀਪ ਅਪ ਦ ਗੁੱਡ ਵਰਕ ਬਹੁਤ ਧੰਨਵਾਦ ਜੀ ਹੁਣ ਜਦੋਂ ਹੁਕਮਨਾਮਾ ਆਉਂਦਾ ਹੈ ਅਕਾਲ ਤਖ਼ਤ ਦਾ ਜਥੇਦਾਰ ਕਹਿ ਰਿਹਾ ਕਿਸੇ ਨਾਲ ਵਰਤੋਂ ਨਾ ਬਿਲਕੁਲ ਇਹਦਾ ਕੋਈ ਯੂਟਿਊਬ ਨਾ ਦੇਖੇ ਕੋਈ ਨੂੰ ਸ਼ੇਅਰ ਨਾ ਕਰੇ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤੀ ਹੈ ਔਰ ਬਕਾਇਦਾ ਉਹਨੂੰ 1,05,000 ਲੋਕ ਦੇਖ ਚੁੱਕੇ ਹੈ ਇਹਦਾ ਮਤਲਬ ਹੈ ਬਾਗੀ ਹੋ ਗਿਆ ਅਕਾਲ ਤਖ਼ਤ ਦੇ ਹੁਕਮਨਾਮੇ ਤੋਂ ਕਿਤੇ ਨਾ ਕਿਤੇ ਤਾਂ ਸਾਡੀਆਂ ਹੁਣ ਤਾਈਆਂ ਨੇ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਇਹ ਹੁਕਮਨਾਮੇ ਅਕਾਲ ਤਖ਼ਤ ਦੇ ਜਥੇਦਾਰ ਆਪ ਨਹੀਂ ਬਣਾਉਂਦੇ ਇਹਨਾਂ ਨੂੰ ਬਣੇ ਬਣਾਏ ਜਿਵੇਂ ਆਉਂਦੇ ਨੇ ਉਸ ਤਰ੍ਹਾਂ ਅੱਗੇ ਪੇਸ਼ ਕਰ ਦਿੰਦੇ ਆ ਹੁਕਮਨਾਮਾ ਨੰਬਰ 4 ਭਾਈ ਹਰਿੰਦਰ ਸਿੰਘ ਨਰਵੈਰ ਖਾਲਸਾ ਜਥਾ ਯੂਕੇ ਦੇ ਖਿਲਾਫ ਪਿਛਲੇ ਸਮੇਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਸੰਬੰਧ ਵਿੱਚ ਸ਼ਿਕਾਇਤਾਂ ਪੁੱਜੀਆਂ ਸਨ ਜਿਸ ਦੀ ਇਸ ਨੂੰ ਪੱਤਰਕਾਰ ਨੰਬਰ 1970 ਮਿਤੀ 06/01/2020 ਰਾਹੀਂ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਮੰਗਿਆ ਸੀ ਜੋ ਇਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਭੇਜਿਆ ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 5 ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਅਤੇ ਪਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਸੰਸਥਾਵਾਂ ਤੇ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਕਿ ਜਿੰਨਾ ਚਿਰ ਇਹ ਆਪਣੀ ਗਲਤੀ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਮਾਫ਼ੀ ਨਹੀਂ ਮੰਗਦਾ ਉਹਨਾਂ ਚਿਰ ਤੱਕ ਇਸ ਦੇ ਸਮਾਗਮ ਨਾ ਕਰਵਾਏ ਜਾਣ ਬਿਲਕੁਲ ਜੀ ਬਿਲਕੁਲ ਸਮਾਗਮ ਨਾ ਕਰਵਾਏ ਜਾਣ ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਦਾ ਹੁਕਮ ਹੈ ਇਸ ਤੋਂ ਪਹਿਲਾਂ ਮੈਂ ਰਣਜੀਤ ਸਿੰਘ ਢੱਡੀਆਂ ਵਾਲੇ ਦੀ ਗੱਲ ਕਰ ਰਿਹਾ ਸੀ ਜੀ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਜਿਹੜੀ ਯੂਟਿਊਬ ਕੱਢੀ ਆ ਉਹਦੇ ਵਿੱਚ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਟੀਵੀ ਦੇ ਉੱਤੇ ਆ ਕੇ ਗੱਲਬਾਤ ਕਰ ਸਕਦੇ ਆ ਕਰ ਰਹੇ ਨੇ ਮੈਂ ਅਕਾਲ ਤਖ਼ਤ ਸਾਹਿਬ ਤੇ ਆ ਕੇ ਗੱਲਬਾਤ ਕਰਨ ਲਈ ਤਿਆਰ ਹਾਂ ਮੈਂ ਦੰਡੌਤ ਕਰਾਂਗਾ ਲੰਮੇ ਪੈ ਕੇ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਫਿਰ ਅਕਾਲ ਤਖ਼ਤ ਸਾਹਿਬ ਨੂੰ ਦੰਡੌਤ ਲੰਮਾ ਪੈ ਕੇ ਪਰ ਮੈਨੂੰ ਮੇਰਾ ਦੋਸ਼ ਦੱਸਿਆ ਜਾਵੇ ਦੋਸ਼ ਮੇਰਾ ਦੱਸਿਆ ਜਾਵੇ ਦੋਸ਼ ਕੀ ਹੈ ਇੱਕ ਮਿੰਟ ਹੁਣ ਉਹਨੇ ਇਹ ਗੱਲ ਜਿਹੜੀ ਬੜੀ ਵੱਡੀ ਗੱਲ ਕਹੀ ਹੈ ਉਹ ਆਪਾਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਹੜਾ ਤਖ਼ਤ ਦਾ ਜਥੇਦਾਰ ਇਹ ਕਹਿ ਰਿਹਾ ਕਿ ਅਸੀਂ ਲਵ ਅਤੇ ਕੁਛ ਦੀ ਔਲਾਦ ਹਾਂ ਉਹਦਾ ਸੋਰਸ ਕੀ ਹੈ ਅੱਜ ਪਹਿਲੀ ਵਾਰੀ ਬੋਲਿਆ ਉਹਦਾ ਸੋਰਸ ਕੀ ਹੈ ਤੁਸੀਂ ਉਹਨੂੰ ਕਹਿ ਦਿੱਤਾ ਉਹਨੂੰ ਆਪਾਂ ਬਾਅਦ 'ਚ ਪੜ੍ਹਾਂਗੇ ਪਰ ਉਹਨੇ ਬੜੀ ਦ੍ਰਿੜਤਾ ਨਾਲ ਇਹ ਗੱਲ ਕਹੀ ਹੈ ਕਿ ਮੈਂ ਡੰਡਾਉਤ ਕਰਕੇ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਪ੍ਰੋਫੈਸਰ ਦਰਸ਼ਨ ਸਿੰਘ ਦਾ ਮਾਮਲਾ ਜਦੋਂ ਆਇਆ ਸੀ ਮੈਂ ਫੁੱਲੀ ਇਨਵੋਲਵ ਸਾਂ ਉਹਦੇ 'ਚ
कुलदीप सिंह न्यूयॉर्क तो मेरे दोस्त ने वेकअप खालसा वैबसाइट चलाउंदे मेरे नाल सन जी, और उस केस नूं असीं बकायदा फड़िया सी कि किवें एडिटिंग की गई वह केस बकायदा असीं स्टिंग ओपरेशन करना सी उदों बिल्कुल तैयारी करके 12 लाख दे विच उन्हां दिनां च सौदा भी होया सी किसे तख्त दे जथेदार नाल। मैं जे डिस्कलोज बाद दे विच सारी गल करांगा। यस इस तरह हुंदा है, पर होया की कि जथेदार रणजीत सिंह दर्शन सिंह उन्हां नूं इस करके उन्हां नूं पंथ दे विचों चेक दिता गया कि तुसीं जिहड़ी गल कह रहे हो कि मैं मीडिया सामने गलबात करनी असीं नहीं करनी क्योंकि सच है नहीं। उन्हां भाई रणजीत अपना प्रोफेसर दर्शन सिंह उन्हां ने दसना सी कि तुहाडे जिहड़ा गुरचरणजीत सिंह लांबा है उस व्यक्ति ने किवें एडिट कीती है वीडियो जिहड़ी तुहानूं गलत दसी है, पर पंचो छिक दिता गया। गुरबिलास पातशाह 6वीं दे उत्ते जदों डिबेट करदे ने गुरबख्श सिंह काला अफगाना, डिबेट करन दी बजाय उहदे नाल गलबात करन दी बजाय पंचो कढ दिता जांदा जी। बिल्कुल रणजीत सिंह इसे करके पिट रहे है कि मेरे नाल गलबात करो, मैं चाहुंना कमेटी मेरे को नहीं आई जी, मेरे नाल कमेटी बह के गल करे, मैं चाहुंना जहेदार साहब तुसीं सामने टीवी दे उत्ते आओ, जवाब तुहाडे मैं देंगा जिथे मेरा दोष है मैं मन्नो। यह कौन है हरिंदर सिंह भी उन्होंने एक एक चेला कहते हैं पंजाबी जां उन्होंने प्रशंसक है, एक इंग्लैंड यूके निर्वैर जथा बड़ा सोहना मुंडा कीर्तन करता जंपल इत्थे दा और इंग्लिश दे विच कथा करते हैं बड़ा वधिया, पर क्योंकि एफिलेटेड रणजीत सिंह ढटियां वाले नाल है उत्थे गुरुद्वारा बनाया सी, गुरुद्वारे विचों गुरु ग्रंथ साहिब दी बीड़ चक्की गई। नो तू नहीं कर सकता क्योंकि तू रणजीत सिंह दे नाल है। अकाल तख्त साहब दे उत्ते ज़्यादातर संप्रदायी लोग ने जिहड़े वह नहीं चाहते कि किसी तरीके नाल कोई इहो जी गलबात अकाल तख्त साहब तो होवे, यह विचारना बहुत जरूरी है। साडे नाल कॉलर ने जी, स्वागत है जी तुहाडा सांझा टीवी ते, सत श्री अकाल जी। हैलो सत श्री अकाल जी। हां जी सत श्री अकाल जी। हां जी स्वरूप उकानवे हो गए ने, 312 ने जी कुल 312 ते आ गई गल। श्रोमणी कमेटी की गल कर रहे हैं भी ओ, उन्हां नूं अधिकार आ महाराज स्वरूप छापण दा, की आपां देख सकते हैं भी उत्थे पूरी मर्यादा दे नाल ते सब कुछ हो रहा जिथे इन्ने स्वरूप गैप हो रहे ने उत्थे ओ बइये काम करदे ने जिहड़े प्रेस दे विच ने, सिगरटां पीण वाले बइये गुरु रामसर गुरुद्वारा है उत्थे लगता नहीं कि इस तरह होगा कि सिगरटा पीने वाला व्यक्ति कोई अंदर मतलब उत्थे मर्यादा जिहड़ी लाइव होना चाहिदा आ उत्थे कैमरे लगे होने चाहिदे आ, ओ कैमरे गवाच गए सी जदों अकाल तख्त साहिब दे जथेदार ने अपना व्यक्ति भेजा सी, कैमरे उत्थों गुम सन ते कैमरे बंद सन। सो इहदा मतलब इह हो गया अकाल तख्त साहिब तों वी इस वेले निरपक्ष काम नहीं हो रहा, जिस करके संगतां गुमराह हो रहीयां ने इस वेले। 305 तुहानूं पता 2000 सरूप इंग्लैंड अपना अमेरिका दे विच वी सैन फ्रांसिस्को मैनूं नाम भुल गया उन्होंने छापे ने, छाप के वंडे भी ने और फिर तैयारी दोबारा तैयारी च ने। बिल्कुल तुहाडी गल वीर जी सही है, बहुत धन्यवाद तुहाडा। मैनूं इह भी पता लगा है कि कुछ वीडां जिहड़ियां ने चाइना दे विच छप रहीआं ने और शिप हो रहीआं ने उह बकायदा मैं पड़ताल कर रहा उहदी जी, आउण वाले प्रोग्रामां च उहदी वी गलबात करांगे। तुहाडा तहे दिलों धन्नवाद जी। स्वागत है जी तुहाडा सांझा टीवी ते, सत श्री अकाल जी। हैलो हां जी सत श्री अकाल जी। हाँ जी सत श्री अकाल जी, भाई कुलदीप सिंह जी, भैन जी बलजिंदर कौर जी, बहुत बहुत धन्यवाद जी ਤੁਹਾਡਾ जी, बहुत ਵਧੀਆ ਤੁਸੀਂ ਜਿਹੜਾ ਇਹ ਟੌਪਿਕ ਲੈ ਕੇ ਆਉਨੇ ਹੋ। ਸੋ ਇਹ ਗੱਲ ਇਸ ਤਰ੍ਹਾਂ ਕਿ ਅੱਜ ਪਹਿਲਾਂ ਤਾਂ ਕਿਹੜਾ ਕੱਲ ਜਿਹੜਾ ਚਲੋ ਹੁਕਮਨਾਮਾ ਜਿਹੜਾ ਜਾਰੀ ਕਰਕੇ ਆ ਜਿਹੜਾ ਇੱਥੇ ਵਾਲਾ ਮਸਲਾ ਹੱਲ ਕੀਤਾ ਉਹ ਆਪਾਂ ਧੰਨਵਾਦ ਵੀ ਕਰਦੇ ਆ ਉਹਨਾਂ ਦਾ ਜੀ ਅਕਾਲ ਤਖ਼ਤ ਜਥੇਦਾਰ ਸਾਹਿਬ ਦਾ, ਪਰ ਜਿਹੜੀਆਂ ਉਹਨਾਂ ਨੂੰ ਹੋਰ ਵੀ ਮੁੱਦੇ ਸੀਗੇ ਜਿਹੜੇ ਕਿ
ਇਕਬਾਲ ਸਿੰਘ ਵਰਗੇ ਜਾਂ ਮੋਦੀ ਸਾਹਿਬ ਦੇ ਜਿਹਨਾਂ ਉਹਨਾਂ ਨੇ ਉਹ ਜ਼ਿਕਰ ਕਰ ਰਹੇ ਸੀ ਉਹ ਕੋਈ ਉਹਨਾਂ ਦੇ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਕੋਈ ਉਹਨਾਂ ਦੇ ਉੱਤੇ ਕੋਈ ਪਾਬੰਦੀ ਨਹੀਂ ਲਾਈ ਕੋਈ ਕਿਉਂ ਇਹ ਕਿਹਾ ਗਿਆ ਇਹ ਵੀ ਉਹਨਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਸੀਗਾ ਬਿਲਕੁਲ ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਹੜਾ ਅੱਠ ਗੁਰੂਆਂ ਦੀ ਬਾਣੀ ਤਿਆਰ ਕਰਨ ਵਾਲਾ ਮੇਲਾ ਉਹ ਵੀ ਪੈਂਡਿੰਗ ਉਹ ਵੀ ਆ ਰਿਹਾ ਕੁਛ ਮਹੀਨਾ ਤੱਕ ਤੁਸੀਂ ਉਹਦੇ ਤੇ ਵੀ ਵਿਵਾਦ ਲੱਗਾ ਹੋਣ ਵਾਲਾ ਆ ਕਿਉਂ ਕਰਕੇ ਬੜਾ ਕੁਛ ਹੋ ਰਿਹਾ ਜੀ ਉਹ ਇੱਥੇ ਕੈਲੀਫੋਰਨੀਆ ਦੇ ਵਿੱਚ ਪਿਆ ਆ ਉਹ ਵੀ ਯੂਟਿਊਬ ਤੇ ਤੁਸੀਂ ਦੇਖ ਸਕਦੇ ਆ ਇਸ ਕਰਕੇ ਬਹੁਤ ਥਾਵਾਂ ਦੇ ਉੱਤੇ ਗ੍ਰੰਥ ਜਿਹੜੇ ਬਣਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਛਪੇ ਜਾ ਰਹੇ ਨੇ ਇਹਦੇ ਉੱਤੇ ਬਹੁਤ ਵੱਡੇ ਪੱਧਰ ਤੇ ਪਿੱਛੇ ਸਾਜ਼ਿਸ਼ਾਂ ਨੇ ਸੋ ਇਸ ਕਰਕੇ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣਾ ਬਹੁਤ ਧੰਨਵਾਦ ਤੁਹਾਡੀ ਕਾਲ ਕਰਨ ਲਈ ਥੈਂਕ ਯੂ ਜੀ ਅੱਛਾ ਕੁਲਦੀਪ ਸਿੰਘ ਜੀ ਇੱਕ ਮੈਸੇਜ ਇੱਥੇ ਜਿਹੜਾ ਆਇਆ ਹੈਗਾ ਆਪਾਂ ਹੁਣੇ ਹੁਕਮਨਾਮਾ ਜਿਹੜਾ ਪੜ੍ਹ ਰਹੇ ਸੀ ਆਪਾਂ ਹਰਿੰਦਰ ਸਿੰਘ ਹੁਣਾਂ ਦੀ ਗੱਲ ਕੀਤੀ ਸੀ ਹਾਂਜੀ ਤੇ ਸਾਨੂੰ ਬੂਟਾ ਸਿੰਘ ਹੁਣਾਂ ਨੇ ਲਿਖਿਆ ਕਹਿੰਦੇ ਸਤਿਕਾਰਯੋਗ ਵੀਰਾ ਜੀਓ ਹਰਿੰਦਰ ਸਿੰਘ ਨੇ ਕਿਹਾ ਸੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਤਲ ਹੋਇਆ ਜੋ ਬਿਨਾਂ ਕਿਸੇ ਦਲੀਲ ਸਬੂਤ ਦੇ ਝੱਖ ਮਾਰੀ ਸੀ ਉਹਨਾਂ ਨੇ ਇਹ ਉਹਨਾਂ ਦਾ ਹਾਂਜੀ ਬਿਲਕੁਲ ਜੀ ਬਕਾਇਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਪਰ ਆਪਾਂ ਅੱਗੇ ਚੱਲੀਏ ਹੁਕਮਨਾਮਾ ਨੰਬਰ 5 ਦੇ ਵਿੱਚ ਮਤਾ ਜਿਹੜਾ ਪਾਇਆ ਗਿਆ ਕੀ ਮਤਾ ਪਾਇਆ ਗਿਆ ਜੀ ਹਾਂਜੀ ਹੁਕਮਨਾਮਾ ਨੰਬਰ 5 ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਹਨ ਕਿ ਰਪਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੇ ਸਰੀ ਬੀਸੀ ਕੈਨੇਡਾ ਵਿੱਚ ਆਪਣੀ ਨਿੱਜੀ ਸੰਸਥਾ ਸਤਨਾਮ ਰਿਲੀਜੀਅਸ ਸੁਸਾਇਟੀ ਬਣਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਤੀ 9/5/1998 ਨੂੰ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਜਿਸ ਵਿੱਚ ਸਪਸ਼ਟ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਰ ਕੋਈ ਨਹੀਂ ਕਰ ਸਕਦਾ ਇਹਨਾਂ ਦੇ ਬਿਨਾਂ ਆਗਿਆ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਹੈ ਜਿਸ ਸੰਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਕੈਨੇਡਾ ਨਿਵਾਸੀ ਰਪਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸੰਬੰਧੀ ਆਪਣਾ ਸਪਸ਼ਟੀਕਰਨ 1 ਮਹੀਨੇ ਦੇ ਅੰਦਰ ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਇਸ ਤੋਂ ਇਲਾਵਾ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਹਨਾਂ ਵੱਲੋਂ ਹੁਣ ਤੀਕ ਤਿਆਰ ਕੀਤੇ ਗਏ ਪਾਵਨ ਸਰੂਪ ਸਮੇਤ ਛਾਪਾਖਾਨਾ ਮਸ਼ੀਨਰੀ ਸਿੱਖ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ ਸਰੀ ਬੀਸੀ ਕੈਨੇਡਾ ਵਿਖੇ ਮੋਤਬਾਰ ਸਿੱਖਾਂ ਦੀ ਹਾਜ਼ਰੀ ਵਿੱਚ ਸੁਭਾਈਮਾਨ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਹਨਾਂ ਵੱਲੋਂ ਤਿਆਰ ਕੀਤੇ ਗਏ ਪਾਵਨ ਸਰੂਪਾਂ ਦੀ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਕੇ ਅੱਖਰਾਂ ਤਤਕਰੇ ਤੋਂ ਰਾਗਮਾਲਾ ਤੀਕ ਦੀ ਵਾਧ ਘਾਟ ਹੋਣ ਜਾਂ ਨਾ ਹੋਣ ਬਾਰੇ ਮਿਲਾਨ ਕਰਵਾ ਕੇ ਰਿਪੋਰਟ 6 ਮਹੀਨੇ ਦੇ ਅੰਦਰ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ। ਦੇਖੋ ਮੈਂ ਉਹੀ ਕਰ ਰਿਹਾ ਸੀ, 24 ਤਰੀਕ ਨੂੰ ਹੁਕਮਨਾਮਾ ਉੱਥੇ ਸ਼ਾਮ ਨੂੰ ਹੁੰਦਾ ਜੀ ਤੇ ਸਵੇਰੇ ਦੂਜੇ ਦਿਨ ਇੱਥੇ ਐਕਸ਼ਨ ਹੋ ਜਾਂਦਾ। ਮੈਂ ਇਸ ਗੱਲ ਦੀ ਸਰਦਾਰ ਮਨਿੰਦਰ ਸਿੰਘ ਤੇ ਹਰਦੀਪ ਸਿੰਘ ਨਿੱਜਰ ਜਿਹੜੇ ਗੁਰਦੁਆਰਾ ਗੁਰੂ ਨਾਨਕ ਸਿੰਘ ਗੁਰਦੁਆਰਾ ਦੇ ਪ੍ਰਧਾਨ ਨੇ ਉਹਨਾਂ ਨੂੰ ਦੇਣਾ। ਉਹਨਾਂ ਨੇ ਬੜੀ ਸ਼ਾਂਤੀ ਦੇ ਨਾਲ, ਬੜੇ ਪਿਆਰ ਦੇ ਨਾਲ, ਬੜੇ ਸੁਲਝੇ ਹੋਏ ਤਰੀਕੇ ਦੇ ਨਾਲ ਕਿ ਕੋਈ ਆਪਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਲੋਕਾਂ ਦੇ ਮਨਾਂ 'ਚ ਰੋਸ ਬੜਾ ਸੀ, ਬਹੁਤ ਰੋਸ ਸੀ, ਪਰ ਉਹਨਾਂ ਨੇ ਬੜੇ ਤਰੀਕੇ ਦੇ ਨਾਲ, ਸੁਲਝੇ ਹੋਏ ਤਰੀਕੇ ਦੇ ਨਾਲ ਇਹਨੂੰ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲੈ ਕੇ ਗਏ ਨੇ। ਉੱਥੇ ਇੰਪਲੀਮੈਂਟ ਹੋ ਗਏ, ਉੱਥੇ ਬਕਾਇਦਾ ਅਮਲ ਹੋ ਗਿਆ, ਪਰ ਨਾਲੇ ਕੀ ਹੈ ਕਿ ਸੁਲਝੇ ਹੋਏ ਜਿਹੜੇ ਸਿੰਘ ਨੇ, ਹੁਣ ਸੁਲਝੇ ਹੋਏ ਗ੍ਰੰਥੀ ਸਿੰਘ ਨੇ ਜਿਹੜੇ, ਉਹਦੇ ਵਿੱਚੋਂ ਇਹ ਨਾ ਸੋਚਣ ਕਿ ਸਿਰਫ ਸੁਲਝੇ ਹੋਏ ਇੱਥੇ ਹੀ ਨੇ, ਪੂਰੇ ਕੈਨੇਡਾ ਦੇ ਵਿੱਚੋਂ ਚੰਗੇ ਪੜ੍ਹੇ ਲਿਖੇ ਵਿਦਵਾਨ ਇੰਟਲੈਕਚੁਅਲ ਗੁਰਬਾਣੀ ਦੇ ਗ੍ਰਾਮਰ ਦੇ ਜਿਹੜੇ ਮਾਹਿਰ ਨੇ ਉਹਨਾਂ ਨੂੰ ਲਿਆ ਜਾਵੇ ਜੀ, ਨਾਲ ਇੱਕ ਕਮੇਟੀ ਬਣਾਈ ਜਾਵੇ ਅਤੇ ਉਹ ਕਮੇਟੀ ਨੂੰ ਨਸ਼ਰ ਕੀਤਾ ਜਾਵੇ, ਆਹ ਕਮੇਟੀ ਹੈ ਇੰਨਾ ਟਾਈਮ ਦਿੱਤਾ ਜਾਂਦਾ, ਇਸ ਤਰ੍ਹਾਂ ਕਰਾਂਗੇ, ਉਹਨਾਂ ਚਿਰ ਬੀੜਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਨੂੰ ਕਿਸੇ ਨੂੰ ਹੱਥ ਲਾਉਣ ਦੀ ਆਗਿਆ ਨਾ ਹੋਵੇ। ਅੱਗੇ ਚਲੋ ਜੀ ਜੀ, ਮਾਮਲਾ ਨੰਬਰ 6। ਪਿਛਲੇ ਦਿਨੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪਾਸੋਂ ਓ ਫਾਰਮ ਸੰਬੰਧੀ ਅੰਮ੍ਰਿਤ ਛਕੇ ਜਾਂ ਨਾ ਛਕੇ ਹੋਣ ਬਾਰੇ ਜਾਣਕਾਰੀ ਮੰਗੀ ਗਈ ਸੀ। ਬਾਰ ਬਾਰ ਪ੍ਰਤੀਕਾਵਾਂ ਭੇਜਣ 'ਤੇ ਵੀ ਇਹਨਾਂ ਵੱਲੋਂ ਜਾਣਕਾਰੀ ਨਹੀਂ ਭੇਜੀ ਗਈ। ਇਸ ਸੰਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਪ੍ਰਧਾਨ ਅਤੇ ਅਹੁਦੇਦਾਰ ਸੰਬੰਧਿਤ ਜਾਣਕਾਰੀ ਲੈ ਕੇ ਖੁਦ ਮਿਤੀ 18/9/2020 ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਹਾਜ਼ਰ ਹੋਣ। ਬਿਲਕੁਲ ਜੀ, ਉਹਨਾਂ ਨੇ ਕਿਹਾ ਕਿ ਜਿਹੜਾ ਖਾਲਸਾ ਦੀਵਾਨ ਬੜੀ ਵੱਡੀ ਸੰਸਥਾ ਹੈ ਸਾਡੀ, ਬੜੀ ਪੁਰਾਤਨ ਸੰਸਥਾ ਹੈ, ਕਿ ਉਹ ਸੁਸਾਇਟੀ ਦੇ, ਤੁਹਾਨੂੰ ਯਾਦ ਹੋਏਗਾ ਪਿਛਲੇ ਦਿਨੀ ਜਿਹੜੇ ਪ੍ਰਧਾਨ ਸੀ ਉਹਨਾਂ 'ਤੇ ਅਸ਼ਲੀਲ ਵੀਡੀਓ ਕਰਕੇ ਉਹਨਾਂ ਦੇ ਉੱਤੇ ਬੜਾ ਵੱਡਾ ਦੋਸ਼ ਲੱਗਾ ਸੀ ਜੀ, ਔਰ ਉਹਨਾਂ ਨੂੰ ਉਹਨਾਂ ਦੇ ਬੇਟੇ ਨੇ ਸ਼ਾਇਦ ਆਤਮ ਹੱਤਿਆ ਵੀ ਕਰ ਲਈ ਸੀ, ਬੜਾ ਵੱਡਾ ਨੁਕਸਾਨ ਹੋਇਆ ਸੀ ਕੌਮ ਦਾ, ਉਹਦੇ ਕਰਕੇ ਮੰਗਿਆ। ਇਹ ਦੇਖਦੇ ਹਾਂ ਕਿ 18/9 ਤੱਕ ਕੀ ਕੁਛ ਬਣਦਾ ਤੇ ਕੀ ਇਹਦਾ ਫੈਸਲਾ ਹੁੰਦਾ, ਇਹ ਆਪਾਂ ਇੰਤਜ਼ਾਰ ਕਰਾਂਗੇ। ਸੋ ਹੁਕਮਨਾਮਾ ਨੰਬਰ 7, ਬਾਬਾ ਸ਼ਮਸ਼ੇਰ ਸਿੰਘ ਨੇ ਜਗਨਨਾਥਪੁਰੀ ਉੜੀਸਾ ਵਿਖੇ ਗੁਰਦੁਆਰਾ ਸਾਹਿਬ ਬਣਾਇਆ ਜਿਸ ਦਾ ਨਾਮ ਆਰਤੀ ਸਾਹਿਬ ਰੱਖਿਆ, ਜਦਕਿ ਇਹ ਉਸ ਸਥਾਨ ਨਹੀਂ
जबकि ये वो अस्थान नहीं जिथे श्री गुरु नानक देव जी ने आरती उचारी सी। पहला भी इस श्री अकाल तख्त साहिब अते तख्त श्री हरिमंदर जी पटना साहिब वालों जुबानी आदेश किया गया सी कि इस गुरद्वारा साहिब का नाम तब्दील किया जाए, परंतु इसने कोई अमल नहीं किया। इस संबंधी श्री अकाल तख्त साहिब विखे पांच सिंह साहिबान की एकत्रता विच विचार करन उपरंत फैसला होया है कि बाबा शमशेर सिंह एक महीने के अंदर अंदर गुरद्वारा साहिब का नाम तब्दील करके जानकारी श्री अकाल तख्त साहिब विखे भेजे, नहीं तो अगली एकत्रता विच गुरमत अनुसार बाबा शमशेर सिंह पर सख्त कार्रवाई की जाएगी। गुरुद्वारा आरती साहब है जो पटना साहब के बिल्कुल लागे है जिते गुरु साहब ने आरती उचारी सी। असल दे विच ओ गुरुद्वारा किसी परिवार ने संभालिया होया है, श्रोमणी गुरुद्वारा प्रबंधक कमेटी, दिल्ली गुरुद्वारा प्रबंधक कमेटी, पटना साहब की प्रबंधक कमेटी, हजूर साहब की कमेटी, किसी ने भी अजे तक हिम्मत करके कानूनी तौर पर थान लैन का यत्न नहीं किया। पर बाबा शमशेर सिंह कहता है कि तू नहीं नाम रख सकता। फर्ज तो यह बनता सी कि गुरु साहब का पावन पवित्र स्थान है, वो जी तुहाडी थान है, कानूनी तौर पर लीगली तौर पर उसी लड़ाई लड़के उस स्थान के उत्ते सिखां दा कब्जा होना चाहिए, इतिहासक स्थान बनाओ, पर वह नहीं। पर बाबा शमशेर सिंह कहता है, हुण देखदे आ बाबा शमशेर सिंह हुणे नाम तब्दील करदे आ जां पंचों बाहर हुंदे जी। हुकमनामा नंबर 8 सुच्चा सिंह लंगाह नूं श्री अकाल तख्त साहिब वालों कोई मुआफ़ी नहीं है, इसलिए संगतां इस नाल मिलन वरतन ना रखन। हुण 7 आपां पढ़ चुके हैं, ये 8वां। हाँ जी, मैं पहला भी जिक्र किया सी कि जिहड़े मालक ने जिहड़े चला रहे ने भावें अकाल तख्त है भावें श्रोमणी गुरुद्वारा प्रबंधक कमेटी है, मालक चला रहे ने, ये तो मुलाजम ने बेचारे, भावें अकाल तख्त साहब का जथेदार है या श्रोमणी कमेटी का प्रधान है, मुलाजम ने, उन्होंने सारे पक्षों को बड़े ब्रेन बैठे ने, जे ये हुक्मनामा जारी किया अपने एक बंदे नूं मारा नहीं दसणगे। सुच्चा सिंह लंगाह दा शरेआम वीडियो सामने आई है, जेल च रह के आया बंदा, उन्हूं किवें कह देणगे। और उन्हें बड़ी चलाकी वरती, अपने ही कुछ ग्रंथियां कट्ठे करके अपने आप को बख्शवा लिया। जदर कहिंदा नो, तैनू अकाल तख्त वालों हुक्मनामा जारी होया है कि तेरे नाल कोई लैण देण नहीं, क्योंकि जे इहदे नाल कोई लैण देण करदे आ फिर जिहड़े मालक ने फसदे ने। फिर मालक ने कहता कि नो, इहदे इहनू कोई मुआफ़ी नहीं देता, कोई मिलवर्तन ना रखा जाए। सो इस वेले श्रोमणी अकाली दल दे विचों कढ दित्ता है, श्रोमणी अकाली दल बादल चो जने ये परमात्मा जानता है, पर उहदे नाल जिहड़ा हुक्मनामा है एक अपने पक्ष का बड़ा वधिया आया जी, चंगी गल है जी। अगे जी, हुक्मनामा नंबर 9 साबका जथेदार ज्ञानी इकबाल सिंह ने अयोध्या विखे समागम विच चल रहे दित्ते बयान नाल असहमति जताउंदिआं कहा कि सिख एक वक्री कौम सी है अते रहेगी, इसलिए सिखां नूं किसे कोलों सर्टिफिकेट लैण दी लोड़ नहीं। वाह, आ हुक्मनामा मैनूं बड़ा वधिया लगा, बहुत वधिया लगा। ज्ञानी इकबाल सिंह दे अयोध्या च होए समागम च दित्ते बयान नाल असीं असहमति प्रगट करदे हां। हुण सवाल बनदा, बड़ा वड्डा सवाल है, जिहड़ा उहने बयान दित्ता है कि असीं लव ते कुश दी औलाद हां। जदों मीडिया वाला उहदे कोल गया ते उह दसम ग्रंथ दी पोथी खोल दिंदा है, कहिंदा देखो मैं नहीं कहा, दशमेश पातशाह ने कहा, मैं नहीं कहा, गुरबाणी पाठ दर्पण दमदमी टकसाल दे मुखी जी उन्हां वल्लों लिखी गई है। तत्करे तो बाद पन्ना नंबर 13 दे उत्ते जिक्र आउंदा है कि असीं लव ते कुश दी औलाद आ, कछहरा हनुमान ने दित्ता है। विष्णु भगवान दरबार साहब वाली थां ते हरिमंदर क्यों कहिंदे आ, अज जदों अरदास हुंदी हरिमंदर कहिंदे, इसे करके कहिंदे आ क्योंकि इहनां दे ग्रंथां च लिखिआ। पर हुण सोचण वाली गल इह सी, पटना साहब दा जिहड़ा इस वेले जथेदार है ਉਹ ਗਿਆਨੀ ਸੰਤ ਸਿੰਘ ਮਸਕੀਨ ਹੁਣਾਂ ਦਾ ਬੜਾ ਸ਼ਾਗਿਰਦ ਹੈ, ਰਣਜੀਤ ਸਿੰਘ ਗੌਰੇ ਮਸਕੀਨ ਜਥੇਦਾਰ। ਹੁਣ ਗੌਰੇ ਮਸਕੀਨ ਜੀ ਇਹ ਨਹੀਂ ਕਹਿ ਸਕੇ, ਉਹ ਕਹਿ ਰਹੇ ਨੇ ਵੀ ਅਸੀਂ ਸਾਡੀ ਉਹਦੇ ਨਾਲ ਅਸਹਿਮਤੀ ਹੈ। ਹੁਣ 3 ਸਵਾਲ ਪੈਦਾ ਹੁੰਦੇ ਨੇ, ਬਹੁਤ ਇੰਪੋਰਟੈਂਟ ਚੀਜ਼ ਹੈ ਸਾਰੀ ਸਿੱਖ ਸੰਗਤ ਦੇ ਲਈ। ਉਹ ਅਸਹਿਮਤੀ ਪ੍ਰਗਟ ਕਰ ਰਹੇ ਨੇ ਕਿ ਇਕਬਾਲ ਸਿੰਘ ਨੇ ਗਲਤ ਕਿਹਾ। ਨੰਬਰ 1, ਕੀ ਜਿਹੜੇ ਗ੍ਰੰਥ ਦਾ ਹਵਾਲਾ ਦਿੱਤਾ ਹੈ ਉਹ ਗ੍ਰੰਥ ਗਲਤ ਹੈ, ਇਕਬਾਲ ਸਿੰਘ ਗਲਤ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਗਲਤ ਨੇ? 3 ਸਵਾਲ ਖੜ੍ਹੇ ਹੋ ਗਏ, ਕਿਉਂਕਿ ਇਕਬਾਲ ਸਿੰਘ ਕਹਿ ਰਿਹਾ ਹੈ ਕਿ ਮੈਂ ਇਸ ਗ੍ਰੰਥ 'ਚੋਂ ਪੜ੍ਹ ਕੇ ਦੱਸ ਰਿਹਾ ਕਿ ਅਸੀਂ ਲਵ ਤੇ ਕੁਛ ਦੀ ਔਲਾਦ ਹਾਂ।
वह ग्रंथ है दसम ग्रंथ। दसम ग्रंथ का लिखारी है दस रहे कि गुरु गोबिंद सिंह है। जे गुरु गोबिंद सिंह लिखारी है, गुरु गोबिंद सिंह सानू लव ते कुछ दी औलाद दस रहे है, गुरु तो मेरा गलत हो नहीं सकता, गुरु तो गलत हो नहीं सकता। हुण रह की गया दो चीज़ा, दसम ग्रंथ इहदा लिखारी कौन है, जां तां इहदा लिखारी गलत है जे दशमेश पिता नहीं है, दशमेश पिता नूं दोषी ठहरा नहीं सकते, जां तां इहदा लिखारी गलत है जां इकबाल सिंह गलत है। वह गल कहण दी पंजां चों किसी जथेदार की हिम्मत नहीं पई, ये कहता कि असहमति क्यों प्रगटाने असहमति बई, वो तो कह रहे किताबों के रेफरेंस दे रहा, मनो तुसी कहो कि साड़ी असहमति इकबाल सिंह नाल तो हो सकती, इकबाल सिंह कह रहे हैं गुरु गोबिंद सिंह ने तीन विआह कराए ने, मैं भी कराए ने, मैनू की प्रॉब्लम है, लीगली है कद कर रहा मैं, तुसी मैनू किवें रोक सकते हो। हुण प्रॉब्लम यह है कि दोनों तख्त पटना साहब है, भावें तख्त साढ़े कोल हजूर साहब है, इतने कब्जा किधर है जी, तुहानू सारयां नूं पता है। फिर वो जो मर्जी कहण, जे प्रधानमंत्री देश का नरेंद्र मोदी कह रहे हैं कि गोबिंद रामायण है, गोबिंद सिंह जी ने महाराज ने लिखी है, दो जवाब जी, दो जवाब। प्रधानमंत्री कह रहे हैं, प्रधानमंत्री सच बोल रहे हैं, झूठ नहीं बोल रहे, तुहाडे किताबां दे रेफरेंस दे के बोल रहे हैं जी। किसी ने अज तक कोई एक्शन लिया नो, लैना भी नहीं, ना लैणगे पटना साहब वाले ते, ना नरेंद्र मोदी प्रधानमंत्री दे उते जी ले सकदे काल जी। स्वागत है जी तुहाडा सांझा टीवी ते, सत श्री अकाल जी। ਸਤਿ ਸ਼੍ਰੀ ਅਕਾਲ ਭੈਣ ਜੀ ਤੁਹਾਨੂੰ ਤੇ ਵੀਰ ਕੁਲਦੀਪ ਸਿੰਘ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਐਕਚੁਅਲੀ ਨਾ ਜਥੇਦਾਰ ਗਲਤ ਉਹਨਾਂ ਨੂੰ ਨਾਂ ਦਿੱਤਾ ਹੋਇਆ, ਐਕਚੁਅਲੀ ਜਥੇਦਾਰ ਤਾਂ ਤੁਸੀਂ ਦੋਨੋਂ ਹੋ, ਨਹੀਂ ਜੀ ਜਿਹੜੇ ਮੀਡੀਆ ਦੀ ਇੰਨੀ ਤੁਸੀਂ ਜਥੇਦਾਰੀ ਨਿਭਾ ਰਹੇ ਹੋ ਤੇ ਇਹ ਤੱਕ ਬੁਲਾ ਰਹੇ ਆ ਜੀ। ਤੇ ਮੇਰਾ ਇੱਕ ਛੋਟਾ ਜਿਹਾ ਕਮੈਂਟ ਸੀਗਾ ਜਿਹੜਾ ਕੱਲ ਆਪਣੇ ਹਰਪ੍ਰੀਤ ਸਿੰਘ ਨੇ ਜੋ ਸੰਦੇਸ਼ ਜਾਂ ਹੁਕਮਨਾਮੇ ਜਾਰੀ ਕੀਤੇ ਨੇ ਵੀ ਜਥੇਦਾਰ ਹਰਪ੍ਰੀਤ ਸਿੰਘ ਜੀ, ਹਾਂਜੀ ਹਾਂਜੀ, ਵੀ ਉਸਨੇ ਆਪਣੇ ਹੁਕਮਨਾਮਿਆਂ ਦੇ ਵਿੱਚ ਕਿਵੇਂ ਆਪਾਂ ਵਿਰੋਧੀ ਕੰਮ ਕੀਤਾ। ਦੇਖੋ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਤਾਂ ਇਹੀ ਜੋ ਗ੍ਰੰਥਾਂ ਦੇ ਵਿੱਚ ਗਲਤ ਲਿਖਿਆ ਹੋਇਆ ਸਿੱਖੀ ਬਾਰੇ ਉਸ ਨੂੰ ਦੱਸਣ ਵਾਸਤੇ ਲੋਕਾਂ ਨੂੰ ਪੰਥ ਦੇ ਵਿੱਚੋਂ ਉਹਦੇ ਤੇ ਕੰਡੀਸ਼ਨਾਂ ਲਾਤੀਆਂ, ਐਸ ਆਲਮੋਸਟ ਛਿੱਕਣ ਵਾਲੀ ਗੱਲ ਕੀਤੀ, ਧਮਕੀ ਦੇ ਦਿੱਤੀ ਸੇਮ, ਹਾਂਜੀ ਅਲਟੀਮੇਟਮ ਵੀ ਦਿੱਤੇ ਨੇ ਤੇ ਧਮਕੀਆਂ ਵੀ ਦਿੱਤੀਆਂ ਨੇ। ਤੇ ਸੇਮ ਹੀ ਗੱਲ ਇਕਬਾਲ ਸਿੰਘ ਪਟਨੇ ਵਾਲੇ ਨੇ ਕੀਤੀ ਆ, ਉਹਦੇ ਨਾਲ ਉਹਨੇ ਕਿਹਾ ਵੀ ਅਸੀਂ ਅਸਹਿਮਤ ਹਾਂ। ਦੇਖੋ ਆਪਾਂ ਵਿਰੋਧੀ, ਉਸਨੇ ਆਪਣੀ ਇਕੱਲਾ ਜਨਾਜ਼ਾ ਕੱਢਿਆ ਹਰਪ੍ਰੀਤ ਸਿੰਘ ਨੇ, ਇੱਕ ਨੂੰ ਧਮਕੀ ਦੂਸਰੇ ਲਈ ਅਸਹਿਮਤ ਆ, ਜਾਂ ਤਾਂ ਗਲਤੀਆਂ ਦੋਨਾਂ ਦੀਆਂ ਜੇ ਦੇਖਿਆ ਜਾਵੇ ਦੋਨੋਂ ਹੀ ਗਲਤੀਆਂ ਨੇ, ਗਲਤੀਆਂ ਗੱਲਾਂ ਦੋਨਾਂ ਨੇ ਸੇਮ ਕੀਤੀਆਂ ਨੇ, ਇੱਕ ਨੇ ਸਟੇਜ ਤੋਂ ਕੀਤੀਆਂ ਨੇ, ਇੱਕ ਨੇ ਰਾਮ ਮੰਦਿਰ ਦੇ ਓਪਨਿੰਗ ਵੇਲੇ ਉੱਥੇ ਗਈਆਂ ਨੇ। ਤੇ ਇਸ ਕਰਕੇ ਹੁਣ ਦੁਨੀਆ ਸਾਰਾ ਕੁਝ ਸਮਝਦੀ ਆ ਤੇ ਆਲਮੋਸਟ ਮੇਰਾ ਖਿਆਲ ਆ ਵੀ ਲੋਕ ਸਿੱਖਾਂ ਨੇ, ਜਾਗਰੂਕ ਸਿੱਖਾਂ ਨੇ ਤਾਂ ਲਕੀਰ ਖਿੱਚਤੀ ਵੀ ਇਹ ਇੱਕ ਪਹਾੜੇ ਦੇ ਮੁਲਾਜ਼ਮ ਨੇ, ਬਾਦਲਾਂ ਵੱਲੋਂ ਜੋ ਲਿਖਿਆ ਜਾਂਦਾ ਜਿਵੇਂ ਕਰਵਾਇਆ ਜਾਂਦਾ ਉਵੇਂ ਕਰਦੇ ਨੇ। ਤੇ ਅੰਤ ਦੇ ਵਿੱਚ ਮੈਂ ਇਹੀ ਕਹੂੰਗਾ ਜੀ, ਤੁਸੀਂ ਬਹੁਤ ਵਧੀਆ ਜ਼ਿੰਮੇਵਾਰੀ ਨਿਭਾ ਰਹੇ ਹੋ, ਕੀਪ ਕੈਰੀ ਓਨ, ਬਹੁਤ ਧੰਨਵਾਦ ਜੀ। ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ ਆਪਾਂ ਵਿਰੋਧੀ, ਬੜਾ ਵੱਡਾ ਸਵਾਲ ਪੈਦਾ ਹੁੰਦਾ ਜੀ, ਬਿਲਕੁਲ ਜੀ। ਜਿਨ੍ਹਾਂ ਗ੍ਰੰਥਾਂ ਦਾ ਹਵਾਲਾ ਦੇ ਕੇ ਰਣਜੀਤ ਸਿੰਘ ਕਹਿ ਰਿਹਾ, ਉਹਨਾਂ ਗ੍ਰੰਥਾਂ ਦਾ ਹਵਾਲਾ ਹੀ ਭਾਈ ਇਕਬਾਲ ਸਿੰਘ ਕਹਿ ਰਿਹਾ, ਉਹਨਾਂ ਦੀ ਕਹਿ ਰਹੇ, ਹਾਂਜੀ ਰਣਜੀਤ ਸਿੰਘ ਨੂੰ ਕਹਿ ਰਹੇ ਤੂੰ ਦੀਵਾਨ ਨਹੀਂ ਲਾ ਸਕਦਾ, ਜੇ ਗਿਆ ਤੇ ਵਾਅਦ ਕਰਦਾ ਜ਼ਿੰਮੇਵਾਰ ਤੂੰ ਹੈ, ਯਾਨੀ ਇਨਡਾਇਰੈਕਟ ਤਰੀਕੇ ਨਾਲ ਧਮਕੀ ਹੋ ਗਈ। ਗਿਆਨੀ ਇਕਬਾਲ ਸਿੰਘ ਨੂੰ ਕਹਿਤਾ ਕਿ ਨਹੀਂ ਅਸੀਂ ਤੇਰੇ ਨਾਲ ਸਹਿਮਤ ਨਹੀਂ ਹਾਂ, ਤੂੰ ਜੋ ਕੁਛ ਕਿਹਾ ਹਵਾਲਾ ਉਹ ਵੀ ਉਹਨਾਂ ਗ੍ਰੰਥਾਂ ਦਾ ਹੀ ਦੇ ਰਿਹਾ। ਹੁਣ ਗੱਲ ਦਸਵੇਂ ਤੇ ਆਈਏ, ਫਿਰ ਆਪਾਂ ਗੱਲਬਾਤ ਨੂੰ ਸਮ ਅਪ ਕਰਦੇ ਹਾਂ ਜੀ। ਹੁਕਮਨਾਮਾ ਨੰਬਰ 10, ਪਿਛਲੇ ਦਿਨੀ ਗੁਰਦੁਆਰਾ ਸਾਹਿਬਾਨਾ ਵਿੱਚ ਅਰਦਾਸ ਕਰਨ ਵੇਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕਰਕੇ ਕੀਤਾ ਗਿਆ, ਜੋ ਕਿ ਉਚਿਤ ਨਹੀਂ ਹੈ, ਕਿਉਂਕਿ ਅਰਦਾਸ ਕਰਨਾ ਸਿੱਖ ਦਾ ਧਾਰਮਿਕ ਫਰਜ਼ ਹੈ। ਸਿੱਖ ਹਮੇਸ਼ਾ ਹੀ ਅਰਦਾਸ ਰਾਹੀਂ ਰਾਜ ਕਰੇਗਾ, ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦਾ ਹੈ, ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ। ਪੈਸੇ ਦੇ ਲਾਲਚ ਵਿੱਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ, ਸਿੱਖ ਨੌਜਵਾਨ ਉਕਸਾਊ ਬਿਆਨਾਂ ਤੋਂ ਸੁਚੇਤ ਰਹਿਣ। ਹੁਣ ਉੱਪਰਲੇ ਪਾਸੇ ਇਹ ਚਾਰ ਲਾਈਨਾਂ ਨੇ, ਬੜੇ ਧਿਆਨ ਨਾਲ ਸੁਣੇ, ਬੜੇ ਧਿਆਨ ਨਾਲ ਪੜ੍ਹਨ ਵਾਲੀਆਂ ਨੇ ਕਿ ਅਰਦਾਸ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ, ਜਿਹੜਾ ਉਚਿਤ ਨਹੀਂ ਹੈ। ਗ੍ਰਿਫਤਾਰ ਕਿਉਂ ਕੀਤਾ, ਗ੍ਰਿਫਤਾਰ ਕਿਉਂ ਕੀਤਾ, ਕਿਉਂਕਿ ਉਹ 2020 ਰੈਫਰੈਂਡਮ ਦੀ ਬਾਬਤ ਅਰਦਾਸ ਕਰਨ ਗਏ ਸੀ, ਥੱਲੇ ਲਿਖ ਦਿੱਤਾ ਕਿ ਸਿੱਖ ਨੌਜਵਾਨ ਉਕਸਾਊ ਬਿਆਨਾਂ ਤੋਂ ਸੁਚੇਤ ਰਹਿਣ।
नाम नहीं ले सके कि कादे करके गिरफ्तार किया, रीजन फिर नहीं दसिया, रीजन नहीं दसिया, पर आखिरी लाइन दे विच दस दिता कि सिख नौजवान उकसाऊ बयान तो सुचेत रहन कि अरदास पैसे नाल ना करवाई जाए, कि वाकई ही हर सिख बगैर पैसे दिते अरदास करवा रहे हैं। ये गल्लां सारियां विचारन योग ने, पर गल जिहड़ी सब तो वड्डी गल जिहदे ते आपां गलबात शुरू कीती सी ओह सी कि साडे ब्रिटिश कोलंबिया दी सिख कौंसल वल्लों जिहड़ा कल कदम चुकिया गया कि श्री गुरु ग्रंथ साहिब महाराज जी दी कोई बेअदबी, असल च बेअदबी है, बिल्कुल जी, ਤੁਸੀਂ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ, ਉਹਦੀ ਕੋਈ ਬੇਅਦਬੀ, ਕੋਈ ਪ੍ਰਵਾਨਗੀ ਨਹੀਂ, ਕੋਈ ਉਹਦੇ ਵਿੱਚ ਐਕਸਪਰਟ ਦੀ ਟੀਮ ਨਹੀਂ। ਜਿੱਥੇ ਤੱਕ ਮੈਨੂੰ ਪਤਾ ਲੱਗਾ, ਮੈਂ ਆਪਣੇ ਸੋਰਸਿਸ ਰਾਹੀਂ ਪਤਾ ਕਰਵਾਇਆ ਕਿ ਉਹਨਾਂ ਦੇ ਕੋਲ ਕੋਈ ਅੱਜ ਤੱਕ ਇਹੋ ਜਿਹਾ ਐਕਸਪਰਟ ਬੰਦਾ ਨਹੀਂ ਹੈ, ਖਾਲਸਾ ਸਕੂਲ ਕੋਲ ਐਕਸਪਰਟ ਨਹੀਂ ਹੈ ਜਿਹੜਾ ਗੁਰਬਾਣੀ ਦੀ ਗ੍ਰਾਮਰ ਬਾਰੇ ਜਾਣਦਾ ਹੋਵੇ। ਪਤਾ ਮੈਨੂੰ ਇਹ ਲੱਗਾ ਜਦ ਤੱਕ ਆਪਣੇ ਸੋਰਸਿਸ ਨੇ ਕਿ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਛਾਪਣ ਤੋਂ ਬਾਅਦ ਜਿਹੜੀਆਂ ਗਲਤੀਆਂ ਹੋਈਆਂ ਨੇ, ਹਰੇਕ ਟੀਚਰ ਨੂੰ ਕੁਝ ਪੰਨੇ ਫੜਾਏ ਗਏ ਨੇ, ਅੰਗ ਫੜਾਏ ਗਏ ਨੇ ਕਿ ਤੁਸੀਂ ਚੈੱਕ ਕਰੋ। ਹੁਣ ਮੈਥ ਦਾ ਟੀਚਰ ਗੁਰਬਾਣੀ ਬਾਰੇ ਗਿਆਨ ਰੱਖਦਾ, ਫਿਜ਼ਿਕਸ ਦਾ ਟੀਚਰ ਗੁਰਬਾਣੀ ਦਾ ਗਿਆਨ ਰੱਖਦਾ, ਜਿਹੜਾ ਫਿਜ਼ੀਕਲ ਦਾ ਟੀਚਰ ਹੈ ਉਹਨੂੰ ਗੁਰਬਾਣੀ ਬਾਰੇ ਕੀ ਪਤਾ? ਤਬਲਾ ਵਜਾਉਣ ਵਾਲਾ ਤਬਲੇ ਦਾ ਗਿਆਨ ਤਾਂ ਰੱਖ ਸਕਦਾ, ਗੁਰਬਾਣੀ ਦਾ ਗਿਆਨ ਨਹੀਂ। ਪਰ ਇਹ ਅਵੱਗਿਆ ਰਿਪਦਮਨ ਸਿੰਘ ਮਲਕ ਵੱਲੋਂ ਖੋਈ ਹੈ ਜਿਹਦਾ ਬਹੁਤਿਆਂ ਨੂੰ ਪਤਾ ਨਹੀਂ। ਹੋਰ ਬੜੇ ਇਹੋ ਜਿਹੇ ਤੱਥ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਉਹ ਨਿਕਲਣਗੇ। ਸਾਡੇ ਕੋਲ ਥੋੜ੍ਹੀ ਜਿਹੀ ਫੁਟੇਜ ਹੋ ਰਿਹਾ, ਮੈਂ ਚਾਹੂੰਗੀ ਸਾਡੀ ਟੀਮ ਨੂੰ ਕਿ ਥੋੜ੍ਹੀ ਜਿਹੀ ਉਹ ਫੁਟੇਜ ਕੱਲ੍ਹ ਦੀ ਹੋਰ ਦਿਖਾਈ ਜਾਵੇ ਅਤੇ ਕੀ ਲੈ ਕੇ ਜਾਣਗੇ ਸਿਦੇਸ਼ ਜੀ। ਪਹਿਲਾਂ ਤਾਂ ਮੈਂ ਤੁਹਾਨੂੰ ਇਸ ਗੱਲ ਦੀ ਵੀ ਮੁਬਾਰਕਬਾਦ ਦੇਵਾਂਗੀ ਕਿ ਸਿੱਖ ਕੌਮ ਦੀ ਅੱਜ ਜਿਹੜੀ ਇੱਕ ਏਕਤਾ ਦਾ ਸਰੂਪ ਜਿਹੜਾ ਤੁਸੀਂ ਸਾਕਸ਼ਾਤ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਕਿ ਸਾਡੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਅਸੀਂ ਕਦੇ ਵੀ ਢਿੱਲ ਨਹੀਂ ਵਰਤਾਂਗੇ। ਸੋ ਅੱਜ ਜਿਹੜੇ ਗੁਰੂ ਸਾਹਿਬ ਦੇ ਸਰੂਪ ਇੱਥੋਂ ਲੈ ਕੇ ਗਏ ਹਾਂ, ਸੋ ਥੋੜ੍ਹਾ ਜਿਹਾ ਇਹਦੇ ਪਿਛੋਕੜ 'ਤੇ ਜਾਂਦੇ ਹਾਂ। ਤੁਹਾਡੇ ਸਾਹਮਣੇ ਗੱਲ ਕਦੋਂ ਆਈ ਸੀ? ਹਾਂਜੀ, ਸਾਡੇ ਮੋਹਰੇ ਫੈਬਰੀ 'ਚ ਗੱਲ ਆਈ ਸੀਗੀ ਸਾਨੂੰ। ਮੈਨੂੰ ਐਕਚੁਲੀ ਕਿਸੇ ਬਾਹਰੋਂ ਹੀ ਕਿਸੇ ਸਿੰਘਾਂ ਨੇ ਦੱਸਿਆ ਸੀਗਾ ਕਿ ਇੱਥੇ ਛੁਪਾਈ ਹੋਣਗੀ ਹੈ ਇਸੇ ਗ੍ਰਹਿ ਦੇ ਮੋਹਰੇ ਜਿੱਥੇ ਆਪਾਂ ਖੜ੍ਹੇ ਹਾਂ। ਇੱਥੇ ਮੈਨੂੰ ਮੈਂ ਪੁੱਛਿਆ ਸੀਗਾ ਰਿਪਦਮਨ ਸਿੰਘ ਮਲਕ ਨੂੰ ਕਿ ਇੱਥੇ ਵਾਕਈ ਛੁਪਾਈ ਹੋਣਗੀ ਹੈ। ਉਹਨਾਂ ਨੇ ਕਿਹਾ ਕਿ ਹਾਂਜੀ ਅਸੀਂ ਤਿਆਰੀ ਕਰ ਰਹੇ ਹਾਂ, ਕਿ ਉਹ ਕਹਿੰਦਾ ਕਿ ਤੂੰ ਇੱਥੇ ਆਣ ਕੇ ਦੇਖ ਜਾ। ਮੈਂ ਆਣ ਕੇ ਇੱਥੇ ਦੇਖਿਆ, ਜਿੱਥੋਂ ਹੁਣ ਕਮਰਾ ਪਿੱਛੇ ਆਪਣੀ ਮਸ਼ੀਨਾਂ ਚੱਕ ਹੋ ਰਹੀਆਂ ਉਹ ਮੈਂ ਕਮਰਾ ਦੇਖਿਆ। ਉਹਦੇ ਵਿੱਚ ਮੈਨੂੰ ਬਹੁਤ ਗਲਤ ਲੱਗਿਆ ਕਿ ਜਿੱਦਾਂ ਮਸ਼ੀਨਾਂ 'ਤੇ ਕਾਈਆਂ ਗਈਆਂ ਆ, ਇੱਕ ਕਿਸੇ ਦੇ ਘਰ ਦੇ ਵਿੱਚ ਇਹ ਛੁਪਾਈ ਹੋਊਗੀ, ਉਹ ਮੈਨੂੰ ਠੀਕ ਨਹੀਂ ਲੱਗਿਆ। ਮੈਂ ਉਹਨਾਂ ਨੂੰ ਉੱਥੇ ਗੱਲ ਦੱਸੀ ਵੀ ਮੈਂ ਕਿਹਾ ਅਸੀਂ ਮੀਟਿੰਗ ਕਾਲ ਕਰਨ ਲੱਗੇ ਹਾਂ ਕਾਉਂਸਲ ਦੀ, ਕਾਉਂਸਲ ਦੀ ਮੀਟਿੰਗ ਹੋਈ, ਉਹਦੇ ਵਿੱਚ ਇਹਨੂੰ ਸੱਦਾ ਗਿਆ। ਇਹਨਾਂ ਨੇ ਉੱਥੇ ਮੰਨਿਆ ਕਿ ਅਸੀਂ ਪ੍ਰਿੰਟ ਨਹੀਂ ਕੀਤਾ, ਅਸੀਂ ਤਿਆਰੀ ਕਰ ਰਹੇ ਸੀ, ਅਸੀਂ ਨਹੀਂ ਕਰਦੇ। ਫਿਰ ਅਸੀਂ ਇੱਕ ਇਕੱਠ ਕਿਹਾ ਅਸੀਂ ਅਪਰੋਚ ਕਰੂੰਗੇ, ਉਹਦੇ ਵਿੱਚ ਸਿੱਖ ਸੰਗਤਾਂ ਦੇ ਵਿਚਾਰ ਲਉਂਗੇ ਕਿ ਅਸੀਂ ਇੰਨਾ ਸਹਿਮਤ ਨਹੀਂ ਹੈਗੇ ਕਿ ਇੱਥੇ ਹੁਕਮਨਾਮੇ ਦੀ ਉਲੰਘਣਾ ਹੁੰਦੀ ਹੈ ਕਿਉਂਕਿ ਇੱਕ ਬੰਦਾ ਜਾਂ ਵਿਅਕਤੀ ਕੋਈ ਇੱਥੇ ਪ੍ਰਿੰਟ ਕਰਦਾ। ਉਸ ਤੋਂ ਅੱਗੇ ਅਪਰੋਚ ਹੋਣਾ ਸੀ ਕਿ ਅਪਰੋਚ ਕੋਵਿਡ ਕਰਕੇ ਸਾਰਾ ਕੁਝ ਡਿਲੇ ਹੋ ਗਿਆ, ਨਗਰ ਕੀਰਤਨ ਵੀ ਕੈਂਸਲ ਹੋ ਗਏ। ਉਹਦੇ ਵਿੱਚ ਮੇ ਦੇ ਵਿੱਚ ਇਹਨਾਂ ਨੇ ਮੈਨੂੰ ਫਿਰ ਅਪਰੋਚ ਕੀਤੀ, ਉਦੋਂ ਤਾਂ ਕੋਈ ਪ੍ਰਿੰਟਿੰਗ ਨਹੀਂ ਹੋਈ ਸੀ। ਮੇ ਦੇ ਵਿੱਚ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਛੇਤੀ ਕਰੋ, ਤੁਸੀਂ ਸਹੀ ਨਹੀਂ ਕਰ ਰਹੇ। ਅਸੀਂ ਉਹਨਾਂ ਕਿਹਾ ਕੋਈ ਕਾਹਲੀ ਨਹੀਂ ਹੈਗੀ, ਅਤੇ ਇਹਨਾਂ ਨੇ ਫਿਰ ਮੇ ਟੂ ਜੁਲਾਈ ਦੇ ਵਿੱਚ ਪ੍ਰਿੰਟਿੰਗ ਸ਼ੁਰੂ ਕੀਤੀ। ਜੁਲਾਈ ਦੇ ਵਿੱਚ ਸਾਨੂੰ ਪਤਾ ਲੱਗਿਆ ਪ੍ਰਿੰਟਿੰਗ ਹੋ ਰਹੀ ਹੈ, ਉਦੋਂ ਅਸੀਂ ਫਿਰ ਮੀਟਿੰਗ ਜੁਲਾਈ 27 ਦੀ ਇਹਨਾਂ ਨਾਲ ਕਾਲ ਕੀਤੀ, ਇੱਥੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਗੁਰਦੁਆਰੇ ਨੂੰ ਸੱਦਾ ਦਿੱਤਾ ਤੁਹਾਨੂੰ ਆਉਣਾ ਪੈਣਾ। ਉੱਥੇ ਆਏ, ਉੱਥੇ ਇਹਨਾਂ ਨੇ ਮੰਨਿਆ, ਇਹਨਾਂ ਦੇ ਸ਼ਬਦ ਇਹ ਸੀਗੇ ਕਿ 11 ਤੋਂ 15 ਸਰੂਪ ਅਸੀਂ ਛਾਪੇ ਆ, ਸਾਨੂੰ ਟੋਟਲ ਨਹੀਂ ਪਤਾ। ਉੱਥੇ ਕਾਫੀ ਰੋਸ ਇਸ ਗੱਲ ਦਾ ਸੀਗਾ ਕਿ ਤੁਹਾਨੂੰ ਟੋਟਲ ਕਿੱਦਾਂ ਨਹੀਂ ਪਤਾ, ਇਹ ਕੋਈ ਪ੍ਰਿੰਟਿੰਗ ਛਾਪਾਖਾਨਾ ਤਾਂ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ, ਅਤੇ ਕੋਈ ਆਮ ਕਿਤਾਬ ਥੋੜ੍ਹੋ ਆਏ ਤਾਂ ਸਾਡੇ ਦੇਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ, ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਕਿ ਅਸੀਂ ਹੁਣ ਤੋਂ ਸਟਾਪ ਕਰ ਦਿੰਦੇ ਹਾਂ। ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਜਿਹੜੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖਣੀ ਹੈ ਕਿ ਸਾਰਾ ਵੇਰਵਾ ਦੱਸੂਗੇ ਕਿ ਕੀ ਹੋਇਆ, ਇੱਥੇ ਸਾਡੀ ਜ਼ਿੰਮੇਵਾਰੀ ਅਤੇ ਫਰਜ਼ ਬਣਦਾ ਉਹਨਾਂ ਨੂੰ ਦੱਸਣ ਦਾ। ਅਸੀਂ ਉਹ ਚਿੱਠੀ ਲਿਖ ਕੇ ਭੇਜ ਦਿੱਤੀ ਅਗਸਤ 10 ਨੂੰ, ਉਹਨਾਂ ਦੀ ਜਾਣਕਾਰੀ ਦੇ ਵਿੱਚ ਸਾਰਾ ਕੁਝ ਲਿਆਂਦਾ। ਅਤੇ ਅਗਸਤ 10 ਤੋਂ ਬਾਅਦ ਅਸੀਂ ਇਹਨਾਂ ਨਾਲ ਲਗਾਤਾਰ ਇਹਨਾਂ ਦੇ ਨਾਲ ਅਤੇ ਅਕਾਲ ਤਖਤ ਸਾਹਿਬ ਨਾਲ ਸੰਪਰਕ ਰੱਖਣ ਦੀ ਕੋਸ਼ਿਸ਼ ਕੀਤੀ ਕਿ ਇਹਦਾ ਕੋਈ ਹੱਲ ਲੱਭਿਆ ਜਾਵੇ। 2 ਹਫ਼ਤੇ ਲਗਾਤਾਰ ਇਹ ਗੱਲ ਚੱਲਦੀ ਰਹੀ, ਅਸੀਂ ਉਹਨਾਂ ਨੂੰ ਕਈ ਵਾਰੀ ਮਿਲੇ। ਇੱਥੇ ਤੱਕ ਗੱਲ ਆ ਗਈ ਕਿ ਸ਼ਨਿਚਰਵਾਰ ਅਸੀਂ ਇੱਕ ਨੋਟਿਸ ਜਾਰੀ ਕੀਤਾ ਸੀਗਾ ਕਿ ਸ਼ਨਿਚਰਵਾਰ 4 ਵਜੇ ਤੱਕ ਸਾਰੇ ਸਰੂਪ ਅਤੇ ਜਿਹੜੀ ਪ੍ਰਿੰਟਿੰਗ ਸੰਬੰਧੀ ਸਮਾਨ ਆ ਗੁਰੂ ਨਾਨਕ ਸਾਹਿਬ ਗੁਰਦੁਆਰਾ ਆ ਜਾਵੇ, ਉਹ ਨਹੀਂ ਆਇਆ। ਉਹਨਾਂ ਨੂੰ ਪਹਿਲੋਂ ਇੱਕ ਮੀਟਿੰਗ ਵੀ ਹੋਈ, ਉਹਨਾਂ ਨੇ ਕਿਹਾ ਕਿ ਕੱਲ੍ਹ ਨੂੰ ਐਤਵਾਰ ਨੂੰ 11 ਵਜੇ ਸਾਨੂੰ ਮਿਲੋ ਅਤੇ ਅਸੀਂ ਤੁਹਾਨੂੰ ਜਿਹੜੇ 5 ਸਿੰਘ ਤੁਸੀਂ ਚੁਣੋ, ਉਹ ਜੋ ਵੀ 5 ਸਿੰਘ ਕਹਿਣਗੇ ਅਸੀਂ ਉਹ ਮੰਨਣ ਲਈ ਤਿਆਰ ਹਾਂ। ਅਸੀਂ ਮੁੜ ਕੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਗੁਰਦੁਆਰਾ ਗਏ, ਉੱਥੇ ਸੰਗਤ ਨੂੰ ਸੰਬੋਧਨ ਕੀਤਾ, ਜਿੰਨੇ ਵੀ
150-200 ਤੇ ਵਿਅਕਤੀ ਇਕੱਠਾ ਹੋਇਆ ਸੀ ਉਹਨੂੰ ਸਾਰਾ ਵੇਰਵਾ ਦਿੱਤਾ ਉਹ ਤੋਂ ਬਾਅਦ ਪੰਜ ਸਿੰਘ ਚੁਣੇ ਗਏ ਦਾਸ ਵੀ ਉਹਦੇ ਵਿੱਚ ਸੀ ਤੇ ਅਸੀਂ ਫਿਰ ਕੱਲ੍ਹ ਐਤਵਾਰ 11 ਵਜੇ ਉੱਥੇ ਖਾਲਸਾ ਸਕੂਲ 'ਚ ਇਹਨਾਂ ਨੂੰ ਮਿਲੇ ਉੱਥੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਸਾਫ ਇਨਕਾਰ ਕਰ ਦਿੱਤਾ ਕਿ ਇਹ ਜਿਹੜੇ ਪੰਜ ਸਿੰਘ ਆ ਤੁਸੀਂ ਪੰਜ ਸਿੰਘ ਜਿਹੜੇ ਅੰਮ੍ਰਿਤ ਸੰਚਾਰ ਕਰਦੇ ਆ ਉਹਨਾਂ ਨੂੰ ਭੇਜੋ ਉੱਥੇ ਅਸੀਂ ਫਿਰ ਹੱਦ ਤੋਂ ਬਾਹਰ ਗੱਲ ਚਲੀ ਗਈ ਸੀ ਕਿ ਹੁਣ ਤਾਂ ਜਿਹੜੇ ਪੰਜ ਸਿੰਘ ਵੀ ਨਹੀਂ ਜਿਹੜੇ ਉਹੀ ਤੁਹਾਨੂੰ ਫਿੱਟ ਆ ਉਹੀ ਤੁਸੀਂ ਚੁਣਨਾ ਚਾਹੁੰਦੇ ਆ ਅਤੇ ਅਸੀਂ ਉੱਥੋਂ ਉੱਠ ਕੇ ਅੱਗੇ ਮੁੜ ਕੇ ਅਤੇ ਫਿਰ ਅਸੀਂ ਕੱਲ੍ਹ ਜਿਹੜੇ ਫੈਸਲੇ ਲਏ ਸੀਗੇ ਜਿਹੜਾ ਸਾਡੇ ਮੁਕੰਮਲ ਤੌਰ 'ਤੇ ਬਾਈਕਾਟ ਅਤੇ ਅਕਾਲ ਤਖਤ ਸਾਹਿਬ ਨੂੰ ਚਿੱਠੀ ਅਤੇ ਇੱਥੇ ਅੱਜ ਲਈ ਮੁਜ਼ਾਹਰਾ ਜਦੋਂ ਉਹ ਜਾਰੀ ਸਾਰਾ ਕੁਛ ਹੋਇਆ ਅਤੇ ਅਕਾਲ ਤਖਤ ਸਾਹਿਬ ਨੇ ਓਵਰਨਾਈਟ ਜਿਹੜੇ ਆਦੇਸ਼ ਭੇਜ ਦਿੱਤੇ ਉਹਦੇ ਨਾਲ ਜਿਹੜੀ ਇਹਨਾਂ ਦੇ ਕੁਛ ਨਾ ਕੁਛ ਮਨਾਂ ਦੇ ਵਿੱਚ ਕੁਛ ਤਾਂ ਜਾਗਿਆ ਹੋਊਗਾ ਜਾਂ ਡਰ ਪੈਦਾ ਹੋਇਆ ਇਹਨਾਂ ਨੇ ਇਮੀਡੀਏਟਲੀ ਜਿਹੜੇ ਪੰਜ ਸਿੰਘ ਆ ਉਹਨਾਂ ਨੂੰ ਸੰਪਰਕ ਕੀਤਾ ਅਤੇ ਅੱਜ ਦੀ ਫਿਰ ਜਿਹੜੀ ਇਹ ਤਿਆਰੀ ਆ ਇਹ ਸਾਰੀ ਅੱਜ ਹੋਈ ਹੈ ਕਿ ਸਾਰੇ 48 ਸਰੂਪ ਜਿਹੜੇ 62 ਇਹਨਾਂ ਨੇ ਛਾਪੇ ਸੀ 11 ਤੋਂ 15 ਤੋਂ 20 ਤੱਕ ਚਲੇ ਗਏ ਫਿਰ 62 ਤੱਕ 62 ਸਰੂਪਾਂ ਤੋਂ 23 ਸਰੂਪ ਬਾਹਰ ਚਲੇ ਗਏ ਆਲਰੇਡੀ ਉਹ ਵੀ ਅਸੀਂ ਹੁਣ ਫੋਲੋ ਅਪ ਕਰਨੇ ਆ ਕਿ ਉਹ ਕਿੱਥੇ ਨੇ ਉਹਨਾਂ ਨੂੰ ਵੀ ਮੁੜ ਕੇ ਲਿਆਉਣਾ ਆ 48 ਸਰੂਪ ਜਿਹੜੇ ਆ ਹੁਣ ਇੱਥੋਂ ਚਲੇ ਗਏ ਨੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਪਹੁੰਚ ਗਏ ਨੇ ਅਤੇ ਹੁਣ ਜਿਹੜੀ ਪ੍ਰਿੰਟਿੰਗ ਦੀ ਮਸ਼ੀਨ ਜਿੱਦਾਂ ਆਪਣੇ ਪਿੱਛੇ ਚੁੱਕੀ ਜਾ ਰਹੀ ਹੈ ਇਹ ਵੀ ਚੁੱਕੀ ਜਾ ਰਹੀ ਹੈ ਅਤੇ ਉਸ ਤੋਂ ਅੱਗੇ ਸਿਰਫ ਜਿਹੜੇ ਹੁਣ ਸਾਡੇ ਕੋਲ ਕਾਰਵਾਈ ਕਰਨ ਲਈ ਆਦੇਸ਼ ਆਏ ਆ ਕਿ ਲੋਕਲ ਸੰਗਤ ਇੱਥੇ ਕਾਰਵਾਈ ਕਰੇ ਕਿ ਕੀ ਹੋਇਆ ਆ ਇਹਨਾਂ ਦੇ ਕੋਲ ਜਿਹੜਾ PDF ਜਿਹੜੇ ਇਹਨਾਂ ਨੇ ਮੰਨਿਆ ਕਿ ਚੋਰੀ ਕਰਕੇ ਇਹਨਾਂ ਨੇ ਮੰਗਾਇਆ ਉਹ ਕਿੱਥੋਂ ਆਇਆ ਆ ਇਹ ਸਾਰਾ ਕੁਝ ਅਸੀਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲ ਤਖਤ ਨੂੰ ਇੱਥੋਂ ਜਾਂਚ ਕਰਕੇ ਭੇਜਾਂਗੇ ਸਾਂਝਾ ਟੀਵੀ ਤੋਂ ਮੈਂ ਬਲਜਿੰਦਰ ਕੌਰ ਅੱਜ ਅਸੀਂ ਤੁਹਾਨੂੰ ਸਰੀ ਦੇ ਵਿੱਚ ਲੈ ਕੇ ਪਹੁੰਚੇ ਸੀ ਖਾਲਸਾ ਸਕੂਲ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਭਾਈਚਾਰੇ ਦੇ ਵਿੱਚ ਹੈ ਜਿਸ ਦੇ ਵਿੱਚ ਹਮੇਸ਼ਾ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਸਿੱਖਣ ਸਾਡੇ ਬੱਚੇ ਆਪਣੇ ਧਰਮ ਨਾਲ ਜੁੜ ਕੇ ਚੱਲ ਸਕਣ ਸੋ ਤੁਸੀਂ ਦੇਖ ਸਕਦੇ ਹੋ ਪਿਛਲੇ ਕੁਛ ਸਮੇਂ ਤੋਂ ਫਰਵਰੀ ਤੋਂ ਜਿਹੜਾ ਇਹ ਚੱਲ ਰਿਹਾ ਹੈਗਾ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਇੱਕ ਨਿੱਜੀ ਆਪਣੇ ਘਰ ਦੇ ਵਿੱਚ ਕਰਨ ਦੀ ਜਿਹੜੀ ਇਹ ਸਾਜਿਸ਼ ਰਚੀ ਜਾ ਰਹੀ ਸੀ ਔਰ ਜੁਲਾਈ ਦੇ ਵਿੱਚ ਜਦੋਂ ਸੰਗਤਾਂ ਨੂੰ ਪਤਾ ਲੱਗਾ ਪਤਾ ਤਾਂ ਖੈਰ ਫਰਵਰੀ ਤੋਂ ਹੀ ਸੀ ਪਰ ਕੁਛ ਸਬੂਤਾਂ ਦੀ ਘਾਟ ਹੋਣ ਕਾਰਨ ਸੰਗਤਾਂ ਅਵੇਅਰ ਨਹੀਂ ਸੀ ਇਸ ਗੱਲ ਤੋਂ ਪਰ ਹੁਣ ਜੁਲਾਈ ਤੋਂ ਲੈ ਕੇ ਜਿਹੜੀ ਇਹ ਗੱਲ ਸੰਗਤਾਂ ਦੇ ਸਾਹਮਣੇ ਆਈ ਸੀ ਸੋ BC ਕੌਂਸਲ ਦੀਆਂ ਸਾਰੀਆਂ ਹੀ ਗੁਰਦੁਆਰਾ ਸਾਹਿਬ ਦੀਆਂ ਸੁਸਾਇਟੀਆਂ ਵੱਲੋਂ ਅੱਜ ਉਪਰਾਲਾ ਕੀਤਾ ਗਿਆ 2-3 ਮੀਟਿੰਗ ਰਪਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਹੁਣਾਂ ਦੇ ਨਾਲ ਕਰਨ ਤੋਂ ਬਾਅਦ ਜਿਹੜਾ ਇਹੋ ਗੱਲ ਸਾਹਮਣੇ ਆਈ ਜਿੱਥੇ ਸਾਂਝਾ TV ਦੇ ਮਾਧਿਅਮ ਰਾਹੀਂ ਰਪਦਮਨ ਸਿੰਘ ਮਲਕ ਹੁਣਾਂ ਨੇ ਕਿਹਾ ਸੀ 13 ਜਾਂ 15 ਗੁਰੂ ਸਾਹਿਬ ਦੇ ਸਰੂਪਾਂ ਦੀ ਉਹਨਾਂ ਵੱਲੋਂ ਛਪਾਈ ਕੀਤੀ ਗਈ ਆ ਪਰ ਹੌਲੀ ਹੌਲੀ ਇਹ ਗਿਣਤੀ ਵੱਧ ਕੇ ਹੁਣ 70 ਤੱਕ ਹੋ ਚੁੱਕੀ ਆ ਸੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 70 ਸਰੂਪ ਜਿਹੜੇ ਇਹਨਾਂ ਦੇ ਨਿੱਜੀ ਗ੍ਰਹਿ ਵਿਖੇ ਛਪਾਏ ਗਏ ਸਨ ਪੂਰੇ ਅਦਬ ਅਤੇ ਸਤਿਕਾਰ ਦੇ ਨਾਲ ਸੰਗਤਾਂ ਵੱਲੋਂ ਅੱਜ ਇੱਥੋਂ ਲਿਜਾ ਕੇ ਗੁਰਦੁਆਰਾ ਸਾਹਿਬ ਵਿੱਚ ਵਿਰਾਜਮਾਨ ਕਰ ਦਿੱਤੇ ਗਏ ਨੇ ਔਰ ਜਿਹੜਾ ਪ੍ਰਿੰਟਿੰਗ ਦਾ ਸਮਾਨ ਸੀ ਮਸ਼ੀਨਾਂ ਸੀ ਕਟਰ ਸੀ ਜੋ ਵੀ ਇੱਥੇ ਸਮਾਨ ਸੀ ਜਿਹੜਾ ਪੇਪਰ ਵੀ ਸੀ ਇੱਥੋਂ ਰਿਮੂਵ ਕਰ ਲਿਆ ਗਿਆ ਆ ਔਰ ਸੰਗਤਾਂ ਨੇ ਬੜਾ ਪੀਸਫੁੱਲ ਪ੍ਰੋਟੈਸਟ ਕੀਤਾ COVID-19 ਦੇ ਚੱਲਦਿਆਂ ਪ੍ਰੀਕੋਸ਼ਨਸ ਪੂਰੀਆਂ ਰੱਖੀਆਂ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਿਆ ਗਿਆ ਔਰ ਪੂਰੀ ਹੀ ਕੈਨੇਡਾ ਦੀਆਂ ਸੰਗਤਾਂ ਵਧਾਈ ਦੀਆਂ ਪਾਤਰ ਨੇ ਕਿ ਸਾਡੇ ਸਿੱਖਾਂ ਦੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਜਿਹੜੀ ਇੱਕ ਨਿੱਜੀ ਗ੍ਰਹਿ ਵਿਖੇ ਕੀਤੀ ਜਾ ਰਹੀ ਸੀ ਬੇਅਦਬੀ ਕੀਤੀ ਜਾ ਰਹੀ ਸੀ ਅੱਜ ਸੰਗਤਾਂ ਨੇ ਆਪਣੇ ਹੱਥ ਵਿੱਚ ਲੈ ਲਈ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਥੋਂ ਰਿਮੂਵ ਕਰ ਦਿੱਤਾ ਇੱਥੋਂ ਲਿਜਾ ਕੇ ਗੁਰਦੁਆਰਾ ਸਾਹਿਬ ਵਿੱਚ ਵਿਰਾਜਮਾਨ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਗਲਾ ਹੁਕਮਨਾਮਾ ਜੋ ਵੀ ਹੋਵੇਗਾ ਉਸ ਦੇ ਅਨੁਸਾਰ ਹੀ ਕਦਮ ਚੁੱਕੇ ਜਾਣਗੇ ਮੈਂ ਬਲਜਿੰਦਰ ਕੌਰ ਸਰੀ ਕੈਨੇਡਾ ਤੋਂ ਕੈਮਰਾਮੈਨ ਰੂਬੀ ਦੇ ਨਾਲ ਤੁਸੀਂ ਦੇਖਦੇ ਰਹੋ ਸਾਂਝਾ TV ਮੇਰੇ ਵੱਲੋਂ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਜੀ ਅਸੀਂ ਤਾਂ ਤੁਹਾਡੇ ਨਾਲ ਕੁਛ ਇੱਕ ਫੁਟੇਜ ਸਾਂਝੀ ਕੀਤੀ ਕਿ ਕੱਲ੍ਹ ਜਦੋਂ ਅਸੀਂ ਸਾਂਝਾ TV ਦੀ ਟੀਮ ਉੱਥੇ ਪਹੁੰਚੀ ਸੀ ਸੋ 5:30 ਦੇ ਤਕਰੀਬਨ ਸੰਗਤਾਂ ਉੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਸੀ ਕੁਲਦੀਪ ਸਿੰਘ ਜੀ ਸੋ 5:30 ਤੋਂ ਲੈ ਕੇ ਤਕਰੀਬਨ 8:30 ਤੋਂ ਬਾਅਦ ਦਾ ਹੀ ਸਮਾਂ ਸੀ ਜਦੋਂ ਉੱਥੋਂ ਸਾਰਾ ਸਮਾਨ ਮੂਵ ਕੀਤਾ ਗਿਆ ਔਰ ਵੱਡੀ ਕਰੇਨ ਮੰਗਾਈ ਗਈ ਕਰੇਨ ਦੇ ਰਾਹੀਂ ਘਰ ਦੇ ਪਿਛਲੀ ਸੈਂਡਕ ਦੇ ਉੱਤੇ ਜਾ ਕੇ ਪਿੱਛੇ ਪੋਰਚ ਤੇ ਜਾ ਕੇ ਕਰੇਨ ਦੇ ਰਾਹੀਂ ਉੱਥੋਂ ਮਸ਼ੀਨਾਂ ਕੱਢੀਆਂ ਗਈਆਂ ਔਰ ਅੰਦਰੋਂ ਜਿੰਨੇ ਪੇਪਰ ਸੀ ਪੇਪਰ ਕੱਢਿਆ ਗਿਆ ਜੋ ਵੀ ਉੱਥੇ ਸਮਾਨ ਸੀ ਸੋ ਜਿਹੜਾ ਉਹਨਾਂ ਦੇ ਘਰ ਵੀ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਆਪਣੇ ਪ੍ਰਕਾਸ਼ ਕੀਤਾ ਸੀ ਉਹ ਵੀ ਉੱਥੋਂ ਲੈ ਆਂਦਾ ਗਿਆ ਉਸ ਤੋਂ ਬਾਅਦ ਉੱਥੇ ਛਪਾਈ ਵਾਲੇ ਕਮਰੇ 'ਚੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਮਿਲੇ ਔਰ ਸੰਗਤਾਂ ਵੱਲੋਂ ਬੜਾ ਪੀਸਫੁੱਲ ਪ੍ਰੋਟੈਸਟ ਸੀ
और लोगों काफ़ी सारिया संगत यहोजियां सी जिहड़ियां जदों गुरु महाराज के सरूप उत्थों लिजाए जा रहे सी बड़ा प्रबंध बड़ा पुख्ता किया गया सी गड्डियां जिहड़ियां बिल्कुल लाइनअप करके पहले ही रखिया हुई सी पहले ही लियांदियां गईयां सी सो एक एक कार करके आउंदी सी गुरु महाराज का सरूप पांच सिंह ते सिंघणियां भी नाल सी इत्थे दे बच्चे बोरन इत्थे दीयां बच्चियां बड़ा चंगा भी लगा कि जिथे कहिंदे नहीं हुंदे कि बरोबरता दा हक बरोबर सिंह सिंघणियां छोटे बच्चे जिहड़े शामिल सी सो बड़े अदब सत्कार दे नाल हर एक ने सिर ढकिया होया सी मास्क प्रीकॉशन पूरियां लईयां सी सो कोई रौला रप्पा नहीं प्रशासन वालों पुलिस बहुत आई हुई सी बायलॉ वाले उत्थे आए हुए सी बेशक 50 तो वध दी गैदरिंग दा उन्होंने मना कीता सी पहला उन्हां वालों कहा जा रहा सी जे 50 तो वध लोग होणगे ते हर एक सिंगल परसन नूं टिकट दित्ती जाऊगी पर जदों उन्हां दे नाल गल कीती कि मसला की आ ते उन्हां वालों ये कहा गया कि तुसीं दूर दूर खड़ जाओ सो लोकी सारे अपना डिस्टेंस रख के खड़ गए पर उन्हां वालों भी बड़ा वधिया सहयोग दिता गया सो सारा कुछ सारा काम बड़ा शांतमय तरीके दे नाल निभाया पर एक गल है कई बार हुंदा की है उन्हें दे पिछे चाल की है साजिश की है परमात्मा जानदा हर व्यक्ति कुछ फेम करन दे लई चंगा काम करन दे लई मैं पहले प्रोग्राम में जिक्र करदा सी कि रिपदमन सिंह मलक ने खालसा स्कूल की नींव रखी रिपदमन सिंह मलक ने खालसा क्रैडिट की नींव रखी जी गुरु ग्रंथ साहब की भवन बनाते बनाते अपनिया नीह तोड़ बैठे आपदिया नीह तोड़ बैठे कम्यूनिटी नालों टुट गया वह सब तो वड्डा कारण यह सी कि जे तुहानू संगत कह रही है जे कमेटी तुहानू कह रही है तो तुहाडा फर्ज बनता सी कि अकाल तख्त तो आए हुक्मनामे मुताबक इन्ना रोस मुजहरा करने की लोड़ क्यों पैंदी जो थोड़े को सिंह जाके बेनती कर रहे सी तुसी अपनी इमेज नूं बचाउंदे हुण अपना की है कि वह बड़ा वड्डा नुकसान लोग उन्होंने स्कूल का बाइकआउट भी करेंगे लोग उन्होंने बैंकों का बाइकआउट भी करेंगे और लोगों ने उन्होंने बाइकआउट भी कर दिता यह बड़ा वड्डा सवाल पैदा हो अजे अकाल तख्त साहब वालों की सजा दिती जांदी है आने वाला समां बिल्कुल जी और बहुत सारे लोग उत्थे कह रहे सी कि बच्चियां नूं स्कूल दे विच की पढ़ाया जा रहा है भी बड़ा शंका है और प्राइमरी स्कूल दे विच्चों भी गुरु साहब दे सरूप जिहड़े चार उत्थों भी कढे गए जी सो इह हले पता नहीं विच स्कूल दे बाकी पता नहीं हले होर की कुछ अगे आऊगा आने वाला समा ही दसेगा पर संगतां वालों बड़ा वधिया सहयोग दिता गया पर थैंक यू तुहाडा कुलदीप सिंह जी तुसीं अज शो दे विच हाजिर होए तुसीं मंगलवार ते शुक्रवार अपनी जिहड़ी ड्यूटी लाउंदे हो इत्थे आ के सांझा टीवी ते तुहाडे कोलों बहुत कुछ सिखण नूं मिलदा बड़ा हौसला मिलदा सो धन्नवाद जी तुहाडा मेरी नाल दी नाल इक बेनती है अज दे इस प्रोग्राम दी ਹੋਈ ਇਸ ਡੇਢ ਘੰਟੇ ਦੀ ਗੱਲਬਾਤ ਦੇ ਵਿੱਚ ਕਿ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਬਾਰੇ ਅਸੀਂ ਗੱਲਬਾਤ ਕੀਤੀ ਹੈ ਉੱਥੇ ਇਹ ਵੀ ਫੈਸਲਾ ਲਈਏ ਕਿ ਅਸੀਂ ਇੱਕੋ ਇੱਕ ਗ੍ਰੰਥ ਅਤੇ ਇੱਕ ਪੰਥ ਦੇ ਉੱਤੇ ਚੱਲੀਏ ਜੇ ਸਾਡਾ ਗੁਰੂ ਇੱਕੋ ਹੈ ਅਤੇ ਸਾਡਾ ਪੰਥ ਇੱਕੋ ਹੈ ਸਾਡੀ ਮਰਿਆਦਾ ਇੱਕ ਹੋਣੀ ਚਾਹੀਦੀ ਹੈ ਸਾਡਾ ਕੈਲੰਡਰ ਇੱਕ ਹੋਣਾ ਚਾਹੀਦਾ ਇਹਦੇ ਉੱਤੇ ਮੇਰਾ ਖਿਆਲ ਹੈ ਅਤੇ ਜਿਹੜੀਆਂ ਛਾਪਰੇ ਗੁਟਕੇ ਨੇ ਉਹਨਾਂ ਦੇ ਉੱਤੇ ਖਾਸ ਕਰਕੇ ਪਾਬੰਦੀ ਲਾਉਣ ਪ੍ਰਬੰਧਕ ਸੱਜਣ ਵੈਸੇ ਸਰਦਾਰ ਮਲਕੀਤ ਸਿੰਘ ਧਾਮੀ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ 32 ਦੀਆਂ 32 ਸੁਸਾਇਟੀਆਂ ਨੇ ਫੈਸਲਾ ਕਰ ਲਿਆ ਕਿ ਗੁਰਦੁਆਰਾ ਸਾਹਿਬ ਵਿਖੇ ਜੇ ਕਥਾ ਹੋਏਗੀ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਲਕੁਲ ਜੀ ਵਧਾਈ ਦੇ ਉਮੀਦ ਹੈ ਕਿ ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਪਸੰਦ ਕੀਤਾ ਹੋਵੇਗਾ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਸਨ ਜੀ ਮੇਰੇ ਨਾਲ ਕੁਲਦੀਪ ਸਿੰਘ ਜੀ ਜਿਹੜੇ ਕਿ ਸਾਡੇ ਨਾਲ ਮੰਗਲਵਾਰ ਤੇ ਸ਼ੁੱਕਰਵਾਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਸਾਂਝਾ ਦੇ ਪਲੇਟਫਾਰਮ ਤੋਂ ਹਮੇਸ਼ਾ ਹੀ ਤੁਹਾਡੇ ਲਈ ਕਮਿਊਨਿਟੀ ਦੇ ਉਹ ਮੁੱਦੇ ਲੈ ਕੇ ਆਈਏ ਜਿਨ੍ਹਾਂ ਤੇ ਵਾਕਿਆ ਹੀ ਸਾਨੂੰ ਗੱਲਬਾਤ ਕਰਨੀ ਬਹੁਤ ਹੀ ਅਤੀ ਜ਼ਰੂਰੀ ਹੁੰਦੀ ਆ सो कल जो वाकया साढ़े अपने शहर के होया सी 12 घंटिया के श्री अकाल तख्त साहिब तो आए हुए हुक्मनामे के उत्ते जिहड़ा अमल किया गया और बड़ा पीसफुल तरीके दे नाल सारा कुछ जिहड़ा नबेड़िया गया आने वाले समय के श्री अकाल तख्त साहब तो जो भी हुक्मनामे आवणगे जो भी आदेश आवणगे ये गुरु साहिब के पावन सरूपां बारे की किया जाना जा इन्हां दे उत्ते की होर अगली कार्रवाई होगी अपना फर्ज समझते हुए असीं तुहाडे तक वह भी लैके पहुँचांगे मेरा तुहाडे नाल खबरसार विच कल सवेरे 11 बजे साथ होवेगा पर अज शामी मैं तुहाडे नाल फिर तो हाजिर होवांगी गल्लां खरियां खरियां दे विच 7 बजे तो लैके 8 बजे तक सो उदों तक मेरा तुहाडा साडा सारिआं दा रब रखा ख्याल रखियो जी सत श्री अकाल।